Alcohol consumption is injurious to health. ਇੰਗਲਿਸ਼ ਨਾਲ ਸਾਡੀ ਨਿਭਦੀ ਨਹੀਂ ਤਾਂ ਹੀ ਝੱਟ ਤੋਂ ਆਈਲੈਟਸ ਹੁੰਦੀ ਨਹੀਂ ਮੁਲਕ ਬਾਹਰ ਲੈ ਯਾਰ ਵਸੈਂਦੇ ਘਰ ਘਰ ਫੋਨ ਬੁਲਾਉਂਦੇ ਬਈ ਓ ਇੰਗਲਿਸ਼ ਨਾਲ ਸਾਡੀ ਨਿਭਦੀ ਨਹੀਂ ਤਾਂ ਹੀ ਝੱਟ ਤੋਂ ਆਈਲੈਟਸ ਹੁੰਦੀ ਨਹੀਂ ਮੁਲਕ ਬਾਹਰ ਲੈ ਯਾਰ ਵਸੈਂਦੇ ਘਰ ਘਰ ਫੋਨ ਬੁਲਾਉਂਦੇ ਬਈ ਜ਼ਿੱਦ ਪਗਾਉਣੀ ਮੈਂ ਵੀ ਪੂਰੀ ਜ਼ਿੱਦ ਪਗਾਉਣੀ ਮੈਂ ਵੀ ਪੂਰੀ ਨਹੀਂ ਕਿਸੇ ਤੋਂ ਘੱਟ ਹੁਣ ਤਾਂ ਖੁਦ ਨਾ ਜਿਹੜਾ ਕੀਤਾ ਵਾਦਾ ਕਰਕੇ ਉਹੀ ਵਖਾਉਣਾ ਬਈ ਓ ਇੰਡੀਆ ਵਿੱਚ ਸਾਥੋਂ ਕੰਮ ਨਹੀਂ ਹੁੰਦਾ ਕਨੇਡਾ ਉੱਡ ਪੁੱਡ ਜਾਣਾ ਬਈ ਖੁਦ ਨਾ ਜਿਹੜਾ ਕੀਤਾ ਵਾਦਾ ਕਰਕੇ ਉਹੀ ਵਖਾਉਣਾ ਬਈ ਵਿੱਚ ਵਿਦੇਸ਼ਾਂ ਸੱਟ ਹੋ ਜਾਣਾ ਵਿੱਚ ਵਿਦੇਸ਼ਾਂ ਸੱਟ ਹੋ ਜਾਣਾ ਫਿਰ ਕਰੋੜੇ ਹੱਥ ਬਈ ਹੁਣ ਤਾਂ ਬੰਦ ਕਰਾ ਦੇਣੇ ਬਾਪੂ ਵੀ ਫਿਰ ਵੱਡੂ ਬੁੱਲੇ ਪੈਸੇ ਜਦ ਤੱਕ ਲਾ ਦੇਣੇ ਉਹ ਕਰਦੇ ਜਿਹੜੇ ਟੀਚਰਾਂ ਮੈਨੂੰ ਮੂੰਹ ਬੰਦ ਕਰਾ ਦੇਣੇ ਬਾਪੂ ਵੀ ਫਿਰ ਵੱਡੂ ਬੁੱਲੇ ਪੈਸੇ ਜਦ ਤੱਕ ਲਾ ਦੇਣੇ ਦੇਖੂਗਾ ਫਿਰ ਪਿੰਡ ਖੜ ਖੜ ਕੇ ਦੇਖੂਗਾ ਫਿਰ ਪਿੰਡ ਖੜ ਖੜ ਕੇ ਮੈਣ ਦਿੱਤਾ ਜਦ ਛੱਤ ਵੀ ਹੁੜਤਾ ਸਾਕਾਰ ਹੋਣ ਦੇ ਆਸਾਰ ਬਹੁਤ ਘੱਟ ਦਿਸ ਰਹੇ ਨੇ ਕਿਉਂਕਿ ਜਨਾਬ ਪਹਿਲਾਂ ਵੀ ਦੋ ਵਾਰ ਆਈਲੈਟਸ ਦੇ ਪੇਪਰ ਦੇ ਚੁੱਕੇ ਹਨ ਪਰ ਬੈਂਡ ਘਟਾਉਣ ਕਰਕੇ ਅੱਜ ਤੀਜੀ ਵਾਰ ਪੇਪਰ ਦੇ ਕੇ ਆਪਣੀ ਕਿਸਮਤ ਅਜਮਾ ਰਹੇ ਹਨ ਹਾਂ ਹਾਂ ਕੋਈ ਨਹੀਂ ਦੇਖ ਲਾਂਗੇ ਕਿਦਾਂ ਬਾਈ ਜੀ ਕੀ ਹਾਲ ਹੈ ਭਾਜੀ ਵਧੀਆ ਵਧੀਆ ਕਿੱਥੋਂ ਹੀ ਤੁਸੀਂ ਮੈਂ ਵੀਰੇ ਗੋਬਿੰਦਗੜ੍ਹ ਤੋਂ ਅੱਛਾ ਗੋਬਿੰਦਗੜ੍ਹ ਤੋਂ ਓਕੇ 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 ਪੇਪਰ ਕਿੱਦਾਂ ਹੋਇਆ ਜੀ ਪੇਪਰ ਵੀਰੇ ਬਹੁਤ ਵਧੀਆ ਆਪਣਾ ਸੁਣਾਓ ਬਸ ਠੀਕ ਹੈ ਬਾਈ ਕਰ ਤਾਂ ਆਇਆ ਜੀ ਹੁਣ ਬਾਕੀ ਬਾਬੇ ਨੂੰ ਵੀ ਪਤਾ ਆਈਲੈਟਸ ਕਿੱਥੋਂ ਕੀਤੀ ਹੈ ਤੁਸੀਂ ਮੈਂ ਵੀਰੇ ਗ੍ਰੇ ਮੈਟਰਸ ਤੋਂ ਕਿੱਥੋਂ ਜੀ ਗ੍ਰੇ ਮੈਟਰਸ ਬਾਈ ਗ੍ਰੇ ਮੈਟਰਸ ਅੱਛਾ ਅੱਛਾ ਇਹਦਾ ਨਾਂ ਵਧੀਆ ਸੁਣਿਆ ਠੀਕ ਪੜਾਉਂਦੇ ਨੇ ਬਹੁਤ ਵਧੀਆ ਮੈਂ ਕਹਿੰਦਾ ਸੱਤ ਬੈਂਡ ਤਾਂ ਮੇਰੇ ਪੱਕੇ ਆਏ ਲੋ ਲੈ ਹਾਂ ਹਾਂ ਵੱਟ ਤੇ ਚੱਲ ਵਧੀਆ ਵਧੀਆ ਬਾਈ ਬਾਬਾ ਵਧੀਆ ਕਰੇ ਜਾਣਾ ਕਿੱਥੇ ਹੈ ਮੈਂ ਵੀਰੇ ਕੈਨੇਡਾ ਬਾਬਾ ਠੀਕ ਹੈ ਫਿਰ ਮੈਂ ਵੀ ਇਹੀ ਸੋਚਿਆ ਕੈਨੇਡਾ ਦਾ ਅੱਛਾ ਆਪਾਂ ਮਿਲਦੇ ਹਾਂ ਫਿਰ ਬਾਬੇ ਨੇ ਵਧੀਆ ਸੱਚ ਵੀਰੇ ਮੈਂ ਫੋਨ ਕਰ ਲਾਂ ਹਾਂਜੀ ਫਿਰ ਕਰਦੇ ਨਹੀਂ ਗੱਲਬਾਤ ਹਾਂਜੀ ਹਾਂਜੀ ਕਿਰਨ ਨੂੰ ਪੁੱਛਣਾ ਫੋਨ ਕਰਕੇ ਕੀ ਬਣਿਆ ਉਹਦਾ ਚੱਕ ਲੈ ਹੁਣ ਹੈਲੋ
ਉਹ ਕਿਵੇਂ ਹੈ? ਕੀ ਬਣਿਆ ਪੇਪਰ ਦਾ? ਪੇਪਰ ਬੜਾ ਹੀ ਔਖਾ ਆਇਆ ਸੀ ਮੇਰਾ ਪੇਪਰ ਤਾਂ। ਤੈਨੂੰ ਪਤਾ ਰਾਈਟਿੰਗ ਦੇ ਪੇਪਰ ਦੇ ਵਿੱਚ ਤਾਂ ਮੈਂ 25 ਮਿੰਟ 'ਚ ਪੇਪਰ ਕਰਕੇ ਦਿੱਤਾ ਸੀ, ਪਰ ਲਿਸਨਿੰਗ ਦੇ ਵਿੱਚ ਪਤਾ ਨਹੀਂ ਉਹ ਕਿਹੜੀ ਅੰਗਰੇਜ਼ਣੀ ਜੀ ਆ ਗਈ ਸੀ, ਪਤਾ ਨਹੀਂ ਕਿ ਅਟਰਮ ਪਟਰਮ ਜਿਹਾ ਮਾਰੇ ਜਾਂਦੇ ਸੀ। ਮੈਨੂੰ ਤਾਂ ਕੁਝ ਸਮਝ ਨਹੀਂ ਲੱਗਿਆ, ਮੈਂ ਤਾਂ ਤੁੱਕੇ ਨਾਲ ਹੀ ਸਹੀ ਗੱਲ ਕਰ ਰਹੀ ਹਾਂ। ਚੱਲ ਛੱਡ, ਤੇਰਾ ਕੀ ਬਣਿਆ? ਮੇਰਾ ਕੀ ਬਣਨਾ, ਜੱਟਾਂ ਨੇ ਕਰਤੀ ਜੱਟਾਂ ਵਾਲੀ, ਆਓ ਮਾਰਿਆ ਭੜਕਾ ਕੇ ਪੇਪਰ। ਓ ਰਹਿਣ ਦੇ ਰਹਿਣ ਦੇ, ਤੂੰ ਤਾਂ ਪਹਿਲਾਂ ਵੀ ਆਈ ਹੋ ਕਹਿੰਦਾ ਸੀ ਜੱਟਾਂ ਨੇ ਜੱਟਾਂ ਵਾਲੀ ਕਰਕੇ ਦਿਖਾ ਦਿੱਤੀ, ਉਹ ਤਾਂ ਬਾਅਦ ਵਿੱਚ ਪਤਾ ਲੱਗਿਆ ਸੀ ਜਦੋਂ ਗੋਰਿਆਂ ਨੇ ਗੋਰਿਆਂ ਵਾਲੀ ਕਰਕੇ ਦਿਖਾ ਦਿੱਤੀ ਸੀ। ਤੂੰ ਬਸ ਕਰ ਟਕੀਰ, ਪੁਰਾਣੀਆਂ ਗੱਲਾਂ ਨਾ ਛੇੜਿਆ ਕਰ ਸੁਣਿਆ, ਨਾਲੇ ਉਸ ਟਾਈਮ ਕੋਈ ਅਨਪੜ੍ਹ ਗਵਾਰ ਗੋਰਾ ਬਹਿ ਗਿਆ ਹੋਊ, ਉਹਨੂੰ ਸਮਝ ਨਹੀਂ ਲੱਗੀ ਹੋਊ ਬਈ ਜੱਟ ਸਾਹਿਬ ਨੇ ਪੇਪਰ 'ਚ ਲਿਖਿਆ ਕੀ ਸੀ। ਤੂੰ ਐਤਕੀ ਦੇਖੀ ਕਿਰਨ ਜੇ 9 ਚੋਂ 8 ਮਿੰਟ ਨਾ ਆਏ ਪੂਰੇ, ਸਭ ਤੋਂ ਪਹਿਲਾਂ ਡੱਬਾ ਲੱਡੂਦਾ ਤੁਹਾਡੇ ਘਰੇ, ਫਿਰ ਲੱਗੂ ਤੁਹਾਡੇ ਕਾਲਜੇ ਅੱਗ। ਆਏ ਹੋਏ ਲੈ ਖਾ, ਕਿੱਦਾਂ ਗੁੱਸਾ ਚੜਿਆ। ਚੱਲ ਛੱਡ, ਗੁੱਸਾ ਕਿਉਂ ਹੁੰਦਾ, ਰੱਬ ਕਰੇ ਤੇਰੇ ਸੱਚੀ ਮਾਂ 8 ਬੈਣ ਆਉਣ। ਆਉਣੇ ਐ, ਵੱਟਦੇ ਪਏ ਨੇ, ਮੈਂ ਕਹੀ ਤਾਂ ਜਾਣਾ। ਚੱਲ ਕੋਈ ਨਹੀਂ, ਰੱਬ 'ਚ ਕਰੋ ਚੰਗਾ ਹੀ ਕਰੋ। ਬਾਬੇ ਨੇ ਵਧੀਆ ਕਰਨਾ ਹੈਗੀ, ਕਿੱਥੇ ਆ ਤੂੰ? ਮੈਂ ਬੱਸ ਤੇ ਉਡੀਕ ਕਰਦੀ ਪਈ ਆ, ਅੱਗ ਲੈਣੀ ਕੋਈ ਬੱਸ ਹੀ ਨਹੀਂ ਆਉਂਦੀ ਪਈ। ਉਹ ਚੱਲ ਕੋਈ ਨਹੀਂ ਕੋਈ ਨਹੀਂ, ਥੋੜਾ ਟਾਈਮ ਹੈ, ਖਾ ਲੈ ਬੱਸਾਂ ਦੇ ਧੱਕੇ। ਜਿੱਦਣ ਮੈਂ ਕੈਨੇਡਾ ਤੁਰ ਗਿਆ ਨਾ, ਸਭ ਤੋਂ ਪਹਿਲਾਂ ਤੈਨੂੰ ਗੱਡੀ ਗਿਫਟ ਕਰੂੰਗਾ, ਬੇਫਿਕਰ ਰਹਿ। ਚੱਲ ਚੰਗਾ ਯਾਰ, ਮੈਂ ਤੇਰੇ ਕਰਕੇ ਆਪਣੀ ਕਾਫੀ ਖਰਾਬ ਕਰ ਲੈਣੀ, ਇੱਧਰ 13,000 ਰੁਪਇਆ ਫੀਸ ਦਿੱਤੀ ਹੈ, ਘੱਟੋ ਘੱਟ ਕਾਫੀ ਦਾ ਫੀ ਇਹਨਾਂ ਦੀ। ਅੱਛਾ ਚੱਲ ਠੀਕ ਆ, ਮੇਰੀ ਬੱਸ ਆ ਗਈ। ਤੇ ਇਹ ਨੇ ਕਿਰਨਪ੍ਰੀਤ ਕੌਰ ਉਰਫ ਕਿਰਨ, ਜੱਸੀ ਦੇ ਨਾਲ ਦੇ ਪਿੰਡ ਤੋਂ, ਜੱਸੀ ਦੀ ਬਚਪਨ ਦੀ ਦੋਸਤ। ਜੱਸੀ ਵਾਂਗ ਇਹਨਾਂ ਦਾ ਵੀ ਆਈਲੈਟਸ ਕਰਕੇ ਕੈਨੇਡਾ ਦੀ ਧਰਤੀ ਤੇ ਜਾਣ ਦਾ ਸੁਪਨਾ ਅਧੂਰਾ ਹੀ ਹੈ, ਅਤੇ ਅੱਜ ਇਸ ਸੁਪਨੇ ਦੀ ਖਾਤਰ ਆਈਲੈਟਸ ਦਾ ਪੇਪਰ ਦੇ ਕੇ ਇਹ ਵੀ ਇੱਕ ਨਵਾਂ ਕਦਮ ਪੁੱਟਣ ਜਾ ਰਹੇ ਹਨ। ਉਹ ਪੈਰੀ ਪੈਣਾ ਬੇਬੇ, ਆ ਗਿਆ ਮੇਰਾ ਪੁੱਤ। ਆ ਗਿਆ ਆ ਗਿਆ, ਜਿੰਦਾ ਰਹਿ। ਕਿਹੋ ਜਿਹਾ ਆਇਆ ਪੇਪਰ? ਉਹ ਬੇਬੇ ਐਤਕੀ ਤੇਰਾ ਪੁੱਤ ਪੂਰਾ ਪੇਪਰ ਕੱਢ ਕੇ ਆਇਆ, ਬਸ ਇੱਕੋ ਗੱਲ ਦਾ ਡਰ ਹੈ ਕਿਤੇ ਕੋਈ ਗੋਰਾ ਅਨਪੜ੍ਹ ਨਾ ਬਹਿ ਜੇ ਫਿਰ ਪੇਪਰ ਚੈੱਕ ਕਰਨ ਨੂੰ। ਲੈ, ਹਰ ਵਾਰੀ ਥੋੜ੍ਹਾ ਇੱਕੋ ਗਲਤੀ ਕਰਨਗੇ, ਐਤਕੀ ਤਾਂ ਕੋਈ ਚੱਜ ਦਾ ਬੰਦਾ ਹੀ ਪਾਉਣਗੇ ਪੇਪਰ ਤੇ। ਹਾਂਜੀ, ਚਾਹ ਤਰਾਂ ਤਰ ਲਈ? ਆ ਜੱਗ ਖਾਲੀ ਪਿਆ, ਪਾਣੀ ਪਿਆ ਦਿਓ। ਹਾਂ ਮੈਂ ਹੁਣੇ ਲੈ ਕੇ ਆਈ ਪੁੱਤ। ਓ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਰੀਜਾਂ ਲਾ ਲਾ ਵੇਂਦੀ ਦੁਨੀਆ ਸਾਰੀ ਏ। ਤੰਗਲੰਗਲੰਗਲੰਗਲੰਗਲੰਗਲੰਗ ਪੈਰੀ ਪੈਣਾ ਬਾਪੂ ਜੀ। ਤੂੰ ਹੱਥੀ ਪੈ, ਪੈਰੀ ਕਿਉਂ? ਹੱਥੀ ਵੀ ਕੀ ਗੱਲ ਨੂੰ ਪੈ, ਸੰਗੀ ਘੁੱਟ ਫਹਾ ਵੱਡ। ਹੁਣ ਕੀ ਕੀਤਾ ਮੈਂ? ਓਏ ਇਹੀ ਤਾਂ ਦੁੱਖ ਹੈ, ਉਹ ਤੂੰ ਕਰਦਾ ਕੁਛ ਨਹੀਂ, ਜਿਹੜੇ ਮੇਰੇ ਕੋਲੇ 4 ਪੈਸੇ ਨੇ ਉਜਾੜਨ ਤੇ ਲੱਗਿਆ ਹੋਇਆ। ਉਹ ਯਾਰ ਮੈਨੂੰ ਇਹ ਸਮਝ ਨਹੀਂ ਆਉਂਦੀ ਤੇਰੀ, ਪੰਜਾਬੀ ਤੈਨੂੰ ਚੱਜ ਹੱਲ ਨਾਲ ਆਉਂਦੀ ਨਹੀਂ, ਪੇਪਰ ਤੂੰ ਅੰਗਰੇਜ਼ੀ ਦੇ ਦਿੰਦਾ ਫਿਰਦਾ। ਵੈਸੇ ਜੱਸੀ ਦਿਲ ਚੋਂ ਭੁਲੇਖਾ ਕੱਢ ਦੇ, ਉੱਥੇ ਵੀ ਦਰਖਤਾਂ ਨੂੰ ਪੱਤੇ ਹੀ ਲੱਗਦੇ ਨੇ, ਡਾਲਰ ਨਹੀਂ ਲੱਗਦੇ। ਹਾਏ ਹਾਏ ਕੀ ਹੋ ਗਿਆ, ਨਿਆਣੇ ਨੂੰ ਪਾਣੀ 'ਚ ਪੀ ਲੈਂਦਾ, ਆਉਂਦਿਆਂ ਸਾਰ ਬੱਦਲ ਵਾਂਗੂ ਵਰ ਭੇਜੇ। ਤੇਰੇ ਐਸੇ ਲਾਡ ਨੇ ਵਿਗਾੜਿਆ ਹੋਇਆ ਇਹ। ਪਾਣੀ ਪੀਣਾ? ਪਾਣੀ ਪੀ ਲਓ। ਪੀਤਾ ਹੋਇਆ ਪਾਣੀ ਮੇਰਾ। ਜਦੋਂ ਨਿਆਣਾ ਕਹਿਣ ਡਿਆ ਵਾ ਵੀ ਮੈਂ ਸਾਰਾ ਪੇਪਰ ਕਰਕੇ ਆਇਆ, ਗੱਲ ਤਾਂ ਸੁਣ ਲਓ ਨਾ ਉਹਦੀ, ਜਰਾਂਦ ਕਰਿਆ ਕਰੋ ਕਿਤੇ। ਮੇਤੋਂ ਲਖਾਲ ਹੈ ਮੇਤੋਂ ਪਾਸ ਨਹੀਂ ਹੁੰਦਾ, ਨਾਲੇ ਜੇ ਹੋ ਵੀ ਗਿਆ ਜਾ ਕੇ ਉੱਥੇ ਨਾਲੀਆਂ ਹੀ ਸਾਫ਼ ਕਰਦੀਆਂ ਨੇ ਗੋਰਿਆਂ ਦੀਆਂ। ਬਾਪੂ ਜੀ ਕੈਨੇਡਾ ਨਾਲੀਆਂ ਨਹੀਂ ਹੈਗੀਆਂ, ਉੱਥੇ ਸੀਵਰੇਜ ਹੈ। ਗਟਰ ਸਾਫ਼ ਕਰ ਲਈ, ਇੱਕੋ ਹੀ ਗੱਲ ਹੈ ਨਾ। ਇੱਕ ਗੱਲ ਕਿਵੇਂ ਹੋ ਗਈ, ਉੱਥੇ ਗਟਰ ਵੀ ਸਾਫ਼ ਕਰੂਗਾ ਨਾ ਤਾਂ ਡਾਲਰ ਮਿਲਣਗੇ, ਇੱਥੇ ਸਾਰੀ ਦਿਹਾੜੀ ਲਾ ਕੇ 10 ਰੁਪਏ ਨਹੀਂ ਬਣਦੇ ਕਿਤੇ, ਨਾਲੇ ਸ਼ੁਰੂ 'ਚ ਜਾ ਕੇ ਸਾਰਿਆਂ ਨੂੰ ਕੰਮ ਕਰਨਾ ਹੀ ਪੈਂਦਾ, ਆਪੇ ਹੌਲੀ ਹੌਲੀ ਸੈੱਟ ਹੋ ਜੂਗਾ। ਪੱਲੇ ਹੋ ਪੰਜਾਬੀ ਹੋ, ਜੇ ਐਂ ਜਾ ਕੇ ਤੁਸੀਂ ਸਾਰੇ ਸੈੱਟ ਹੋਣ ਲੱਗੇ ਨਾ, ਦਿਨ ਦੂਰ ਨਹੀਂ ਤੁਹਾਡੀਆਂ ਜ਼ਮੀਨਾਂ ਯੂਪੀ ਬਿਹਾਰ ਵਾਲੇ ਸਾਂਭਣਗੇ। ਧਾਲੀਵਾਲ, ਗਰੇਵਾਲ, ਸਿੱਧੂ, ਖਰੌੜ, ਗਰੇਵਾਲ ਇਹ ਨਹੀਂ ਜੰਮਣੇ, ਤ੍ਰਿਵੇਦੀ, ਮਿਸ਼ਰੇ, ਯਾਦਵ ਜੰਮਣਗੇ। ਜੇ ਕੋਈ ਚੱਜ ਦੀ ਗੱਲ ਨਹੀਂ ਨਾ ਆਉਂਦੀ ਤੇ ਘੱਟੋ ਘੱਟ ਮੂੰਹ ਬੰਦ ਰੱਖਿਆ ਕਰੋ। ਅਗਲਾ ਪੇਪਰ ਕਦੋਂ ਆ ਬਤ? ਬੇਬੇ ਅਗਲਾ ਪੇਪਰ ਮੇਰਾ 28 ਨੂੰ। 28 ਤਰੀਕ ਕਦੋਂ ਆ ਭਲਾ? ਆ ਪਰਸੋਂ ਅੰਗਰੇਜ਼ੀ ਬੋਲਣ ਦਾ ਪੇਪਰ ਮੇਰਾ। ਚੱਲ ਜਾ ਮੇਰਾ ਪੁੱਤ, ਕਰ ਤਿਆਰੀ ਫਿਰ। ਠੀਕ ਹੈ ਜੀ। ਅੱਛਾ ਉਹ ਲੰਗ ਲਚਕਾਣੇ ਵਾਲੀ ਕਿਰਨ ਦਾ ਕੀ ਬਣਿਆ ਪੁੱਤ? ਉਹਦੇ ਨਾਲ ਉਹੀ ਗੱਲ, ਉਹਦਾ ਪੇਪਰ ਬੜਾ ਔਖਾ ਆ ਇਹ, ਉਹਦੇ ਨਹੀਂ ਆਣੇ ਬੈਂਡ ਬੂੰਡ। ਹਾਏ ਹਾਏ, ਪਾਸ ਹੋ ਜੇ ਵਿਚਾਰੀ, ਇਕੱਠੇ ਪੜ੍ਹਦੇ ਰਹੇ ਸ਼ੁਰੂ ਤੋਂ।
ਵੇਖਿਆ ਭਾਲਿਆ ਟੱਬਰ ਆ ਤਿੰਨ ਪੀੜੀਆਂ ਤੋਂ ਸਾਂਝੇ ਆਪਣੀ ਉਹਨਾਂ ਨਾਲ। ਗੱਲ ਤੇ ਸਹੀ ਤੁਹਾਡੀ, ਹਰ ਵਾਰੀ ਤੇ ਵਿਚਾਰੀ ਤੇਰੇ ਨਾਲ ਪਾਸ ਹੁੰਦੀ ਰਹੀ ਆ, ਐਤਕੀ ਵੇਖੋ ਅੱਗੇ ਲੰਘਦੀ ਆ ਕਿ ਪਿੱਛੇ ਰਹਿੰਦੀ। ਲੈ ਓ ਜੱਟ ਸਾਹਿਬ ਤੋਂ ਅੱਗੇ ਕਿਵੇਂ ਲੰਘ ਜੂ ਕੋਈ? ਚੰਗਾ ਬੇਬੇ ਮੈਂ ਪੜ ਲਾਂ। ਚੰਗਾ ਪੁੱਤ। ਜੱਟ ਸਾਹਿਬ ਨੱਕ ਨਾ ਨਾਸਾਂ ਪਲੰਘ ਚੜ ਬੈਸਾਂ। ਜੱਟ ਸਾਹਿਬ ਪੁੰਡਾਂ ਦੀ ਖੱਖਰ। ਉਹ ਪੈਰੀ ਪੈਣਾ ਬੇਬੇ, ਤੇਰਾ ਪੁੱਤ ਚੱਲੇ ਆ ਜਾ ਪੇਪਰ ਪਾਉਣ। ਜਿੰਦਾ ਵਸਦਾ ਰਹਿ ਮੇਰਾ ਪੁੱਤ, ਵਾਵਾ ਸਾਰੇ ਨੰਬਰ ਲੈ ਕੇ ਆਵੀਂ। ਲੈ ਵਾਵਾ ਸਾਰੇ ਕਿੰਨੇ ਕ? ਉਹ ਗੋਰਿਆਂ ਨੇ ਨੰਬਰ ਹੀ ਨੌ ਰੱਖੇ ਆ। ਹਏ ਨੌ ਹੀ ਬੜੇ ਆ। ਉਹ ਬਾਪੂ ਕਿੱਥੇ ਆ? ਉਹ ਟਰੈਕਟਰ ਲੈ ਕੇ ਗਏ ਬਾਹਰ ਨੂੰ। ਰਹਿਣ ਦੇ ਤੂੰ ਬਾਪੂ, ਐਵੇਂ ਖਿਜੂਗਾ। ਜਾ ਮੇਰਾ ਪੁੱਤ ਸਿੱਧਾ ਠਾਹ ਕਰਕੇ ਪੇਪਰ ਦੇ ਕੇ ਆ। ਠੀਕ ਹੈ ਬੇਬੇ। ਹਏ ਰੋਟੀ ਤਾਂ ਖਾ ਜਾ, ਤੱਤੀ ਤੱਤੀ ਲੱਥਣ ਡਈ ਆ। ਉਹ ਮੈਂ ਸ਼ਹਿਰੋਂ ਪੀਜ਼ਾ ਖਾਊ ਅੱਜ। ਹਏ ਵੀ ਉਹ ਕੀ ਹੁੰਦਾ ਅੱਗ ਲੱਗਣਾ? ਉਹ ਵੀ ਗੋਰਿਆਂ ਦੀ ਰੋਟੀ ਹੁੰਦੀ ਆ, ਉੱਤੋਂ ਸਬਜ਼ੀ ਪਾਈ ਹੁੰਦੀ ਉਹਨਾਂ ਨੇ, ਨਾਲੇ ਕਾਲੀ ਮਿਰਚ ਦਿੰਦੇ ਤੂੜਨ ਉੱਤੇ। ਖਾਣੀ ਰੋਟੀ ਤਾਂ ਨਾ ਪੀਜਾ। ਓਹੋ ਬੀਬੀ ਤੂੰ ਵੀ ਨਾ ਗੋਰਿਆਂ ਦਾ। Good afternoon sir, welcome to the IELTS center. Not from that way sir, from this way you have to go. ਇੱਧਰ। So, what is your name? What is your full name? Jaswinder Singh. My name is Jaswinder Singh. Fine Jaswinder, can I see your identification please? Yes, haan ji. Your passport. Passport main leke aaya haan ji. Passport. Oh, that's wonderful. Bada wonderful hai ji, haan ji. So how may I call you? Call kar liyo jadon kade vi. No. What name I should call you? Jaswinder Singh ghar de pyar na Jassi kehnde ne ji, laadlan ji kar rahe hunda. Fine Mr. Jassi. Haan ji. So you're comfortable, relax? Haan ji. Shall we start with the interview? ਹਜੇ ਹੋਣੀ ਹੈ ਜੀ ਸਟਾਰਟ? ਯੈਸ। ਅੱਛਾ ਜੀ, ਹੋਣੀ ਹੋਈ। ਚਲੋ ਜੀ। ਓਕੇ, ਦਿਸ ਇਜ਼ ਸੋਨੀਆ ਧਵਨ ਟੇਕਿੰਗ ਇੰਟਰਵਿਊ ਆਫ ਮਿਸਟਰ ਜੱਸੀ। ਹਿਸ ਕੈਂਡੀਡੇਟ ਨੰਬਰ ਇਜ਼ 4321-0। ਲੈਟਸ ਸਟਾਰਟ ਵਿਦ ਦ ਇੰਟਰਵਿਊ ਨਾਓ। ਫਾਈਨ, ਸੋ ਵੇਅਰ ਡੂ ਯੂ ਲਿਵ? ਯੋਰ ਹੋਮ ਟਾਊਨ ਪਲੀਜ਼। ਹੋਮ ਟਾਊਨ? ਮੈਮ, ਆਈ ਲਿਵ ਇਨ ਪਿੰਡ ਲਚਕਾਣੀ, ਇਟ ਇਜ਼ ਇਨ ਪਟਿਆਲਾ। ਓਕੇ ਮੈਮ, ਇਟ ਇਜ਼ ਵੈਰੀ ਬਿਊਟੀਫੁਲ ਪਿੰਡ ਮੈਮ, ਲਾਈਕ ਇਟ ਹੈਜ਼ ਸੋ ਮੈਨੀ ਬਿਊਟੀਫੁਲ ਥਿੰਗਸ। ਮਤਲਬ ਮੈਮ, ਇਟ ਹੈਜ਼, ਮਤਲਬ ਜਿਹੜੀ ਚੀਜ਼ ਮੈਂ ਤੁਹਾਨੂੰ ਸਮਝਾਉਣੀ ਚਾਹੁੰਦਾ ਨਾ ਜੀ, ਉਹ ਇੰਗਲਿਸ਼ 'ਚ ਸਮਝਾ ਨਹੀਂ ਸਕਦਾ ਜੀ। ਸਾਡੇ ਪਿੰਡ ਦੇ ਖੇਤਾਂ ਦੀਆਂ ਵੱਟਾਂ 'ਤੇ ਜਿਹੜਾ ਤੁਰ ਕੇ ਨਜ਼ਾਰਾ ਆਉਂਦਾ ਨਾ ਜੀ, ਹੋਰ ਕਿਤੇ ਨਜ਼ਾਰਾ ਨਹੀਂ ਆ ਸਕਦਾ ਜੀ। ਐਂ ਲੱਗਦਾ ਜੀ ਜਿਵੇਂ ਇੱਕ ਲਹਿਰੀ ਮੋਰਨਾ ਜੀ ਪਹਿਲਾਂ ਪਾਉਂਦਾ ਹੋਵੇ, ਅਤੇ ਜਦੋਂ ਜਨਾਨੀਆਂ ਸਾਹ ਕੱਢਦੀਆਂ ਦੇਖੀਦੀਆਂ ਨਾ ਜੀ, ਉਹ ਬਹੁਤ ਬਹੁਤ ਬਿਊਟੀਫੁਲ ਹੈ ਜੀ ਕੰਮ। ਮਤਲਬ ਹੈ ਜੀ ਗਾਓ ਸਾਡਾ। I think this is fine. So this is the end of the speaking test. I wish you all the best for your examination. Thank you, ma'am. Thank you. Have a wonderful weekend. Oh, haan ji, ki haal hai janab? Bas vadhiya. Tusi sunao. Oh, main vi theek haan. Oh, speaking wala paper kitta hoya? Ek do jagah ad gayi si. Baaki ta theek si. ਬਸ ਉਹ ਗੋਰਾ ਜਿਹਾ ਘੂਰੀ ਜਾਂਦਾ ਸੀ, ਓਵਰਆਲ ਵਧੀਆ ਸੀਗਾ। ਉਹ ਯਾਰ, ਮੇਰੀ ਵਾਰੀ ਵੀ ਇਹਨਾਂ ਨੇ ਸਾਹਮਣੇ ਗੋਰਾ ਬਿਠਾਤਾ, ਮੈਂ ਉਹਨੂੰ ਦੇਖ ਦੇਖ ਡਰੀ ਜਾਵਾਂ। ਯਾਰ, ਜੇ ਬੰਦਾ ਸਾਹਮਣੇ ਕੋਈ ਪੰਜਾਬੀ ਹੋਵੇ ਨਾ, ਫਿਰ ਮੇਰੇ ਵਰਗਾ ਵਾਕ ਵੀ ਕੱਢ ਲੈਂਦਾ ਹੁੰਦਾ ਫੇ। ਪਾਗਲਾ ਜਿਹਾ, ਆਇਲਸ ਕਰਕੇ ਜਾਣਾ ਵੀ ਤਾਂ ਗੋਰਿਆਂ ਦੇ ਕੋਲ ਹੀ ਹੈ ਨਾ, ਉੱਥੇ ਕਿਹੜਾ ਪੰਜਾਬੀ ਮਾਸਟਰਾਂ ਨੇ ਪੜ੍ਹਾਉਣਾ। ਆਹੋ ਯਾਰ, ਗੱਲ ਤੇਰੀ ਸਹੀ ਹੈ। ਚੱਲ ਛੱਡ, ਹੈਗੀ ਕਿੱਥੇ ਤੂੰ? ਮੈਂ ਕਜ਼ਨ ਦੇ ਨਾਲ ਸ਼ਹਿਰ ਆਈ ਸੀ। ਉਹ ਤੂੰ ਤਿਆਰੀ ਖਿੱਚ ਤਿਆਰੀ, ਹੋਰ 12 ਦਿਨਾਂ ਨੂੰ ਆਪਣਾ ਰਿਜ਼ਲਟ ਆ ਜਾਣਾ ਤੇ ਆਪਾਂ ਚੱਲ ਜਾਣਾ ਕੈਨੇਡਾ ਨੂੰ। ਚੱਲ ਚੱਲ ਠੀਕ ਆ ਦੀਦੀ, ਆ ਗਏ, ਮੈਂ ਚੱਲਦੀ ਹਾਂ। ਉਹ ਕੈਂਠੇ ਸੋਹਣੇ ਦੇ ਕਰਦਣਾ। ਰੁਕ ਜਾ, ਮੇਰੀ ਜਾਣੀ ਫੁੱਗੀ। ਹਾਂਜੀ ਬੀਬੀ। ਹਾਂ, ਮੂੰਹ ਮਿੱਠਾ ਕਰਕੇ ਜਾ ਮੇਰਾ ਪੁੱਤ। ਹੈ ਉਹ ਕੀ ਬੀਬੀ ਤੁਸੀਂ ਵੀ? ਚੱਲ ਚੱਲ ਚੱਲ, ਆ ਕਰ ਆ। ਨਾ, ਮੈਂ ਨਹੀਂ। ਥੋੜੇ ਜੇ ਇਹ ਆ, ਅੱਜ ਮੇਰੇ ਪੁੱਤ ਦਾ ਐਟਲ ਦਾ ਨਤੀਜਾ ਹੋਣਾ।
ਆਲੰਦੇ ਨਤੀਜੇ ਮੈਂ ਤਾਂ ਸਾਰੇ ਪਿੰਡ ਵਿੱਚ ਲੱਡੂ ਵੰਡਨੇ ਆ। ਤੂੰ ਤਿਆਰੀ ਖਿੱਚ ਬੇਬੇ, ਜੱਟ ਸਾਹਿਬ ਆਏ ਨਤੀਜਾ ਲੈ ਕੇ। ਲੈ ਬਸ ਮੈਂ ਹੁਣੇ ਡੀਕਣ ਡਈ, ਇੱਥੇ ਖਲੋਤੀ ਆ ਜਾ ਫਟਾਫਟ। ਹੈ ਮਾ ਸਦਕੇ ਮੇਰ ਕਰੀ ਦਾਤਿਆ, ਐਤਕੀ ਬੇੜਾ ਬੰਨੇ ਲਾ ਦੇ, ਲੱਡੂ ਵੰਡੇ ਜੋਗੀ ਕਰ ਦੇ ਮੈਨੂੰ। ਟਾਟਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹ ਭਾਅ ਜੀ, ਮੈਂ ਆਪਣੇ ਆਈਲੈਟਸ ਦਾ ਰਿਜ਼ਲਟ ਦੇਖਣਾ ਸੀਗਾ ਜੀ। ਜੀ ਜ਼ਰੂਰ, ਪਰ ਇੱਕ ਗੱਲ ਦੱਸੋ, ਤੁਸੀਂ ਆਈਲੈਟਸ ਆਈ ਡੀ ਬੀ ਜਾਂ ਬ੍ਰਿਟਿਸ਼ ਤੋਂ ਕੀਤੀ ਸੀ? ਉਹ ਇੰਨਾ ਨਹੀਂ ਪਤਾ ਭਾਅ ਜੀ, ਆ ਮੇਰੇ ਕੋਲ ਪਰਚੀ ਹੈਗੀ ਇੱਕ। ਆ ਵੇਖੋ ਭਾਅ ਜੀ। ਜਸਵਿੰਦਰ ਸਿੰਘ? ਹਾਂਜੀ। ਕੀ ਬਣਿਆ ਭਾਅ ਜੀ? ਦੇਖ ਰਹੇ ਹਾਂ ਭਰਾਵਾ, ਭਾਅ ਜੀ ਤੁਹਾਡੇ ਬੈਂਡ ਆ ਗਏ ਨੇ ਪੂਰੇ 5:30। ਉਹ ਭਾਅ ਜੀ ਧਿਆਨ ਨਾਲ ਵੇਖੋ, ਘੱਟੋ ਘੱਟ 6 ਤੇ ਕਰੋ ਪੂਰੇ। ਭਾਅ ਜੀ ਮੈਂ ਕਿਹੜਾ ਆਪਣੇ ਪੱਲੋ ਬੈਂਡ ਪਾ ਕੇ ਦੇਣੇ ਹੈ, ਜਿੰਨੇ ਆਏ ਉਨੇ ਦੱਸਾਂਗਾ, ਜੇ ਨਹੀਂ ਯਕੀਨ ਤਾਂ ਲਓ ਖੁਦ ਦੇਖ ਲਓ। ਜ਼ੁਬਾਨ ਦੇਖੇਦੀ ਲੁਤਰੋ ਲੁਤਰੋ ਐ ਚੱਲਦੀ ਆ ਕੰਚੀਆਂ ਕੋ। ਤੂੰ ਬਹਿ ਜਾ ਇੱਥੇ, ਦੇਖ ਭਲੀ ਚੰਗੀ ਖੇਤੀ ਹੈ, ਪੜ੍ਹਾਈ 'ਤੇ ਜਿਹੜਾ ਤੂੰ ਜ਼ੋਰ ਲਾਉਣਾ ਸੀ ਲਾ ਲਿਆ, ਟਰੈਕਟਰ ਚੱਕ ਤੇ ਖੇਤੀ ਕਰ ਆਪਣੀ। ਜੀ ਬਾਪੂ। ਵਾਹੀ ਕਰ ਲਾ, ਵਾਹੀ ਕਰ ਲਾ, ਹੋਰ ਕੋਈ ਗੱਲ ਨਹੀਂ ਆਉਂਦੀ ਤੈਨੂੰ? ਮੁਰੱਬਿਆਂ ਵਾਲੇ ਇੱਥੇ ਭੁੱਖੇ ਤੁਰੇ ਫਿਰਦੇ ਆ, ਇਹਦੀਆਂ ਤਾਂ ਝੁੰਗੇ 'ਚੋਂ ਹੈ ਵੀ 20 ਕਿੱਲੜੀਆਂ। ਗੱਲਾਂ ਮਾਰਦਾ। ਵਾ ਭਲੀਏ ਲੋਕੇ ਅਕਲ ਨੂੰ ਹੱਥ ਮਾਰ, ਖੇਤੀ 'ਚੋਂ ਕੀ ਨਹੀਂ ਬਚਦਾ? ਗੱਲ ਥੋੜ੍ਹੀ ਜਿਹੀ ਸੰਜਮ ਦੀ ਹੁੰਦੀ ਹੈ, ਸੰਜਮ ਨਾਲ ਚੱਲੋ ਸਭ ਕੁਛ ਬਚਦਾ। ਮੈਨੂੰ ਦੇਖ ਲਾ, ਜਿੱਦਣ ਦੀ ਮੈਂ ਖੇਤੀ ਸ਼ੁਰੂ ਕੀਤੀ ਹੈ ਕੀ ਨਹੀਂ ਬਣਿਆ। ਭੈਣ ਵਿਆਹੀ, ਆਪਦਾ ਵਿਆਹ ਕਰਾਇਆ, ਘਰ ਬਣ ਗਿਆ, ਕਾਰ ਖੜੀ ਆ, ਟਰੈਕਟਰ ਹੈਗਾ, ਤੇਲਾ ਕਿਸੇ ਦਾ ਦੇਣਾ ਨਹੀਂ। ਜੇ ਤੜਕੇ ਬਾਬਰੀਆਂ ਨੂੰ ਲਾ ਕੇ ਤੇਲ ਨਿਕਲ ਜਾਣਾ ਮੋਟਰਸਾਈਕਲ ਦੀ ਕਿੱਕ ਮਾਰ ਕੇ, ਰਾਤ ਤਾਂ ਹੀ ਵੜਨਾ ਨਹੀਂ, ਫੇਰ ਨਹੀਂ ਹੁੰਦੀ ਖੇਤੀ। ਉਹ ਪੁਰਾਣੇ ਬਜ਼ੁਰਗ ਕਹਿ ਗਏ ਤੁਹਾਨੂੰ, ਖੇਤੀ ਖਸਮਾਂ ਸੇਤੀ, ਆਪ ਕਰਾਉਣੀਆਂ ਤਾਂ ਹੋਜੂ, ਨਹੀਂ ਹੁੰਦੇ ਨਹੀਂ ਬੱਤੀਆਂ ਦੇ ਦੇਤੀ। ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ, ਤੇ ਮਾਂ ਕਦੇ ਪੁੱਤ ਨੂੰ ਭੁੱਖਾ ਨਹੀਂ ਮਰਨ ਦਿੰਦੀ। ਦੇਖ ਮੇਰੇ ਸ਼ੇਰ ਵਗਿਆ। ਠੀਕ ਹੈ, ਪਰ ਆਪਸ ਚ ਬੈਠ ਕੇ ਸਲਾਹ ਤੇ ਕਰ ਲੋ। ਤੂੰ ਨਾ ਕਦੇ ਪਿਓ ਪੁੱਤ ਦੀ ਗੱਲ ਹੋ ਲੈਣ ਦੀ, ਜ਼ੁਬਾਨ ਚੋਂ ਗੱਲ ਨਿਕਲੀ ਨਹੀਂ, ਮੇਰਾ ਤੂੰ ਲੱਤ ਫਸਾਈ ਨਹੀਂ ਵਿੱਚ। ਕੋਈ ਨਹੀਂ ਬੇਬੇ, ਤੂੰ ਰਹਿਣ ਦੇ, ਜੇ ਮੇਰੇ ਭਾਗਾ ਜਾਂ ਖੇਤਾਂ ਰੌਲਾ ਲਿਖਿਆ ਨਾ, ਮੈਂ ਫਿਰ ਖੇਤੀ ਉਹ ਕਰ ਲਾਂ। ਹੋ ਗਈ ਸ਼ਾਂਤੀ, ਪੈ ਗਈ ਕਾਲਜੇ 'ਚ ਠੰਡ, ਅਨਮੋਲ ਵਚਨ ਬੋਲਦਾ ਰਹਿੰਦਾ ਹਰ ਵੇਲੇ, ਰੁੱਸ ਗਿਆ ਨਾ ਹੁਣ। ਪੈ ਗਈ ਠੰਡ, ਪਤਾ 100,000 ਰੁਪਏ 'ਚ ਪਾਣੀ, ਕਦੇ ਚੰਡੀਗੜ੍ਹ ਕਦੇ ਦਿੱਲੀ, ਨਾ ਇਹ ਨਹੀਂ ਵੀਜ਼ੇ ਲੱਗਦੇ ਹੁੰਦੇ। ਹੋ ਗਈ ਪਾਸ, ਨਾ 5 ਬੈਂਡਾਂ 'ਚ ਦੱਸਿਓ ਕਿਹੜੇ ਮੁਲਕ ਦਾ ਵੀਜ਼ਾ ਲੱਗਦਾ, ਇਹ ਤਾਂ ਮਨ ਹੁਸ ਜੰਮੀ ਹੋਈ ਘਾਟਿਆ ਲਈ ਹੈ। ਰੂਪ, ਜ਼ਬਾਨ ਸੰਭਾਲ ਕੇ ਗੱਲ ਕਰ, ਜੋ ਵੀ ਮੂੰਹ ਵਿੱਚ ਆਉਂਦਾ ਬੋਲੀ ਜਾਂਦੀ ਹੈ। ਮੇਰੀ ਇੱਕੋ ਇੱਕ ਧੀ ਹੈ ਤੇ ਮੈਂ ਇਹਨੂੰ ਪੁੱਤਾਂ ਵਾਂਗ ਪਾਲਿਆ, ਸਾਰਾ ਪਿੰਡ ਮੇਰੀ ਧੀ ਦੀਆਂ ਸਿਫਤਾਂ ਕਰਦਾ ਨਹੀਂ ਥੱਕਦਾ। ਜੇ ਤੈਨੂੰ ਬਾਹਲਾ ਹੀ ਦੁੱਖ ਹੈ ਨਾ, ਤਾਂ ਆਪਣੇ ਢਿੱਡੋਂ ਜੰਮ ਲੈਣੀ ਸੀ। ਇਹ ਬਾਝ ਹੋਣ 'ਚ ਮੇਰਾ ਕਸੂਰ ਹੈ, ਮੈਂ ਉਸ ਰੱਬ ਨੂੰ ਕਿਹਾ ਸੀ ਕਿ ਮੈਨੂੰ ਬਾਝ ਬਣਾਵੇ, ਮੈਂ ਤਾਂ ਆਪ ਉਹਨੂੰ 24 ਘੰਟੇ ਕੋਸਦੀ ਹਾਂ ਕਿ ਮੇਰੇ ਢਿੱਡ ਦਾ ਜੰਮਿਆ ਹੁੰਦਾ। ਮੇਰੀ ਤਾਂ ਸਾਰੀ ਦਿਹਾੜੀ ਮਨਹੂਸ ਦਾ ਮੂੰਹ ਦੇਖਦਿਆਂ ਲੰਘ ਜਾਂਦੀ ਹੈ, ਨਾਲੇ ਤੂੰ ਹੀ ਚਲਾ ਜੀ ਕਨੇਡਾ, ਫੜ ਲਈ ਹੁਣ ਜਹਾਜ਼ ਦੀ ਪੂਛ। ਬੈਠ ਪੁੱਤ, ਦੇਖ ਪੁੱਤ, ਜੇ ਨੰਬਰ ਵਧੀਆ ਨਹੀਂ ਆਏ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ, ਇਹਦਾ ਮਤਲਬ ਇਹ ਨਹੀਂ ਵੀ ਜ਼ਿੰਦਗੀ ਖਤਮ ਹੋ ਗਈ। ਤੂੰ ਦਿਲ ਛੋਟਾ ਨਾ ਕਰੀਂ, ਆਪਾਂ ਇੱਥੇ ਕੋਈ ਨੌਕਰੀ ਲੱਭ ਲਵਾਂਗੇ,
ਜਿਵੇਂ ਤੁਹਾਡੀ ਮਰਜ਼ੀ। ਹਾਂ ਸ਼ਾਬਾਸ਼ ਮੇਰਾ ਬੀਬਾ ਪੁੱਤ। ਬੇਟਾ ਦੁਕਾਨਦਾਰ ਨੇ ਆ ਨਤੀਜੇ ਦਾ ਪੇਪਰ ਕੱਢ ਕੇ ਦਿੱਤਾ ਸੀ, ਤੂੰ ਬਿਲਕੁਲ ਚਿੰਤਾ ਨਾ ਕਰੀ। ਕਾਲ ਕਰ ਰਿਹਾ ਸੀ ਤੇ ਤੂੰ ਕਿਹੜਾ ਅੱਗੋ ਚੁੱਕ ਲਿਆ? ਬੇਬੇ ਬਾਪੂ ਕੋਲ ਸੀ ਗਾਲਾਂ ਖਾਣ ਨੂੰ। ਗਾਲਾਂ? ਹੁਣ ਕਿਹੜਾ ਨਵਾਂ ਚੰਨ ਚਾੜਿਆ ਈ? ਬਾਪੂ ਜੀ ਸ਼ਹਿਰ ਗਏ ਸੀ ਰਿਜ਼ਲਟ ਲੈਣ ਨੂੰ, ਮੇਰੇ 5 ਬੈਂਡ ਆਏ। ਬਸ 5? ਲੈ ਫਿਰ ਤੇ ਕੁਝ ਵੀ ਨਹੀਂ ਆਏ ਤੇਰੇ। ਹਾਂ ਆਏ ਤਾਂ ਕੁਝ ਵੀ ਨਹੀਂ, ਤੇਰੇ ਕਿੰਨੇ ਆਏ? ਮੇਰੇ? ਮੇਰੇ 5.5। ਤੈਨੂੰ ਸ਼ਰਮ ਨਹੀਂ ਆਉਂਦੀ? ਮੈਂ ਚਾਚਾ ਤੂੰ ਸੁਣਾ ਆਪਣੇ ਅਮਰੀਕੇ ਵਾਲੇ ਮੁੰਡੇ ਦਾ, ਕਰੀ ਜਾਂਦਾ ਫਿਰ ਵਾਈ ਹੋਈ? ਓ ਇੱਥੇ ਕੈਨੇਡਾ ਵਾਲੇ ਕਰੀ ਜਾਂਦੇ ਆ, ਅਮਰੀਕਾ ਵਾਲਿਆਂ ਦਾ ਢਿੱਡ ਦੁਖਦਾ। ਇੱਥੇ ਖਲੋ ਮੈਂ ਆਉਣਾ ਚਾਚਾ। ਓ ਚਾਚਾ ਐਵੇਂ ਮਜ਼ਾਕ ਨਹੀਂ ਕਰੀਦਾ, ਜਦੋਂ ਮੈਂ ਉੱਡ ਗਿਆ ਨਾ ਕੈਨੇਡਾ ਨੂੰ ਤੇ ਉੱਥੋਂ ਲਵਾਉਣੀ ਤੇਰੀ ਵੱਡੀ ਸਿਫਾਰਿਸ਼, ਤੇ ਸਭ ਤੋਂ ਪਹਿਲਾਂ ਸਿਫਾਰਿਸ਼ ਲਵਾ ਕੇ ਤੇਰੀ ਕਰਾਊ ਬਦਲੀ, ਤੇ ਬਦਲੀ ਕਰਾਊ ਮੈਂ ਅੰਡੇਮਾਨ ਨਿਕੋਬਾਰ ਦੀ, ਤੇ ਉੱਥੇ ਵੰਡਦਾ ਫਿਰੀ ਚਿੱਠੀਆਂ। ਓ ਚਾਚਾ ਤੇਰਾ ਰਿਟਾਇਰਮੈਂਟ ਦਾ ਟਾਈਮ ਹੈ, ਐਵੇਂ ਪੈਸਿਆਂ ਨਾ ਕਰ। ਐਵੇਂ ਗੁੱਸਾ ਨਹੀਂ ਕਰੀਦਾ ਭਤੀਜ, ਮੈਂ ਤੈਨੂੰ ਸਮਝਾਉਣ ਡਿਆ ਬਈ ਬਾਹਰ ਦਾ ਖਹਿੜਾ ਛੱਡ ਦੇ, ਇੱਥੇ 4 ਸਿਆਲ ਹੈਗੇ ਆ, ਵਾਹੀ ਜਾ ਤੇ ਖਾਈ ਜਾ, ਕਿਤੇ ਉਹ ਨਾ ਆਵੇ ਬਈ ਅਗਲੀ ਹੱਥ ਨਾ ਆਈ ਮਗਲੀ ਕੁੱਤਾ ਲੈ ਗਿਆ। ਉਹ ਜਾਣਦੇ ਚਾਚਾ, ਨਾਲੇ ਆ ਨੇਕ ਸਲਾਹ ਨਾ ਆਪਣੇ ਕੋਲ ਹੀ ਰੱਖੀ। ਆ ਗਈ ਸੁਣਿਆ? ਮੈਂ ਅਖਬਾਰ ਅਜੇ ਹੁਣੇ 3 ਰੁਪਈਆਂ ਦੀ ਲੈ ਕੇ ਆਇਆ, ਪੜ੍ਹੀ ਵੀ ਨਹੀਂ ਮੈਂ ਤਾਂ ਅਜੇ। ਤੇ ਜਿਹੜਾ ਮੇਰਾ ਟਾਈਮ ਵੇਸਟ ਕੀਤਾ ਨਾ ਚਾਚਾ, ਇਹ ਉਹਦਾ ਹਰਜਾਨਾ ਹੀ। 35,000 ਆਈਲੈਟਸ ਤੇ ਬਰਬਾਦ ਕਰ ਲੈਣਾ, ਤਿੰਨਾਂ ਦੀ ਅਖਬਾਰ ਲੈ ਕੇ ਨਹੀਂ ਪੜ੍ਹਦੀ। ਲਾਹੌਰ ਦੇ ਸ਼ਕੀਨ ਬੋਝੇ ਚ ਗਾਜਰਾਂ। ਉਹ ਜਾ ਚਾਚਾ ਜਾ, ਪਿੰਡ ਵੰਡ ਚਿੱਠੀਆਂ, ਪਿੰਡ ਨੂੰ ਹੋ ਜਾ, ਐਵੇਂ ਰੌਲਾ ਪਾਇਆ। ਮਨਜੀਤ ਕੌਰ? ਹਾਂਜੀ। ਉਹ ਚਾਈ ਕਰ ਲਾ ਮੇਰੇ ਵਾਸਤੇ। ਹੈਲੋ, ਸੁਣਿਆ ਨੀ? ਧਰਤੀ ਧਰਤੀ ਕਿੱਥੇ? ਆ ਵੇਖੋ ਗੈਸ ਤੇ। ਓਏ ਮੇਰੇ ਟੱਬਰ ਦੀ ਇਹ ਸਭ ਤੋਂ ਸੁਚੱਜੀ ਏ ਜਨਾਨੀਏ, ਓ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ, ਤੁਹਾਡੇ ਪ੍ਰੈਸ਼ਰ ਕੁੱਕਰ ਗੈਸਾਂ ਦੀ ਰੋਟੀ ਬਣੀ ਹੋਈ ਮੇਰੇ ਇੱਕ ਬੁਰਕੀ ਨਹੀਂ ਹੋਏ ਅੰਦਰ ਲੱਗਦੀ। ਐਡੇ ਵੱਡੇ ਪੱਕੇ ਘਰ ਦੇ ਬਾਹਰ ਇੱਕ ਖੂਜੇ 'ਚ ਮੈਂ ਚੁੱਲ੍ਹਾ ਬਣਵਾਇਆ, ਇਸੇ ਕਰਕੇ ਬਣਵਾਇਆ ਵੀ ਮੇਰੀ ਰੋਟੀ 'ਚੋਂ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਉਂਦੀ ਰਹੀ। ਔਰ ਮੈਂ ਨਹੀਂ ਉਹ ਖਾਸਾ ਦਾ ਚਿਹਰਾ ਤੁਹਾਡੀਆਂ ਕਿੱਥੇ ਨੇ ਦੁਖੀ ਕੀਤਾ। ਆਓ ਜੱਟ ਸਾਹਿਬ ਬੈਠੋ, ਸੁਣਾਓ ਕੋਈ ਰੱਬ ਘਰ ਦੀ। ਮੈਂ ਗੱਲ ਕਰਨੀ ਇੱਕ। ਬੋਲੋ। ਉਹ ਮੈਂ ਨਾ ਆਈਲੈਟਸ ਕਰਨੀ। ਹੈਂ? ਆਈਲੈਟਸ ਕਰਨੀ ਮੈਂ। ਤੂੰ ਜਿਹੜਾ ਪਹਿਲਾਂ ਜ਼ੋਰ ਲਾਉਣਾ ਸੀ ਲਾ ਲਿਆ, ਤੇਰਾ ਦਿਮਾਗ ਹੈ ਨਹੀਂ ਉਹ ਪੜ੍ਹਾਈ ਵਾਲਾ, ਤੂੰ ਰਹਿਣ ਦੇ। ਮੈਂ ਕਰਨੀ ਉਹ ਕਰਨੀ ਯਾਰ। ਇਹ ਤਾਂ ਉਹ ਗੱਲ ਹੋਈ ਵੀ 9 ਸਾਲ ਕੁੱਤੇ ਦੀ ਪੂਛ ਪਾਈਪ 'ਚ ਪਾ ਕੇ ਰੱਖੀ, ਜਦੋਂ ਕੱਢੀ ਟੇਢੀ ਦੀ ਟੇਢੀ। ਹਾਏ ਹਾਏ,
ਜਦੋਂ ਗੱਲ ਕਰਦਾ ਉਹਦੇ ਗਲ ਪੈ ਜਾਂਦੇ ਜੇ ਆਰਾਮ ਨਾਲ ਗਲਤ ਸੁਣ ਲਓ ਨਾ ਨਿਆਣੇ ਦੀ ਚੱਲ ਬੋਲ ਮੇਰਾ ਪੁੱਤ ਕੀ ਕਹਿੰਦਾ ਬੀਬੀ ਮੈਂ ਨਾ ਇੱਕ ਵਾਰੀ ਹੋਰ ਆਈਲੈਟਸ ਦਾ ਪੇਪਰ ਪਾਉਣਾ ਓਏ ਤੂੰ ਮੇਰੇ ਤੋਂ ਹੱਟ ਨਾ ਸਕਾ ਲਈ ਮੈਂ ਤੇਰਾ ਹੱਥ ਵਾਲਾ ਕਰ ਦੇਣਾ ਬਾਬਰੀਆਂ ਜਾਂ ਪੱਟ ਦੇਣੀਆਂ ਨੇ ਮੈਂ ਪਹਿਲਾਂ ਵੀ ਤਾਂ ਤੂੰ ਆਹ ਪੇਪਰ ਦਿੱਤਾ ਸੀ ਉਦੋਂ ਤਾਂ ਆਇਆ ਨਹੀਂ ਨਤੀਜਾ ਚੰਗਾ ਐਤਕੀ ਪੇਪਰ ਪੰਜਾਬੀ 'ਚ ਆਜੂਗਾ ਉਹ ਬੇਬੇ ਉਦੋਂ ਗੱਲ ਹੋਰ ਸੀ ਆ ਪੜ੍ਹ ਲਓ ਤੁਸੀਂ ਅਖਬਾਰ ਪੜ੍ਹ ਲਓ ਹਲ ਸੱਤ ਬੈਂਡ ਪੱਕੇ ਪੱਟ ਤੇ ਪਏ ਨੇ ਚੱਲ ਠੀਕ ਆ ਕਰ ਲਾ ਫੈਸਲਾ ਜੇ ਤੂੰ ਕਰਨਾ ਖਰਚਾ ਵੀ ਤੂੰ ਹੀ ਕਰਨੀ ਮੇਰੇ ਕੋਲ ਹੈ ਨਹੀਂ ਦੁੱਕੀ ਵੀ ਕਿਉਂ ਸਾਡੇ ਵਾਰੀ ਪੈਸੇ ਮੁੱਕ ਗਏ ਜਿਹੜੇ ਪੈਸੇ ਹੈਗੇ ਆ ਨਾ ਘੜੇ 'ਚ ਪਾ ਕੇ ਤੇ ਬਾਹਰ ਵਿਹੜੇ 'ਚ ਨੱਪ ਦਿਓ ਮੁੰਡੇ ਤੇ ਨਾ ਲਾਇਓ ਕੁਝ ਪਹਿਲਾਂ ਕਿਸੇ ਹੋਰ ਨੇ ਕੀਤੇ ਨੇ ਪਹਿਲਾਂ ਵੀ ਤਾਂ ਮੈਂ ਹੀ ਕੀਤੇ ਨੇ ਵੱਡੀ ਚਤਰੋ ਬਣੀ ਫਿਰਦੀ ਹੈ ਨਾ ਇਹਦੇ 'ਚ ਚਤਰੋ ਵਾਲੀ ਕਿਹੜੀ ਗੱਲ ਆ ਕੱਲਾ ਕੱਲਾ ਮੁੰਡਾ ਹੈ ਆਪਣਾ ਜੇ ਚਾਰ ਪੈਸੇ ਲਾਇਆ ਉਹ ਆਪਣੇ ਪੈਰਾਂ 'ਤੇ ਖੜਾ ਹੋ ਜੂ ਤੇ ਮਾੜਾ ਕੀ ਹੈ ਇਹਦੇ 'ਚ ਕਿਉਂ ਪੈਰ ਪਿਛਾਂ ਪੁੱਟ ਦਿਓ ਨਾ ਕਰੋ ਇੱਦਾਂ ਲਾ ਦਿਓ ਆਖਰੀ ਵਾਰੀ ਠੀਕ ਹੈ ਪੱਕਾ ਹਾਂਜੀ ਪਰ ਇੱਕ ਸ਼ਰਤ ਹੈ ਜੇ ਐਤਕੀ ਨੰਬਰ ਨਾ ਆਏ ਨਾ ਤਾਂ ਘਰੇ ਨਾ ਆਈ ਸਿੱਧਾ ਖੇਤ 'ਚ ਦਿਸਣਾ ਚਾਹੀਦਾ ਮਨਜ਼ੂਰ ਹੈ ਮਨਜ਼ੂਰ ਹੈ ਜਿਹੜੇ ਰਾਤ ਪੈਸੇ ਫੜਾਏ ਸੀ ਦੇਦੀ ਇਹਨੂੰ ਪੱਕਾ ਰਹੀ ਹੁਣ ਜ਼ਬਾਨ ਤੇ ਪੱਕਾ ਬਾਪੂ ਪੱਕਾ ਜੀ ਚੰਗਾ ਬੇਬੇ ਥੈਂਕ ਯੂ ਕਿੱਥੇ ਬੋਲਿਆ ਦਾ ਟੱਬਰ ਪੱਲੇ ਪਿਆ ਵੇ ਹਾਂਜੀ ਮਾਮਾ ਜੀ ਕਿੱਦਾਂ ਜੀ ਬਸ ਸ਼ਹਿਰ ਨੂੰ ਚੱਲੇ ਸੀ ਉਹ ਆਈਲੈਟਸ ਦਾ ਪੰਗਾ ਜਿਹਾ ਲੈ ਜੀ ਇੱਕ ਮੈਂ ਕਿਹਾ ਚਲੋ ਹਾਂਜੀ ਪਟਿਆਲੇ ਜੀ ਆਪਣੇ ਸ਼ਹਿਰ ਜੀ ਨਾ ਨਾ ਤੁਹਾਨੂੰ ਕਿੱਥੇ ਭੁਲਾਉਣਾ ਬਾਹਰ ਜਾ ਕੇ ਜੀ ਹਾਂਜੀ ਹਾਂਜੀ ਮਾਮਾ ਜੀ ਬਸ ਠੀਕ ਹੈ ਜੀ ਵਧੀਆ ਕੀ ਪ੍ਰੋਬਲਮ ਹੈ ਬਾਈ ਉਹ ਪ੍ਰੋਬਲਮ ਤਾਂ ਕੁਛ ਨਹੀਂ ਬਸ ਭੁੱਖ ਲੱਗ ਰਹੀ ਸੀ ਮੈਂ ਕਿਹਾ ਕੁਛ ਖਾ ਲਈਏ ਕਿਉਂ ਇਸ ਦੇਸ਼ ਵਿੱਚ ਭੁੱਖ ਲੱਗਣ 'ਤੇ ਖਾਣਾ ਮਣਾ ਖਾਣਾ ਤਾਂ ਨਹੀਂ ਮਣਾ ਪਰ ਪੁੱਤ ਮੇਰੇ ਐਂ ਖੋ ਕੇ ਖਾਣਾ ਜ਼ਰੂਰ ਮਣਾ ਨਾਲੇ ਜੇ ਬਹੁਤੀ ਭੁੱਖ ਲੱਗੀ ਹੈ ਨਾ ਆ ਬਾਹਰ ਸੜਕ 'ਤੇ ਮੰਗ ਕੇ ਖਾ ਲਓ ਹੱਟੇ ਕੱਟੇ ਹੈਗੇ ਹੋ ਹਾਂ ਇੱਕ ਪੈਕਟ ਤਾਂ ਨਹੀਂ ਤੁਹਾਡਾ ਕੁਝ ਬਣਨਾ ਅੱਛਾ ਅਤੇ ਤੈਨੂੰ ਅਸੀਂ ਮੰਗ 'ਤੇ ਲੱਗਦੇ ਹਾਂ ਹੋਰ ਸ਼ਾਹੂਕਾਰ ਵੀ ਕਿਹੜੇ ਪਾਸੇ ਲੱਗਦੇ ਤੂੰ ਸਾਨੂੰ ਜਾਣਦਾ ਨਹੀਂ ਅਸੀਂ ਇਸ ਇਲਾਕੇ ਦੇ ਸ਼ੇਰ ਹੁੰਦੇ ਹਾਂ ਸ਼ੇਰ ਸ਼ੇਰ ਆ ਸ਼ਕਲ ਤੁਹਾਡੀ ਚੂਚੇ ਵਰਗੀ ਕੰਮ ਤੁਹਾਡੇ ਹਲਕੇ ਕੁੱਤੇ ਵਰਗੇ ਉਹ ਜਾਓ ਸ਼ੇਰ ਸਾਹਿਬ ਤੇਰਾ ਬੇਬੇ ਕਾ ਚੰਡੂ ਬਾਮ ਥੈਂਕ ਯੂ ਬਾਈ ਉਹ ਕੋਈ ਪਰਵਾਹ ਨਹੀਂ ਬਾਈ ਕਿਸ ਦਾ ਸਹੀ ਹੈ ਉਹ ਮਲੰਗ ਨੇ ਛੱਡੋ ਇਹਨਾਂ ਨੂੰ ਅੱਛਾ ਐਨੀਵੇ ਜੱਸੀ ਤੁਸੀਂ ਕੌਣ ਦੰਨਾ ਦੰਨਾ ਦਾਕੜ ਫਰੋਮ ਹਰਿਆਣਾ ਜਹਾਂ ਦੁੱਧ ਦਹੀਂ ਕਾ ਖਾਣਾ ਫਿਰ ਬਾਈ ਇੱਧਰ ਕਿੱਧਰ ਪਟਿਆਲਾ ਬਾਈ ਕੈਨੇਡਾ ਕੀ ਪੀਆਰ ਵਾਸਤੇ ਆਈਲੈਟਸ ਕਰ ਰਿਹਾ ਹਾਂ ਕਿੱਥੋਂ ਬਾਈ ਬੇਸਟ ਆਈਲੈਟਸ ਪਟਿਆਲੇ ਦਾ ਬੜਾ ਮਸ਼ਹੂਰ ਇੰਸਟੀਟਿਊਟ ਹੈ ਉਹ ਠੀਕ ਹੈ ਕੱਲ੍ਹ ਮੈਂ ਉਹਦੀ ਐਡ ਵੀ ਪੜ੍ਹੀ ਸੀ ਅਖਬਾਰ 'ਚ ਓਹੀ ਉਹ ਕਿੱਦਾਂ ਮਾਹੌਲ ਕਿੱਦਾਂ ਵਧੀਆ ਪੜ੍ਹਾਉਂਦੇ ਨੇ 31 ਇੰਸਟੀਟਿਊਟ ਬਾਈ ਬਹੁਤ ਬੜੀਆ ਤਿਆਰੀ ਕਰਾਉਂਦੇ ਆ ਮੈਂ ਉੱਥੇ ਲੱਗ ਜਾਂ ਫਿਰ ਹਾਂ ਹਾਂ ਬਿਲਕੁਲ ਇਕੱਠੇ ਭਰਾ ਐਲਾ ਬਾਈ ਦੋਸਤੀ ਕੀ ਸ਼ੁਰੂਆਤ ਕੁਝ ਮਿੱਠਾ ਹੋ ਜਾਏ ਕਿਆ ਪਤਾ ਧਾਕੜ ਸੇ ਆ ਆਇਆ ਚੱਲੀਏ ਚੱਲ ਕਰਾਈਏ ਐਡਮਿਸ਼ਨ ਤੇਰਾ ਇਹ ਨੇ ਜੀ ਲਖਵਿੰਦਰ ਸਿੰਘ ਉਰਫ ਲੱਖਾ ਬੈਸਟ ਆਈਲੈਟਸ ਇੰਸਟੀਚਿਊਟ ਦੇ ਮੈਨੇਜਿੰਗ ਡਾਇਰੈਕਟਰ ਇਹ ਜਨਾਬ ਆਪ ਤਾਂ ਆਈਲੈਟਸ ਵਿੱਚੋਂ 3.5 ਬੈਂਡ ਹੋਣ ਕਰਕੇ ਕਦੇ ਬਾਹਰ ਜਾ ਨਹੀਂ ਸਕੇ ਪਰ ਇਸੇ ਖੁੰਦਕ ਵਿੱਚ ਆ ਕੇ ਆਪਣਾ ਆਈਲੈਟਸ ਇੰਸਟੀਚਿਊਟ ਖੋਲ੍ਹ ਕੇ ਇਸ ਗੋਰਖ ਧੰਦੇ ਨੂੰ ਅੰਜਾਮ ਦੇ ਰਿਹਾ ਮਾਰਨਿੰਗ ਸਰ ਸਤ
ਸ੍ਰੀਕਾਲ ਭਾਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਕੀ ਹਾਲ ਹੈ? ਠੀਕ ਠਾਕ ਜੀ। ਬੈਠੋ 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 ਬੈਠੋ। ਕੀ ਸੇਵਾ ਕਰੀਏ ਜੀ? ਭਾਜੀ ਮੇਰਾ ਨਾਮ ਨਵਦੀਪ ਹੈ ਜੀ, ਤੇ ਮੈਂ ਆਈਲੈਟਸ ਬਾਰੇ ਗੱਲ ਕਰਨੀ। ਉਹ ਗੱਲਾਂ ਕਰਦੇ ਰਵਾਂਗੇ, ਗੱਲਾਂ ਹੀ ਕਰਨੀਆਂ। ਆਪਾਂ ਪਹਿਲਾਂ ਦੱਸੋ ਸੇਵਾ ਕੀ, ਚਾਹ ਕੇ ਕਾਫੀ? ਨਹੀਂ ਨਹੀਂ ਭਾਜੀ, ਕੁਝ ਨਹੀਂ ਖਾਣਾ ਪੀਣਾ। ਨਹੀਂ ਫਿਰ ਮੈਂ ਆਪਣੀ ਮਰਜ਼ੀ ਨਾਲ ਚਾਹ ਮੰਗਾ ਲਾਂਗਾ। ਨਹੀਂ ਨਹੀਂ ਭਾਜੀ ਕੁਝ ਨਹੀਂ। ਸੁਰਜਨ ਸਿੰਘ, ਲਿਆਓ ਵੀ 2 ਕੱਪ ਚਾਹ, ਮਸਾਲਾ ਪਾ ਕੇ। ਹੈਂ, ਮੈਂ ਚਾਹ 'ਚ ਤੇ ਗੱਲਾਂ 'ਚ ਮਸਾਲਾ ਜ਼ਰੂਰ ਪਾਉਣਾ। ਹਾਂਜੀ, ਹੁਕਮ। ਐਕਸਕਿਊਜ਼ ਮੀ, ਹੈਲੋ। ਹਾਂਜੀ ਕਾਕਾ ਜੀ। ਅੱਛਾ, ਆਈਲੈਟਸ ਦਾ ਪੇਪਰ ਹੈ? ਲੈ, ਪੇਪਰ ਤਾਂ ਵਧੀਆ ਹੋ ਜਾਣਾ, ਮੈਂ ਦੱਸਿਆ ਤਾਂ ਹੋਇਆ ਸਾਰਾ ਪੇਪਰ ਤੁਹਾਨੂੰ ਕੀ ਆਉਣਾ। ਨਹੀਂ ਨਹੀਂ, ਕਰੋ ਕਰੋ ਪੇਪਰ, ਕੋਈ ਗੱਲ ਨਹੀਂ। ਜੇ ਫਿਰ ਵੀ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਮੈਂ ਸੁਪਰਡੈਂਟ ਨੂੰ ਕਹਿ ਕੇ ਕਰਾ ਦੂੰਗਾ। ਇਹ 'ਚ ਕਿਹੜੀ ਗੱਲ, ਆਪਣੀ ਸਿੱਧੀ ਗੱਲ ਆ ਉਹਦੇ ਨਾਲ। ਚੰਗਾ, ਆਲ ਦਾ ਬੈਸਟ। ਆਪਣੇ ਕੋਲ ਜਿਹੜਾ ਕਲਾਇੰਟ ਆ ਜਾਏ ਨਾ, ਮਿਸ ਫਾਇਰ ਨਹੀਂ ਹੋਣ ਦਈਦਾ ਆਪਾਂ। ਕੀ ਨਾਂ ਦੱਸਿਆ ਸੀ ਜੀ? ਨਵਦੀਪ ਸਿੰਘ। ਯਾ, ਯੈਸ ਯੈਸ। ਕਿਹੜਾ ਪਿੰਡ ਪੈਂਦਾ? ਸੋਢੀ ਵਾਲਾ ਜੀ। ਲਿਆਓ ਲਿਆਓ ਸੁਰਜਨ ਸਿੰਘ, ਚਾਹ ਲਿਆਓ ਇੱਥੇ। ਸੋਢੀ ਵਾਲਾ ਨਾਂ ਬਹੁਤ ਸੋਹਣਾ ਪਿੰਡ। ਹਾਂਜੀ ਹਾਂਜੀ, ਧੰਨਵਾਦ। ਇਹ ਆਪੇ ਰੱਖਿਆ ਲੱਗਦਾ। ਹਾਂ, ਇਹ ਕਿੱਥੇ ਪੈ ਗਿਆ ਸੋਢੀ ਵਾਲਾ? ਇਹ ਆਪਣਾ ਸਮਾਣੇ ਕੋਲ ਪੈ ਗਿਆ। ਸਮਾਣੇ ਕੋਲ? ਹਾਂਜੀ, ਸਮਾਣੇ ਦੇ ਬਹੁਤ ਬੰਦੇ ਭੇਜੇ ਮੈਂ ਬਾਹਰ, ਅੱਜ ਜਿੰਨਾ ਸਮਾਣਾ ਖਾਲੀ ਹੋਇਆ ਮੈਂ ਹੀ ਕੀਤਾ। ਅੱਛਾ ਜੀ। ਐਕਸਕਿਊਜ਼ ਮੀ। ਹਾਂਜੀ ਹਾਂ, ਜਿੰਦਰ ਕਿਵੇਂ ਹੈ? ਅੱਛਾ, 8 ਬੈਂਡ ਆ ਗਏ। ਲੈ ਵੀ 8 ਬੈਂਡ ਆ ਗਏ, ਹੁਣ ਵਿਆਹ ਦੇ ਵਾਜੇ ਵੀ ਵੱਜੇ ਹੀ ਲੈ ਬੈਂਡ ਦੇ ਨਾਲ। ਨਹੀਂ ਨਹੀਂ, ਸਾਡੀ ਕਾਹਦੀ ਮਿਹਰਬਾਨੀ, ਇਹ ਤਾਂ ਰੱਬ ਕਰਨ ਵਾਲਾ ਯਾਰ, ਅਸੀਂ ਤਾਂ ਸਿਰਫ ਜ਼ਰੀਆ ਹੀ ਹਾਂ। ਚਲੋ ਮੁਬਾਰਕਾਂ, ਸ਼ਾਮੀ ਕਰਦੇ ਹਾਂ ਮੂੰਹ ਮਿੱਠਾ ਤੇਰੇ ਕੋਲੋਂ। ਓਕੇ, 8 ਬੈਂਡ ਆ ਗਏ ਜੀ ਮੁੰਡੇ ਦੇ। ਤੁਸੀਂ ਆਈਲੈਟਸ ਬਾਰੇ ਕੀ ਜਾਣਕਾਰੀ ਚਾਹੁੰਦੇ ਸੀ? ਦਰਅਸਲ ਭਾਅ ਜੀ, ਸਾਡੇ ਪਿੰਡ ਦਾ ਪੀਰਾਂ ਦਾ ਬਹੁਤ ਵੱਡਾ ਮੇਲਾ ਲੱਗਦਾ ਜੀ, ਅਤੇ ਦਾਸ ਦੀ ਡਿਊਟੀ ਜੀ ਚੰਦਾ ਇਕੱਠਾ ਕਰਨ 'ਤੇ ਲੱਗੀ ਹੋਈ ਹੈ। ਅਤੇ ਭਾਅ ਜੀ ਦੱਸੋ ਜੀ, ਕਿੰਨੇ ਦੀ ਪਰਚੀ ਕੱਟਣਾ ਜੀ ਤੁਹਾਡੀ? ਰੱਖਦੇ ਚਾਹ, ਰੱਖਦੇ। ਹਾਂਜੀ, ਕਿੱਦਾਂ ਸੁੜ ਕੇ ਮਾਰ ਮਾਰ ਕੇ ਚਾਹ ਪੀਂਦੇ ਆ, 12 ਰੁਪਏ ਦਾ ਕੱਪ ਪੈਂਦਾ ਸਾਨੂੰ। ਖੜਾ, ਇੱਥੇ ਲੰਗਰ ਲੱਗਾ ਚਾਹ ਦਾ। ਚੰਦਾ ਲੈਣ ਆਇਆ, ਚੰਦਾ ਲੈਣ ਆਇਆ, ਚੰਡਾ ਰੱਖਾ ਲਈ ਕਿਤੇ ਦਵਾ ਜਾ ਦੋ। ਨਿਕਲੇ ਤੂੰ ਮੁਫਤ ਖੋਰੇ, ਸਵੇਰੇ ਸਵੇਰੇ ਕਿੱਥੋਂ ਆ ਜਾਂਦੇ ਯਾਰ। ਉਹ ਸੁਰਜਨ ਸਿੰਘ, ਆ ਚਾਹ ਲੈ ਜਾ ਚੁੱਕ ਯਾਰ, ਥੋੜ੍ਹੀ ਹੋਰ ਪਾ ਕੇ ਕਿਸੇ ਹੋਰ ਨੂੰ ਦੇ ਦੇਈਂ ਯਾਰ। ਬਦਤਮੀਜ਼, ਮੈਨੂੰ ਚੂਨਾ ਲਾਉਣ ਆਇਆ, ਮੇਰੇ ਕੋਲ ਮਸਾਲੇ ਵਾਲੀ ਚਾਹ ਪੀ ਗਿਆ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬੈਠੋ। ਨਹੀਂ ਸੱਚ, ਪਹਿਲਾਂ ਖੜ੍ਹੇ ਰਹੋ ਅੱਜ। ਦੱਸੋ, ਸੇਵਾ ਦੱਸੋ। ਆਈਲੈਟਸ ਦੀ ਗੱਲ ਕਰਨੀ ਸੀ ਜੀ। ਨਹੀਂ ਨਹੀਂ, ਗੱਲ ਹੀ ਕਰਨੀ ਹੈ ਕਿ ਆਈਲੈਟਸ ਵੀ ਕਰਨੀ ਹੈ? ਉਹ ਭਾਜੀ ਕਰਨੀ ਹੈ ਤਾਂ ਹੀ ਆਇਆ ਜੀ। ਹਾਂ ਹਾਂ, ਬੈਠੋ, ਫਿਰ ਬੈਠੋ। ਠੀਕ ਹੈ ਜੀ, ਬੈਠੋ ਜੀ, ਬੈਠੋ। ਹੋਰ ਸਭ ਠੀਕ ਹੈ ਜੀ? ਹਾਂ, ਵਧੀਆ। ਦੋਸਤ ਹੈ ਗੁਰੂ ਜੀ ਮਾਰਾ, ਆਈਲੈਟਸ ਮੈਂ ਐਡਮਿਸ਼ਨ ਲੈਣਾ ਹੈ। ਹਾਂਜੀ ਹਾਂਜੀ। ਓ ਅੱਛਾ ਅੱਛਾ, ਮੈਨੂੰ ਸ਼ੁਕਲਾ ਹੀ ਦੋਸਤ ਲੱਗ ਰਿਹਾ ਸੀ, ਤਾਂ ਹੀ ਪਹਿਲਾਂ ਮੈਂ ਸਖਤੀ ਨਾਲ ਪੁੱਛ ਲਿਆ ਸੀ। ਅੱਜ ਕੱਲ੍ਹ ਬੱਚੇ ਟਾਈਮ ਬਹੁਤ ਵੇਸਟ ਕਰਦੇ, ਆਪਣਾ ਵੀ ਤੇ ਸਾਡਾ ਵੀ। ਅੱਛਾ, ਇਹ ਦੱਸੋ, ਖਾਓਗੇ ਤੇ ਪੀਓਗੇ? ਉਹ ਨਹੀਂ ਭਾਜੀ, ਥੈਂਕ ਯੂ ਸੋ ਮਚ ਜੀ। ਜੋ ਮੰਗਵਾ ਰਿਹਾ ਹੈ ਮੰਗਵਾ ਲੈਣ ਦੇ, ਆ ਲੈਣ ਦੇ, ਇਸ ਨਾਲ ਖਵਾਉਣਾ ਖੁਆਉਣਾ ਕੁਛ ਨਹੀਂ, ਚਾਹੇ ਕੌਫੀ ਦਾ ਲਾਵਾ ਆਪਣੇ ਹੈ ਖਾਸ ਹੈ ਗੁਰੂ ਜੀ। ਹਾਂਜੀ ਜੀ, ਕੌਫੀ ਆਉਣ ਦਿਓ ਜੀ ਭਾਜੀ। ਹਾਂਜੀ, ਕੌਫੀ ਪੀ ਲਾਂਗੇ। ਲੈ, ਇਹ ਕਿਹੜੀ ਗੱਲ ਆ ਸੁਰਜਨ ਸਿੰਘ, ਆ 3 ਕੱਪ ਕੌਫੀ ਲਿਆਓ ਬਈ, ਮਸਾਲਾ ਪਾ ਕੇ। ਮੈਂ ਭਾਵੇਂ ਲੱਸੀ ਵੀ ਮੰਗਾਵਾਂ, ਮਸਾਲਾ ਵਿੱਚ ਪਵਾ ਹੀ ਲੈਂਦਾ ਹੁੰਦਾ। ਹਾਂਜੀ ਹਾਂਜੀ, ਹੁਣ ਦੱਸੋ ਜੀ, ਕਿਹੜੇ ਪਿੰਡੋਂ ਆਏ ਤੁਸੀਂ? ਸਿਕਾਣੀ ਪਿੰਡ ਹੈ ਜੀ। ਫੋਨ ਆਵਾਗਾ ਜੀ, ਖੁੱਲ ਕੇ ਬਤਾਓ, ਖੁੱਲ ਕੇ, ਆਪਣੇ ਹੀ ਹੈ। ਭਾਦਸੋਂ ਰੋਡ 'ਤੇ ਜੀ। ਕਿਹੜੀ ਰੋਡ ਦੱਸੀ ਹੈ ਜੀ? ਭਾਦਸੋਂ ਜੀ। ਅੱਛਾ, ਹਾਂਜੀ ਹਾਂਜੀ। ਈਬ ਸੁਣ, ਅੱਗ ਕੇ ਰਾਮ ਲੀਲਾ, ਤੂੰ ਬਾਬਾ ਲੱਗਾ ਹੀ। ਫੋਨ ਲੈ ਲੈ ਬਾਬਾ ਯਾਰ। ਹਾਂਜੀ ਹਰੀਸ਼, ਕੀ ਹਾਲ ਹੈ? ਆ ਗਿਆ ਰਿਜ਼ਲਟ ਆਈਲੈਟਸ ਦਾ, ਕੀ ਬਣਿਆ? ਓਰੇ ਵਾਹ ਵਾਹ ਵਾਹ, 8.5 ਬੈਂਡ ਆ ਗਏ। ਹੈਂ, ਹੋਰ ਵੀ ਕਿਸੇ ਲਈ ਕੋਈ ਛੱਡਿਆ ਕਿ ਇਕੱਲਾ ਹੀ ਲੈ ਗਿਆ ਬੈਂਡ ਸਾਰੇ? ਨਹੀਂ ਨਹੀਂ, ਤੈਨੂੰ ਮੁਬਾਰਕਾਂ ਬਈ, ਅਸੀਂ ਕੌਣ ਕਰਨ ਵਾਲੇ, ਪਰਮਾਤਮਾ ਕਰਦਾ। ਠੀਕ ਹੈ, ਨਾ ਕੋਈ ਗੱਲ ਨਹੀਂ, ਮੂੰਹ ਮਿੱਠਾ ਕਰਨਾ ਜੋ ਮਰਜ਼ੀ ਲੈ। ਹਾਂ, ਓਕੇ ਓਕੇ ਹਰੀਸ਼, ਮਿਲਦੇ ਆਫਿਸ ਦੇ ਵਿੱਚ ਆਪਾਂ ਸ਼ਾਮੇ, ਹਾਂ ਲਓ ਕੌਫੀ। ਇਹ ਵੇਖ ਫੋਨ ਹੋ ਰਹਾ ਹੈਗਾ ਯਾਰ, ਤੂੰ ਉੱਤਰ ਜਾਵੀਂ।
जी मैं एडमिशन लेने आया था तो न्यू ही घंटी पे घंटी बज जाती है। बहुत बिजी रहते हैं जी सरदार जी हमारे, बहुत बड़ा नाम है। हाँ जी बेस्ट आईलेट्स बड़ा नाम है जी, अपना ही है इन्हों नु सारा पता। हाँ जी हाँ जी, कॉफी लो, कॉफी लो जी, तुसी मशीन वाली से लो जी कॉफी लो। हाँ कॉल आ गई, बज गई यार, क्या हो रहा है, तेनू किदा पता लग गया रे। हेलो कौन? हाँ परमिंदर किदा? अच्छा पहुंच गए पेपर देन? की टफ लग रहा है? इच केड़ी गल है यार, हां जिन्ना कहंदा तू लिख दे, बाकी मैं बैठा ना। कोई नहीं तेरा सुपरटेंडेंट जानदा मैनू, करदा जुगाड़ कोई ना कोई मैं। बच्चों लिए सारा कुछ करना पैंदा, की करिए हुण, एक कॉल होर कर लां जी। हेलो हाँ जी हाँ जी। अच्छा वो एक स्टूडेंट अपना वायलेट्स का दिता उन्हें एग्जाम, ओ थोड़ी उदी मदद करनी पैनी है, थोड़ा काम औखा सी। तो तुहाडे हुंदे कादी फिक्र है सानू। आ नंबर नोट कर लो 74956। जी 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 ये वाला, हाँ जी हाँ जी कैंडिडेट नंबर है, वेरी गुड। चल थैंक यू जी। हाँ जी सेवा दसो। नहीं बस मैं ऐड देखी सी जी ने थोड़ी अखबार च ना जी। हाँ जी ओह अखबारों वाले एवं ऐडा छापते रहते, वैसे लोड़ी कोई नहीं होंगी सानू ऐडा उडा छापन की, वेखो अगे किन्ने स्टूडेंट्स ने सामभ ही नहीं जाते, बड़ा मना करीदा इन्हों भी ऐड उड की लड़ नहीं हैगी, पर की करिए उन्होंने तो लड़ है कि नहीं ऐड की, असं इश्तहार देंगे तो अखबार चलन गई है ना। एनीवेज आइलेट्स करन दा मूड? हाँ जी आइलेट्स करनी है जी, मैं दो बारी पहले भी दिता है जी, पर 5:30 तो ऊपर बैंड नहीं आते जी, बाहर जाना है मुंडे ने। हाँ जी इब तो घर वालों ने भी लास्ट चांस दिया इसको। हाँ जी हाँ जी जी, 6 बैंड आवेगा तो कनाडा जावेगा, कनाडा वाले 6 बैंड मांगदे ने जी। बिल्कुल सही जगह आ गए फिर, तो असि तुहानू एदां पढ़ावांगे ना जिद्दां किसी अनपढ़ नू पढ़ाईदा। हाँ जी नहीं नहीं माइंड करने वाली गल नहीं, तुसी अनपढ़ नहीं हो, पर असी तुहानू एदां पढ़ावांगे जिद्दां बिल्कुल बेसिक अनपढ़ बंदे नू उपरले लैवल तक लैके जाइए ना, इदा पढ़ावे तो देखो कि तैयार होंगे कनेडा वास्ते। भाजी फीस का भी दस देंगे जी, कि देनी सी? दैट्स वेरी इंपॉर्टेंट, मुंडा बड़ा शार्प है। देखो वैसे तो असं 8,000 रुपया पर मंथ लें, जे तुसी आज ही जमा करा के जाते हो फिर 1,000 रुपया डिस्काउंट, 7,000 रुपया जमा कराओ तुसी। हाँ। और अगों भी 6,000 रुपया पर मंथ जाओ। क्या बात, असी को पैसे कमाउन थोड़ा बैठे हैं, बच्चों की सेवा करन नू बैठे हैं। थैंक यू भाजी, थैंक यू भाजी। फिर आप देरी कदी करनी जी? आप अज ही फीस देने जी थोड़ा, जी मेरी क्लासा अज तो ही शुरू कर दो जी। वाह वेरी इंटेलीजेंट मुंडा, बहुत शार्प है तुहाडा। जी जी थैंक यू भाजी, बहुत बहुत मेहरबानी भाजी, शुक्रिया भाजी। यार आप भाजी कहना बंद करो, देखो कितना कही दे सर। हाँ जी सर सर सर। हाँ हूँ बाहर जाएगा किसी अंग्रेज नूं पाजी कहेगा, अगले ने गल समझ नहीं तेरी, उन्हें जो कहेगा सर अगला खुश हो जाएगा। किदां कहना सर? आ मुंडे दी क्लास ते हुण तो शुरू हो गई। ऐदा करो फिर तुसी सुरजन इन्हां नूं लै जाओ ते इन्हां दी फीस जमा करवाओ ते कापी पेन कोलों दिओ, हुणे क्लास शुरू करवाओ इन्हां दी। ऑल द बेस्ट। थैंक यू जी, थैंक यू राम राम। मिठी बोत से हूँ कॉफी पीता स्वाद आऊ लखविंदर सिंह। वैसे अखबारों की ऐडा करके बच्चे तो बहुत आते, यदा मतलब अखबारों के होर ऐडा सुटीए। हुक्म सर? हुक्म की करना, तुसी मिन्त मान लो, इन्नी छोटी गल है कि की होया सर? होना की है, किन्नी वारी मैं वो बटन दबाई गया टेलीफोन दी घंटी नहीं बजी। सर मैं देखिया थी टेलीफोन दी तारा लत्थी पईया थी, वो मैं फिक्स करतीया ने। यस वो घंटी दी तारा सेट करा दो इस तो पहला कि मैं तुहाडी नौकरी वाला प्लग ही कढ दियां, समझे? और सीसीटीवी दा भी बेड़ा करके आ पिया, कैमरा नंबर 3 चलदा ही नहीं, जदों क्लाइंट सिर दे उत्ते आके चढ़ जांदा उदों मैनूं दिसणा शुरू हुंदा, इहनूं ठीक कराओ। यस सर। इहनूं सेट करा लो नहीं तो आप कितें होर सेट होण दा प्रबंध करो। अल हबीबी? केड़ी बीबी? अल हबीबी दुबई वाले दे स्टाइल च सत श्री अकाल हुंदी आ भाई जी। अच्छा अच्छा ओके ठीक है ठीक है ठीक है, थैंक्स फॉर दसण ली, अग्गे हो जो शाबाश। हां हुण सानू दसणगे। हां की हालचाल? ओ किदा जी? वधिया भाई जी, वधिया वधिया। किदा जाना कनाडा? वेरी गुड वेरी गुड वेरी गुड। वैसे एक गल तां पक्की है, दुबई वाले च खिच बहुत हुंदी है, हुण तू आप ही देख ले।
ਇੰਨੇ ਬੈਂਚ ਖਾਲੀ ਪਏ ਸੀ, ਤੂੰ ਆਇਆ ਸਿੱਧਾ ਮੇਰੇ ਕੋਲੇ ਹੀ। ਬੁਰਾ ਨਾ ਮੰਨੀ ਇੱਕ ਗੱਲ ਦਾ, ਸਾਨੂੰ ਸਾਰੀ ਕਲਾਸ 'ਚੋਂ ਨਾ ਇੱਕ ਤੂੰ ਹੀ ਪੇਂਡੂ ਲੱਗਿਆ, ਅਤੇ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਦੀ ਹੁੰਦੀ ਆ ਖਿੱਚ। ਹਾਂ ਸਹੀ ਹੈ, ਅਤੇ ਅਸੀਂ ਤੇਰੇ ਵੱਲ ਖਿੱਚੇ ਆਏ। ਉਹ ਯਾਰ ਮੈਂ ਤੈਨੂੰ ਕਿੱਧਰੋਂ ਪੇਂਡੂ ਲੱਗਦਾ, ਕੱਪੜੇ ਤਾਂ ਮੈਂ ਵੀ ਬ੍ਰਾਂਡਡ ਪਾਏ ਨੇ ਸ਼ਹਿਰੀਆਂ ਵਾਲੇ ਦੁਬਈ ਤੋਂ। ਸਮਝ ਆਇਆ ਇਹਨੂੰ ਮਾੜਾ ਜਿਹਾ? ਉਹ ਯਾਰ ਕੱਪੜੇ ਦੁਬਈ ਵਾਲੇ ਹੋਣ, ਤੂੰ ਕੀ ਹੋਇਆ, ਸ਼ਕਲ ਤਾਂ ਪਿੰਡੂ ਵਾਲੀ ਆ। ਮੈਂ ਇਹ ਗੱਲ ਕਹਿੰਦਾ ਵੀ ਜਿੰਨੇ ਮਰਜ਼ੀ ਮਹਿੰਗੇ ਕੱਪੜੇ ਪਾ ਲਾ ਸਾਧ, ਮੱਥੇ 'ਤੇ ਲਿਖਿਆ ਹੁੰਦਾ ਸਾਡੇ ਵੀ ਅਸੀਂ ਪਿੰਡ ਵਾਲੇ ਆ, ਪਿੰਡ ਵਾਲੇ ਆ। ਉਹ ਯਾਰ ਗੱਲ ਬੜੀ ਕਰਾਰੀ ਕੀਤੀ ਹੈ ਤੂੰ, ਲੈ ਫਿਰ ਮਲਾ ਹੱਥ। ਲੈ ਸਾਧ, ਅੱਜ ਤੋਂ ਆਪਾਂ ਦੋਸਤ ਹੋ ਗਏ, ਠੀਕ ਹੈ ਜੀ? ਮੈਂ ਜੱਸੀ, ਇਕੱਲੇ ਇਕੱਲੇ ਆ ਮੇਰਾ ਯਾਰ ਦੰਨਾ, ਦੰਨਾ ਦਾਕੜ ਫਰੋਮ ਹਰਿਆਣਾ, ਗਾਂਦੂ ਦਹੀਂ ਕਾ ਖਾਣਾ। ਮੈਂ ਸਤਨਾਮ, ਉਰਫ ਸੱਤਾ। ਸੱਤੇ ਯਾਰ ਤੂੰ ਸਿਆਣੇ ਬਣਨ ਲੱਗਦਾ, ਆਈਲੈਟਸ ਵਾਲੇ ਚੱਕਰ 'ਚ ਕਿੱਧਰ ਫਸ ਗਿਆ? ਮੇਰਾ ਮਤਲਬ ਤੇਰੀ ਪੜ੍ਹਾਈ ਲਿਖਾਈ ਵਾਲੀ ਉਮਰ ਤਾਂ ਹੈ ਨਹੀਂ ਹੁਣ, ਫਿਰ ਆਈਲੈਟਸ ਵਾਲੇ ਕੰਮ 'ਚ ਕਿੱਧਰ ਫਸ ਗਿਆ ਤੂੰ? ਉਹ ਐਕਚੁਲੀ ਯਾਰ ਮੈਂ ਦੁਬਈ ਕਰਦਾ ਸੀ ਡਰਾਈਵਰੀ, ਅਤੇ ਡਰਾਈਵਰੀ 'ਚ ਜਾਣਾ ਹੁਣ ਮੈਂ ਕੈਨੇਡਾ, ਮੈਨੂੰ ਬੈਂਡ ਚਾਹੀਦੇ ਨੇ 6, ਬਸ ਉਹ ਹੀ ਲੈਣ ਲਈ ਮੈਂ ਇੱਥੇ ਬੈਠਾ। ਉਹ ਕਿਆ ਬਾਤ ਹੈ ਸੱਤਿਆ, ਫਿਰ ਤਾਂ ਆਪਣਾ ਸਾਥ ਹੋ ਗਿਆ, ਆਪਾਂ ਜਹਾਜ਼ ਦੀਆਂ ਸੀਟਾਂ ਵੀ ਇਕੱਠੇ ਹੀ ਬੁੱਕ ਕਰਾਵਾਂਗੇ। ਮੈਂ ਚੱਲਿਆ ਪੜ੍ਹਾਈ ਬੇਸ 'ਤੇ, ਅਤੇ ਤੇਰਾ ਪੀ ਆਰ ਵਾਲਾ ਕੰਮ ਸੈੱਟ ਹੋ ਜੇ। ਯਾਰ ਮੈਂ ਤਾਂ ਯਾਰ 3 ਪੇਪਰ ਦੇਣ ਲੱਗਾ, ਬਾਬਾ ਸੁੱਖ ਰੱਖੇ ਯਾਰ, ਬਣ ਜੇ ਯਾਰ ਗੱਲ। ਉਹ ਯਾਰ ਫਿਰ ਤਾਂ ਤੂੰ ਮੇਰਾ ਸੀਨੀਅਰ ਹੋਇਆ। ਉਹ ਨਹੀਂ ਭਰਾਵਾ, ਪੇਪਰ ਹੀ ਦਿੱਤੇ ਨੇ 2, ਪੱਲੇ ਪੁੱਲੇ ਮੇਰੇ ਕੱਖ ਨਹੀਂ ਪਿਆ। ਹੈਲੋ, ਹਾਂ ਬੇਬੇ, ਰਾਮ ਰਾਮ। ਉਹ ਬੇਬੇ ਦਾ ਫੋਨ ਆ ਗਿਆ। ਤਕੜਾ ਸੂ, ਪਹੁੰਚ ਗਏ ਪਟਿਆਲਾ, ਪੜ੍ਹਾਈ ਕਿੱਤੀ ਐਂਡੀ ਚੱਲ ਰਹੀ ਹੈ। ਰਾਮ ਰਾਮ। ਹਾਂ ਬੇਬੇ, ਹਾਂ ਜੱਸੀ ਹੈ ਮੇਰਾ ਦੋਸਤ, ਕਹਿ ਰਿਹਾ ਰਾਮ ਰਾਮ। ਹਾਂ ਹਾਂ ਬੇਬੇ, ਕੱਛੇ ਆਪਣੇ 2 ਭੇਜੇ, ਮੈਨੇ 3 ਬੋਲੀ ਥੀ। ਹਾਂ ਇਬ 2 ਹੈ, ਕੌਣ ਸੇ ਸੁਕਾਊਂ ਕੌਣ ਸੇ ਪਹਿਨੂੰ, ਸਮਝ ਮੈਂ ਨਹੀਂ ਆ ਰਿਹਾ। ਹਾਂ ਠੀਕ ਹੈ ਬੇਬੇ, ਇਬ ਮੈਂ ਕਲਾਸ ਮੈਂ ਹੂੰ। ਹਾਂ ਬਾਪੂ ਆਓ ਤਾਂ ਗੁੜ ਭੇਜ ਦੀਏ, ਤਾਜ਼ਾ ਗੰਨੇ, ਗੰਨੇ ਵੀ ਭੇਜ ਦੀਏ ਜੱਸੀ ਕੇ ਲੀਏ। ਹਾਂ ਠੀਕ ਹੈ ਬੇਬੇ, ਬੇਬੇ ਕਲਾਸ ਮੈਂ ਪੜ੍ਹਾਈ ਕਰਕੇ ਕਲਾਸ ਸੇ ਨਿਕਲ ਕੇ ਫੋਨ ਕਰੂੰਗਾ, ਠੀਕ ਹੈ ਬੇਬੇ ਕਾ ਫੋਨ। ਇਤਨੀ ਕੀ ਟੈਨਸ਼ਨ ਲੈ ਰੱਖੀ ਹੈ ਭਾਈ, ਹੈਂ ਕੌਣ ਸਾ ਸਾਂਭ ਸੁਣ ਗਿਆ, ਅਰ ਕੌਣ ਸੀ ਭੈਂਸ ਬਚ ਗਈ ਤੁਹਾਰੀ? ਓਏ ਭੈਣ ਬਾਰੇ ਕੁਛ ਨਾ ਕਹੀਂ, ਭੈਣ ਦੀ ਗੱਲ ਤਾਂ ਆਪਣੇ ਪਿਓ ਕੋਲੋਂ ਵੀ ਨਹੀਂ ਸੁਣੀ ਦੀ। ਉਹ ਭੈਣ ਨੀ, ਭੈਂਸ ਕਿਹਾ ਉਹਨੇ, ਭੈਂਸ ਯਾਨੀ ਮੱਝ, ਮੱਝ ਹਾਂ, ਵਾਈਫ ਉਹ ਝੋਟਾ, ਹਾਂ ਨਲਾਇਕ ਬੁੱਧੀ ਆ ਯਾਰ ਇਹ ਵੀ। ਉਹ ਤੂੰ ਵੀ ਬੜੀ ਮੁਸ਼ਕਿਲ 'ਚ ਲੱਗਦਾ, ਉਹ ਕੱਚੇ ਕੁੱਛੇ ਅੰਦਰ ਸੁੱਕਣੇ ਪਾਇਆ ਕਰ, ਐਵੇਂ ਮੀਂਹ ਕੜੀ ਦਾ ਡਰ ਰਹਿੰਦਾ, ਮੌਸਮ ਤੈਨੂੰ ਪਤਾ ਹੀ ਅੱਜ ਕੱਲ੍ਹ ਖਰਾਬ ਹੀ ਹੈ। ਕੇ ਤੂੰ ਆਪ ਆਈਲੈਟਸ ਕਰਨੇ ਹਰਿਆਣਾ ਸੇ ਪੰਜਾਬ ਮੇ ਆਏ ਹੈ? ਨਾ ਕੱਚੇ ਸੁਕਾਣੇ ਆਇਆ ਹੂੰ, ਆਈਲੈਟਸ ਸਿਰਫ ਪੰਜਾਬ ਵਾਲੇ ਕਰ ਸਕੇ, ਹਰਿਆਣਾ ਵਾਲੇ ਨਾ ਕਰ ਸਕੇ। ਕਰ ਸਕਦੇ ਨੇ ਬਾਈ, ਅਬੇਸ਼ ਇੰਸਟੀਟਿਊਟ ਕਾ ਪ੍ਰਚਾਰ ਇਤਨਾ ਹੋ ਰਿਹਾ ਹੈ ਕਿ ਮੈਂ ਵੀ ਆਈਲੈਟਸ ਕਰਨੇ ਆ ਗਿਆ। ਅੱਛਾ ਇੱਕ ਬਾਤ ਬਤਾ, ਤੂੰ ਦੁਬਈ ਸੇ ਆਇਆ ਹੈ, ਦੁਬਈ ਮੈਂ ਵੀ ਬੇਸਟ ਇੰਸਟੀਟਿਊਟ ਕਾ ਪ੍ਰਚਾਰ ਹੋ ਰਿਹਾ ਹੈ? ਓ ਨਹੀਂ ਨਹੀਂ ਭਾਈ ਸਾਹਿਬ, ਹਾਂ ਮੈਂ ਵਹਾਂ ਡਰਾਈਵਰ ਥਾ, ਹਾਂ ਔਰ ਅਬ ਕੈਨੇਡਾ ਜਾਣੇ ਕੇ ਲੀਏ ਆਈਲੈਟਸ ਕਰਨੇ ਇੰਡੀਆ ਆਇਆ ਹੂੰ। ਅੱਛਾ, ਤੋ ਇਹ ਵੀ ਡਰਾਈਵਰ ਹੀ ਲੱਗਾ ਹੈ ਤੂੰ? ਮੈਂ ਚੱਲਦਾ। ਹੈਲੋ ਸਟੂਡੈਂਟਸ, ਵੈਰੀ ਗੁੱਡ, ਵੈਰੀ ਗੁੱਡ, ਬੈਠੋ 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 ਬੈਠੋ, ਵੈਰੀ ਗੁੱਡ, ਵੈਰੀ ਗੁੱਡ। ਬੜੀ ਖੁਸ਼ੀ ਹੋਈ ਤੁਹਾਨੂੰ ਖਾ ਪਾਉਂਦਿਆਂ ਦੇਖ ਕੇ, ਇੱਦਾਂ ਹੀ ਬਸ ਕੈਨੇਡਾ ਜਾ ਕੇ ਗਾਹ ਪਾ ਦਿਓ, ਪਤਾ ਲੱਗਣਾ ਚਾਹੀਦਾ ਗੋਰਿਆਂ ਨੂੰ ਵੀ ਪੰਜਾਬੀ ਆ ਗਏ ਨੇ। ਸੋ ਸਟੂਡੈਂਟਸ, ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਹਿੰਦੁਸਤਾਨ ਦੇ ਬੈਸਟ ਕੋਚਿੰਗ ਸੈਂਟਰ ਦੇ ਵਿੱਚ ਐਡਮਿਸ਼ਨ ਲਈ ਹੈ, ਸਾਡੇ ਵਰਗੀ ਕੋਚਿੰਗ ਇੰਡੀਆ 'ਚ ਕੋਈ ਦੇ ਹੀ ਨਹੀਂ ਸਕਦਾ। ਤੁਹਾਨੂੰ ਸਭ ਤੋਂ ਪਹਿਲਾਂ ਦੱਸੀਏ ਕਿ ਆਈਲੈਟਸ ਹੁੰਦੀ ਕੀ ਹੈ। ਆਈਲੈਟਸ ਦਾ ਮਤਲਬ ਹੈਗਾ ਕਿ ਅੰਗਰੇਜ਼ੀ, ਇਹਦੇ 'ਚ ਨਾ ਹਿੰਦੀ ਨਾ ਪੰਜਾਬੀ ਨਾ ਹਿਸਾਬ ਨਾ ਵਿਗਿਆਨ ਅਤੇ ਨਾ ਸਮਾਜਿਕ ਵਿਗਿਆਨ, ਸਿਰਫ ਅੰਗਰੇਜ਼ੀ ਸਿੱਖਣੀ ਆ ਔਰ ਇਹ 4 ਹਿੱਸਿਆਂ 'ਚ ਹੁੰਦੀ ਹੈ, ਰਾਈਟਿੰਗ, ਸਪੀਕਿੰਗ, ਰੀਡਿੰਗ ਐਂਡ ਲਿਸਨਿੰਗ। ਲਿਸਨਿੰਗ, ਤੂੰ ਥੋੜ੍ਹਾ ਬਹੁਤਾ ਹੱਥ ਮਾਰਿਆ ਲੱਗਦਾ ਪਹਿਲੋਂ ਕਿਤੇ, ਹੈ ਨਾ? ਚਲੋ ਠੀਕ ਹੈ ਜੀ, ਗੋਰੇ ਬੜੇ ਚਲਾਕ ਨੇ, ਉਹਨਾਂ 4 ਹਿੱਸਿਆਂ 'ਚ ਵੰਡ ਦਿੱਤਾ, ਉਹਨਾਂ ਨੂੰ ਪਤਾ ਜੀ ਇੱਕੋ ਹੀ ਪੇਪਰ ਲਿਆ ਸੀ ਅੰਗਰੇਜ਼ੀ ਦਾ, ਪੰਜਾਬੀਆਂ ਨੇ ਕੱਢ ਜਾਣਾ ਸਾਰੇ, ਉੱਥੇ ਬੈਠੇ ਹੋਣਗੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਪਰ ਆਪਾਂ ਇਹ 4 ਪੇਪਰ ਕੱਢ ਦੇਣੇ ਆ, ਆਪਾਂ ਇਹਨਾਂ ਨੂੰ ਦੱਸ ਦੇਣਾ ਕਿ ਤੁਸੀਂ ਭਾਵੇਂ 400 ਪੇਪਰ ਲੈ ਲਓ, ਅਸੀਂ ਤਾਂ ਵੀ ਪਾਸ ਕਰਕੇ ਚਲੇ ਜਾਣਾ ਕਿਉਂਕਿ ਤੁਸੀਂ ਬੈਸਟ ਕੋਚਿੰਗ ਸੈਂਟਰ ਦੇ ਵਿੱਚ ਆ ਗਏ ਹੋ। ਦੇਖੋ ਆਈਲੈਟਸ ਦਾ ਮੇਨ ਕੰਮ ਹੁੰਦਾ ਤੁਹਾਡਾ ਬੇਸ ਬਣਾਉਣਾ ਅੰਗਰੇਜ਼ੀ ਦੇ ਵਿੱਚ, ਗੋਟ ਇਟ? ਤੁਹਾਡੀ ਨੀਂਹ ਬਣਾ ਦੇਣੀ ਹੈ, ਔਰ ਕੱਲ੍ਹ ਤੋਂ ਤੁਹਾਡੇ ਮੈਡਮ ਆ ਰਹੇ ਨੇ, ਉਸ ਨੀਂਹ ਦੇ ਉੱਤੇ ਇੱਕ ਇੱਕ ਕਰਕੇ ਇੱਟ ਲਾਈ ਜਾਣੀ ਹੈ ਤੁਹਾਡੀ ਮੈਡਮ ਨੇ, ਇੱਧਰ ਇਮਾਰਤ ਖੜੀ ਹੋ ਜਾਣੀ ਹੈ, ਉੱਧਰ ਤੁਸੀਂ ਜਾ ਕੇ ਕੈਨੇਡਾ ਖੜੇ ਹੋ ਜਾਣਾ, ਠੀਕ ਹੈ ਜੀ?
अच्छा हुण किसे स्टूडेंट दा कोई सवाल होवे ते पूछ सकदा। यस सर, आई वांट टू नो, कैन वी यूज पंजाबी इन एग्जाम पेपर? ना, गलत गल। देखो अज हैगा पंजाबी डे साडा, सोमवार असीं बोलदे आ सिर्फ पंजाबी। हफ्ते च किन्ने दिन हुंदे आ? 7। ऐतवार ते छुट्टी हुंदी, बाकी 6 दिनां चों 5 दिन आपां अंग्रेजी कटर 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 बोली जाईदी है। पर एक दिन असीं अपनी मां बोली पंजाबी वास्ते रखिआ। एक दिन वी अगर असीं इत्थे पंजाबी नहीं बोलांगे, साडी मां बोली पंजाबी दा की बणेगा, तुसीं आप दस्सो। तो सोमवार सिर्फ पंजाबी बोलदे आ। जे मैं कल आया तुहाडी क्लास दे विच, अंग्रेजी च जिहड़े मर्जी सवाल पुछो, मैं फिर देखिओ किदां पटर पटर जवाब दिंदा तुहाडे। अज जो वी पुछणा है पंजाबी च, ठीक है? ओके सर। सर मैं ये पूछा सी कि आपां आईलेट्स दे पेपर नू इंग्लिश विच देन दी बजाय उन्नू पंजाबी च दे सकदे आ? देखो वैसे तो आईलेट्स दा पेपर तुहानू अंग्रेजी च ही देना चाहिए, पर हुण जे बाई चांस तुहानू अंग्रेजी आउंदी ना होवे, जां तुहानू पता ही ना लगे अगले ने की पुछिआ, पेपर खाली छड्ड के नहीं आना, फिर भावें पंजाबी दे विच ही पेपर भरी जाओ। तुसीं चंगी तरह पेपर भरिया होएगा ना? किसे वेले चैक करन वाले दा मन ही भार आउंदा, यार नंदे ने लिखिआ बहुत है, एवें दो चार नंबर फालतू दे दिंदा, फर्क पै जांदा कि नहीं? ठीक है, ओके सर। बह जा बह जा। ते स्टूडेंट्स हुण होर किसे दा कोई सवाल होवे ते पुछ सकदा। हाँ जी, हाँ जी। गुरुजी, मामा का फोन आया था, पूछ रहे थे आईलेट्स क्या 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 होती है। तो गुरुजी आईलेट्स की फुल फॉर्म क्या होती है जी? दस सकदा मैं? कोई बड़ी गल नहीं है, आईलेट्स की फुल फॉर्म की हुंदी है, पर वो की है ना कि आज पंजाबी दिवस है साडा। हाँ जी, इस करके अंग्रेजी मैं बोल नहीं सकता। इस करके आज नहीं मैं दसांगा, या तो कल मैं दस देंगा, या फिर कल वो दूजे मैडम आ जाएंगे, तुहानू अंग्रेजी च सारा दस देंगे आईलेट्स की पूरी फॉर्म की हुंदी है। ठीक है, हाँ जी। आंसर मिल गया, बह जाओ। चलो ठीक है स्टूडेंट्स, हुण ते मेरे ख्याल नाल तुहाडे वी जाण दा टाइम हो गया होना, पहलों मैं जाना मगरों तुसीं जाओ। बाय बाय सर। बाय। ओ जस्सी, काम तां नहीं किते? काम कोई नहीं हैगा, किवें? चलो यार अपनी दोस्ती दे नाते पार्टी करदे आज। चलो 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 भाई, चलो चलो जल्दी चलो चलो शाबाश, चलो जाओ कनाडा वालियो, अज दी छुट्टी जाओ। छोड़ते चारों बड़के ठेके आ रहे सारे, हमने जानते भाई नाच के तू।
ਨਾ ਬੁੜੀ ਹੋ ਗਈ ਮੈਂ, ਨਿਗਾਹ ਵੀ ਘੱਟ ਗਈ ਮੇਰੀ। ਕੋਈ ਬਟਨ ਬੁਟਨ ਲਾਉਣ ਵਾਲੀ ਲੈ ਆ, ਠੀਕ ਹੈ? ਕਿੰਨੀ ਵਾਰੀ ਕਿਹਾ ਤੈਨੂੰ, ਤੂੰ ਐਵੇਂ ਬਾਹਰ ਦੇ ਪਿੱਛੇ ਪਿਆ ਵਾ, ਇਹੋ ਤਾਂ ਟਾਈਮ ਹੈ ਤੇਰੇ ਵਿਆਹ ਦਾ। ਵੇਖਿਆ ਕਿੰਨਾ ਨੂਰ ਚੜਿਆ ਮੇਰੀ ਬੇਬੇ ਤੇ, ਅਹੇ ਮੈਂ ਬੁੱਢੀ ਹੋ ਗਈ ਆ। ਹੋਰ ਬੁੱਢਾ ਤੇ ਹੋ ਗਿਆ ਬਾਪੂ, ਜਿਹੜਾ ਗੱਲ ਗੱਲ ਤੇ ਮੇਰੇ ਨਾਲ ਲੜਦਾ ਰਹਿੰਦਾ। ਅੱਛਾ, ਤੂੰ ਤੇ ਅਜੇ ਜਵਾਨ ਆ ਬੇਬੇ, ਨਾਲੇ ਤੂੰ ਤੇ ਆ ਬਹਾਨੇ ਲੱਭਦੀਆਂ ਖੇੜਾ ਛਡਾਉਣ ਦੇ। ਸ਼ਰਾਰਤੀ ਬੁੱਧੂ ਦੀਆਂ ਮਾਂ ਭੈਣ ਨਾ ਮੁਸ਼ਕਰੀਆਂ। ਚੱਲ ਚੰਗਾ ਬੇਬੇ, ਚੱਲਦਾ ਫਿਰ ਮੈਂ। ਜੀਂਦਾ ਰਹਿ ਮੇਰਾ ਪੁੱਤ, ਮੈਂ ਤਾਂ ਕਹਿੰਦੀ ਆ ਸੱਚਿਆ ਪਾਤਸ਼ਾਹ ਮੇਰੇ ਪੁੱਤ ਦੇ ਸਿਰ ਤੇ ਸਿਰੇ ਲੱਗਣ, ਪੰਜ ਸੱਤ ਜਵਾਕ ਹੋਣ, ਇੱਥੇ ਟੱਪਦੇ ਫਿਰਨ ਵਿਹੜੇ ਚ, ਤੂੰ ਮੈਂ ਭੰਗੜੇ ਪਾਵਾਂ, ਬੋਲੀਆਂ ਪਾਵਾਂ, ਹਾਏ ਭਰਿਆ ਨੀ ਵੇੜਾ ਸ਼ਗਨਾ ਨਾਲ। ਹਾਏ ਸੂਈ ਵੱਜ ਗਈ। ਚੱਲ ਚੱਲ ਕਨੇਡਾ, ਹੱਪ ਹੱਪ ਚੱਲ, 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 ਮੈਨੂੰ ਕੈਨੇਡਾ ਜਾ ਦਿੰਦਾ। ਇਹਨਾਂ ਨੂੰ ਕਹਿ ਮੈਨੂੰ ਕੈਨੇਡਾ ਜਾ ਦਿੰਦਾ। ਮੈਂ ਕੈਨੇਡਾ ਜਾਣਾ ਈ, ਉੱਥੇ ਮੇਰੀ ਬੀਬੀ ਮੇਰਾ ਬਾਬਾ ਮੈਨੂੰ ਉਡੀਕਦਾ ਈ। ਜੱਸੀ ਮੈਂ ਕੈਨੇਡਾ ਜਾਊਂਗਾ ਨਾ। ਗੋਲੀਆਂ ਮਾਰੀਆਂ ਤੂੰ ਵੀ ਚਲਿਆ ਕੈਨੇਡਾ। ਆਪਾਂ ਦੋਵੇਂ ਭਾ ਭਾ ਜਾਵਾਂਗੇ ਕੈਨੇਡਾ। ਜਾਏਗਾ ਨਾ ਤੂੰ? ਤੂੰ ਫਿਕਰ ਨਾ ਕਰ, ਆਪਾਂ ਇਕੱਠੇ ਚੱਲਾਂਗੇ ਕੈਨੇਡਾ। ਆ ਗਿਆ ਕੈਨੇਡਾ ਦਾ ਜਹਾਜ਼। ਓ ਕਰ ਟਾਟਾ ਨਾ, ਅੱਜ ਲਾ ਦੋ ਪੈਲੀਆਂ ਚ। ਆ ਗਿਆ ਮੈਂ, ਆ ਗਿਆ। ਹਾਂ ਜੱਸੀ ਤੇਰੇ ਬੈਂਡ ਆ ਗਏ, ਮੇਰਾ ਕੋਈ ਬੈਂਡ ਨੀ ਆਇਆ, ਮੇਰਾ ਸਿੱਧਾ ਵੀਜ਼ਾ ਆਇਆ ਜੀ। ਆ ਵੇਖ ਵੀਜ਼ਾ ਲੱਗ ਗਿਆ ਜਹਾਜ਼। ਹੈਲੋ ਹੈਲੋ ਕਰ ਕੈਨੇਡਾ ਚਲੋ ਗੋਰਿਓ, ਚੱਲ ਗੋਰੇ ਚਲੋਗੇ ਹਮ, ਚੱਲ ਜੱਸੀ ਔਰ ਸੇਮਾ, ਚੱਲ ਕੈਨੇਡਾ, ਚੱਲ ਚੱਲ। ਨਹੀਂ ਕੀਤਾ ਇੱਕ ਸਾਥ ਤੇਰੇ ਨਾਲ।
थोड़ा मैं थोड़ी तू थोड़ा प्यार तो पूरी हुंदी हसरत दिल दी एक पल भी मैं रहना नहीं जुदा तू बन गया धड़कन हसरत दिल दुकान भी है गाँव में हाँ। फिर तो यार लड़कियां वड़कियां भी आती होंगी दुकान पे राशन लेने कत्ती अंडी अंडी छरियां तो फिर कहाँ कनाडा जाने के चक्कर में पड़ा है यार वहाँ जाके भी तो तुझे नौकरी करनी है यही घर बसा और अपनी दुकान का मालिक खुद बन जा अच्छा तन्ने कौन सा किंग बनना है कनाडा जाके तन्ने भी तो ट्रक चलाना है 20-25 लाख रुपया लगा के उरे जावेगा हाँ। इस तो बढ़िया नहीं है 20-25 लाख रुपया लगा के उरे ट्रक खरीद ले खुद ही मालिक बनेगा खुद ही ड्राइवर बनेगा होके डी जांदी छलंगा मार दी पिछू याद आवे मेरे यार दी कसम सपना चौधरी के कति मजा ही आ जाएगा हाँ चुटकुलों में तो तू बाप है हमारा हाल बीबी अपनी सीट से चल ठीक है भाई की गल अस तू बड़ा लेट हो गया आजा आजा बस किदा धाकड़ आलवे जखास कैट 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 मैं लेट यार बस ओ मेनू राज फ्रेंड मिल गई सी हाँ। मैं छड़े चल गया सी थोड़ा ओ धाकड़ हाँ। फ्रेंड क्या बात है मे आई कम इन सर या कम इन कम इन
बैठो। थैंक यू सर। सॉरीयां ते वैसे तुहाडे वल तीन बनदियां तुहानू पता, एक कल ना आउण दी, एक अज लेट आउण दी ते तीसरी आ निछ मारन दी। पर सर कल तो मैं आई सी, पर मेन गेट बंद सी सर, मैं वापस चली गई। मेन गेट बंद सी, ये किवें हो सकदा? किन्ने बजे आए सी? शामी 7 बजे सर। शामी 7 बजे? वड़ेवें लैण आए सी शामी 7 बजे? ਇਹ ਸੈਂਟਰ ਦਿਨੇ ਲੱਗਦਾ ਕਿ ਰਾਤ ਨੂੰ ਲੱਗਦਾ? ਓਹੋ, ਇਹ ਗੱਲ ਤੇ ਮੈਂ ਘਰ ਜਾ ਕੇ ਸੋਚੀ ਸਰ। ਮੈਂ ਸੋਚਿਆ ਕਿ ਨਿੰਮੀ, ਹੋ ਸਕਦਾ ਸਰ ਨੇ ਤੈਨੂੰ ਸਵੇਰੇ 7 ਵਜੇ ਬੁਲਾਇਆ ਹੋਵੇ, ਇਸ ਲਈ ਮੈਂ ਅੱਜ ਆ ਗਈ ਸਰ। ਸ਼ੁਕਰ ਹੈ, ਸੋਚਿਆ ਤੇ ਸਹੀ ਘਰ ਜਾ ਕੇ। ਵੈਸੇ ਅੱਜ ਵੀ ਕਿਹੜਾ ਟਾਈਮ ਸਿਰ ਆ ਗਏ ਹੋ, ਅੱਜ ਵੀ ਲੇਟ ਹੋ ਤੁਸੀਂ। ਸੌਰੀ ਸਰ, ਐਕਚੁਅਲੀ ਯੂ نو ਵਾਟ ਹੈਪਨਡ, ਆਈ ਵੋਕ ਅਪ ਰੀਅਲੀ ਅਰਲੀ ਇਨ ਦ ਮਾਰਨਿੰਗ ਸਰ, ਬਟ ਯੂ نو ਵਾਟ ਹੈਪਨਡ, ਦੇਰ ਵਾਸ ਅ power cut, and you know how difficult it is to work in the power cut sir, and then I started cooking breakfast sir, but the gas got over, and then I had only bread for my breakfast, and then I came running down the stairs sir, I took an auto, but the auto got punctured on the way sir, and then I took another auto, and that auto was so bad ek minute dasso naukri ithe tusi karni hai ke auto wale ne karni? Tell me. Bas auto wale karke late ho gayi sir. Sorry sir. ਕਿੰਨੀ ਵਾਰੀ ਸੌਰੀ ਕਹੋਗੇ? ਕਿਹੜੀ ਕਿਹੜੀ ਗੱਲ ਦੀ ਸੌਰੀ ਕਹੋਗੇ ਤੁਸੀਂ? ਗੱਲ ਸੌਰੀ ਦੀ ਨਹੀਂ ਹੈ, ਤੁਹਾਨੂੰ ਪਤਾ ਤੁਹਾਨੂੰ ਇੱਥੇ ਐਜ਼ ਅ ਟੀਚਰ ਨਵੀਂ ਨੌਕਰੀ ਮਿਲੀ ਹੈ। ਮੈਂ ਕੱਲ ਮੀਟਿੰਗਾਂ ਛੱਡ ਕੇ ਖੁਦ ਬੱਚਿਆਂ ਨੂੰ ਪੜਾਉਂਦਾ ਰਿਹਾ, ਪੜਾਉਣਾ ਤੁਹਾਨੂੰ ਚਾਹੀਦਾ ਸੀ, ਮੈਨੂੰ ਪੜਾਉਣਾ ਪਿਆ। ਦਿਸ ਇਜ਼ ਨਾਟ ਸਮਥਿੰਗ ਗੁੱਡ ਯੂ نو। ਸੌਰੀ ਸਰ, ਅੱਗੇ ਤੋਂ ਇਦਾਂ ਨਹੀਂ ਹੋਏਗਾ ਸਰ, ਪਲੀਜ਼ ਸਰ, ਆਈ ਐਮ ਸੌਰੀ ਸਰ, ਦੁਬਾਰਾ ਇਦਾਂ ਨਹੀਂ ਹੋਏਗਾ ਸਰ, ਪਲੀਜ਼ ਸਰ, ਪਲੀਜ਼ ਪਲੀਜ਼ ਸਰ। ਯਾਰ ਬਸ ਬਸ, ਇੱਕ ਤੇ ਨਾ ਐ ਜਿਹੜੀ ਆ ਜਨਾਨੀਆਂ ਕੋਲ ਸੌਰੀ ਤੇ ਪਲੀਜ਼ ਹੁੰਦੀ ਹੈ ਨਾ, ਬੰਦੇ ਨੂੰ ਭਾਵੇਂ ਕਤਲ ਕਰ ਦੇਣ, ਜੱਜ ਵੀ ਅੱਧੀ ਸਜ਼ਾ ਵੈਸੇ ਹੀ ਮਾਫ ਕਰ ਦਿੰਦਾ ਸੌਰੀ ਤੇ ਪਲੀਜ਼ ਸੁਣ। ਬਹੁਤ ਵੈਸੇ ਨਾ ਤੁਹਾਡੀ ਸੌਰੀ ਤੇ ਪਲੀਜ਼ ਨੇ ਦਿਮਾਗ ਖਰਾਬ ਕਰਤਾ ਹੋਇਆ। ਐਨੀਵੇਜ਼ ਛੱਡੋ, ਹੁਣ ਇੱਦਾਂ ਕਰੋ, ਤੁਹਾਨੂੰ ਮੈਂ ਕਲਾਸ ਛੱਡ ਕੇ ਆਉਣਾ, ਅੱਜ ਤੋਂ ਬੱਚਿਆਂ ਨੂੰ ਪੜਾਉਣਾ ਸ਼ੁਰੂ ਕਰੋ। ਆਓ ਜੀ। ਯੈਸ ਸਰ। ਐਂਡ ਵਨ ਥਿੰਗ, ਉੱਥੇ ਸਟੂਡੈਂਟਸ ਨਾ ਥੋੜਾ ਪਿਆਰ ਨਾਲ ਪੇਸ਼ ਆਉਣਾ, ਇਹਨਾਂ ਦੇ ਸਿਰ ਤੇ ਸੈਂਟਰ ਚੱਲਦਾ ਆਪਣਾ ਸਾਰਾ, ਠੀਕ ਹੈ? ਯੈਸ ਸਰ। ਫਸਟ ਲਓ ਜੀ, ਮੈਨੂੰ ਯਕੀਨ ਹੋ ਗਿਆ ਤੁਸੀਂ ਸਟੂਡੈਂਟਸ ਨਾਲ ਪਿਆਰ ਨਾਲ ਪੇਸ਼ ਆਓਗੇ ਸਰ। ਹਾਂਜੀ, ਕਲਾਸ 'ਚ ਚੱਲ ਰਹੀ ਹੈ। ਹਾਂਜੀ ਬਿਲਕੁਲ ਬਿਲਕੁਲ, ਆਓ ਆ ਜਾਓ। ਹੈਲੋ ਸਟੂਡੈਂਟਸ, ਵੈਰੀ ਗੁੱਡ ਮਾਰਨਿੰਗ, ਬੈਠੋ 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 ਬੈਠੋ। 4-8 ਮਤਲਬ 8-8, ਅੰਗਰੇਜ਼ੀ 'ਚ 8-8। ਕਮ 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 ਫਾਰਵਰਡ। ਇਹ ਨੇ ਨਿੰਮੀ ਮੈਮ, ਤੁਹਾਡੇ ਨਵੇਂ ਟੀਚਰ। ਹੈਲੋ। ਅੱਜ ਤੋਂ ਤੁਹਾਨੂੰ ਇਹ ਪੜ੍ਹਾਇਆ ਕਰਨਗੇ, ਠੀਕ ਹੈ? ਓਕੇ। ਸੋ ਚਲੋ ਮੈਮ, ਤੁਸੀਂ ਚਾਰਜ ਲਓ, ਮੈਂ ਚੱਲਦਾ ਫਿਰ। ਐਕਸਕਿਊਜ਼ ਮੀ ਸਰ। ਸਰ ਪਲੀਜ਼ ਅੱਜ ਦੀ ਕਲਾਸ ਤੁਸੀਂ ਲਾ ਦਿਓ, ਤੁਹਾਡੀ ਲਗਾਈ ਕਲਾਸ 'ਚ ਸਮਝ ਬੜਾ ਆਉਂਦਾ, ਨਾਲੇ ਮੈਡਮ ਤਾਂ ਹੈਗੀ ਆ ਪੂਰਾ ਮਿੰਨਾ ਸਮਝਾਉਣ ਲਈ। ਮੈਂ ਕਿਵੇਂ ਦੱਸਾਂ ਤੁਹਾਨੂੰ, ਮੇਰੇ ਤੇ ਆਪਣੇ 3.5 ਬੈਂਡ ਆਏ ਸੀ ਆਈਲੈਟਸ ਵਿੱਚੋਂ, ਅੱਜ ਤਾਂ ਸੋਮਵਾਰ ਵੀ ਨੇ, ਫੀਸਾਂ ਲੈਣੀਆਂ ਤਾਂ ਪੜ੍ਹਾਉਣਾ ਹੀ ਪੈਣਾ। ਓਕੇ, ਮੈਂ ਪੜਾਵਾਂਗਾ ਤੁਹਾਨੂੰ, ਠੀਕ ਹੈ? ਓਕੇ ਸਰ, ਮੈਂ ਬਾਹਰ ਵੇਟ ਕਰ ਲੈਂਦੀ ਹਾਂ। ਨਹੀਂ ਨਹੀਂ ਨਹੀਂ, ਤੁਸੀਂ ਕਿਉਂ ਜਾਣਾ, ਤੁਸੀਂ ਵੀ ਪੜਾਓ, ਮੈਂ ਵੀ ਪੜਾਉਣਾ। ਜਦੋਂ ਬੱਚਿਆਂ ਨੂੰ ਦੋ ਟੀਚਰ ਰਲ ਕੇ ਪੜਾਉਣਗੇ ਨਾ ਜੀ, ਇੱਕੋ ਪੀਰੀਅਡ ਦੇ ਵਿੱਚ ਦੋ ਕਲਾਸਾਂ ਲੱਗ ਗਈਆਂ, ਓਕੇ, ਡਬਲ ਫਾਇਦਾ। ਹਾਂਜੀ। ਓਕੇ, ਆਪਾਂ ਗੱਲ ਕਰਦੇ ਹਾਂ ਅੰਗਰੇਜ਼ੀ ਦੀ। ਅੰਗਰੇਜ਼ੀ ਨੂੰ ਅੰਗਰੇਜ਼ਾਂ ਨੇ 4 ਹਿੱਸਿਆਂ ਦੇ ਵਿੱਚ ਵੰਡ ਦਿੱਤਾ। ਹਾਂਜੀ ਹਾਂਜੀ। ਪਹਿਲੇ 2 ਹਿੱਸੇ ਸਪੀਕਿੰਗ ਤੇ ਰੀਡਿੰਗ। ਓ ਯੈਸ, ਰੀਡਿੰਗ, ਸਪੀਕਿੰਗ ਐਂਡ ਰੀਡਿੰਗ। ਤੇ ਇਹਦੇ ਬਾਰੇ ਮੈਂ ਚਾਹਾਂਗਾ ਕਿ ਤੁਹਾਨੂੰ ਨਿੰਮੀ ਮੈਮ ਥੋੜਾ ਵਿਸਥਾਰ ਨਾਲ ਅੱਜ ਦੱਸਣ, ਸਪੀਕਿੰਗ ਤੇ ਰੀਡਿੰਗ ਬਾਰੇ। ਆਲ ਯੂਅਰਸ। ਥੈਂਕ ਯੂ ਸਰ। ਹੈਲੋ ਸਟੂਡੈਂਟਸ। ਹੈਲੋ ਮੈਮ। ਆਈ ਐਮ ਨਿੰਮੀ ਐਂਡ ਆਈ ਐਮ ਹੇਅਰ ਟੂ ਟੀਚ ਯੂ ਆਲ ਹਾਊ ਟੂ ਕਲੀਅਰ ਯੂਅਰ ਆਈਲਟਸ ਐਗਜ਼ਾਮ। ਐਂਡ ਆਈ ਨੋ ਯੂ ਆਲ ਮਸਟ ਬੀ ਵੈਰੀ ਸਕੈਰਡ because you do not know English, but don't worry,
You don't have to worry about the bands. Forget the bands. What you have to do is fall in love with English. Because if you love English, then English will also love you. Like Mr. Bachchan said, you can eat English, you can drink English, you can sleep English, talk English, walk English. But you know what I say? You can also dream English. So don't worry and be happy. We will start our class from tomorrow, okay? Okay! Anjay! देखे मैडम दा जलवा लव इंग्लिश लव तो बहुत चंगी तरह समझ आउंदा होना तुहानू बड़े शैतान चलो हुण किसे बच्चे दा कोई क्वेश्चन होवे ते मैनू पूछ सकदा फिर मैं जाने यस सर ओ यस पूछो जी गुड मॉर्निंग सर फर्स्ट ऑफ ऑल माय क्वेश्चन इज व्हाट इज द टोटल लेंथ ऑफ ऑल दिस टेस्ट इन एग्जामिनेशन सेंटर हुण इहदा की मतलब हुंदा है बड़ा औखा जिहा सवाल पूछ लिया अब इहदा आंसर मैं दे सकदा पर मैं देना नहीं मैं चाहना कि तुहाडे विचों कोई स्टूडेंट इहदा जवाब देवे वैसे सवाल बहुत अच्छा पूछिया तेरे 6 तो 8 बैंड पक्के लगा लै मेरे को हुणे ही मैं चाहना तुहाडे चों कोई आंसर देगा ना मैनू उस बच्चे की काबिलियत का भी पता लग जाएगा कि किड्डा सोहना आंसर दिता अंदाजा ला लेंगे इहदे किन्ने क बैंड आने कौन आंसर देगा कौन ओ यस जसे तुसी आंसर दिओ सर उन्होंने मुताबिक उन्होंने यही पूछा भी सारे पेपर का कुल समा किन्ना जी तो पेपर मैं पहले भी दिते ने जी मेरे हिसाब न सर 3 घंटे का पेपर तो है जी अच्छा ये क्वेश्चन पूछा सी इन्हें ओके यही क्वेश्चन पूछा सी इन्हें पहली गल तो क्वेश्चन समझना बड़ा औखा काम सी तुसी समझ बैठो कोई नहीं हाँ जी ठीक है सर देखो जी इहदा हुण आंसर एक्सप्लेन मैं कर दिना ये तुहानू 4 पेपर होने टोटल 2.5 घंटे के 3 तो उदू बाद अद्धे घंटे का एक होर पेपर ठीक है कि नहीं ठीक है जी वेरी इंटेलिजेंट बैठो थैंक यू सर हां जी और किसी का क्वेश्चन सर हाउ मेनी कंट्रीज यू हैव विजिटेड टिल नाउ बहुत कंट्रीज ने दुनिया दे विच एनिया कंट्रीयां ने मुकदियां नहीं मतलब काफी कंट्रीयां ते बढ़िया सोहनियां कंट्रीयां ते एक कंट्री कनाडा भी है बड़ी सोहनी कंट्री है वो समझो पंजाब भी है दूजा हां जी बैठो पर सर तुसी केड़े केड़े देश घूमे हो अब मैं मैं ते मतलब कोई देश मसा ही है जड़ा ना घूमे होवे क्या बात है सर मतलब 4-5 मेरे पासपोर्ट भरे हुए ने ओनी किसे दी ब्याह दी एल्बम नहीं भरी हुंदी जिन्ने मेरे पासपोर्ट भरे हुए ने ओके थैंक यू स्टूडेंट्स टेक केयर बाय चलिए आप कॉफी का कप ही ऑफिस बैग आ जाओ बाय बाय सब तो पहला तो अपनी ये जुत्ती बदलो जेड़ी पता नहीं कित्थे तिलक जांदी है क्यों की होया सर की लोड़ सी ओदे नाल इन्ने प्यार ना पेश आउंदी सर यू ओनली टोल्ड मी दैट आई हैव टू बी गुड टू द स्टूडेंट्स सर आई वाज जस्ट ट्राइंग टू बी फ्रेंडली विद देम सर सो दैट दे कैन अंडरस्टैंड व्हाट आई एम ट्राइंग टू टीच देम एक मिनट अंग्रेजी सिर्फ क्लास ही बोलनी है इत्थे आपा अपनी मां बोली पंजाबी च गल करनी है हां ओके सर आई मीन ठीक है सर सर तुसी आपे तक क्या सीगा कि बच्चे नाल प्यार ना पेश आणा मैं प्यार नाल पेश आण नु क्या सी प्यार दियां पींगा पाण वास्ते नहीं सी क्या तुहानू की मतलब सर मतलब ए है कि कल तो क्लास मैं आप लिया करांगा तुसी जा सकदे हो ओके सर मैं जावां सर एक सेकंड हेलो 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 इधर आ ਐਨਾ ਸੀਰੀਅਸਲੀ ਨਹੀਂ ਲਈਦਾ ਹੁੰਦਾ ਮੈਂ ਦਿਲੋਂ ਨਹੀਂ ਕਿਹਾ ਮੈਂ ਉਤੋਂ ਕਿਹਾ ਜਾਣ ਨੂੰ ਓਕੇ ਸਰ ਕਲਾਸ ਤੁਸੀਂ ਹੀ ਲੈਣੀ ਹੈ ਜੀ ਸਰ ਬਟ ਥੋੜਾ ਧਿਆਨ ਰੱਖਿਆ ਕਰੋ ਖਾਸ ਤੌਰ ਤੇ ਤਿਲਕਣ ਲੱਗਿਆ ਉਦੋਂ ਤਿਲਕਣਾ ਜਦੋਂ ਕਿਤੇ ਮੈਂ ਨੇੜੇ ਤੇੜੇ ਹੋਵਾਂ ਕੀ ਮਤਲਬ ਸਰ ਮੈਂ ਆਹੋ ਓ ਓਕੇ ਸਰ ਠੀਕ ਹੈ ਸਰ ਜਾਵਾਂ ਸਰ ਬਾਏ ਬਾਏ ਸਰ ਥੈਂਕ ਯੂ ਸਰ ਸੀ ਯੂ ਸਰ ਅੰਗਰੇਜ਼ੀ ਦਾ ਵੀ ਪੰਗਾ ਹੀ ਹੈ ਜੇ ਕਿਤੇ ਮੈਨੂੰ ਅੰਗਰੇਜ਼ੀ ਆਉਂਦੀ ਹੁੰਦੀ ਹੈ ਤਾਂ ਮੈਂ ਕੱਢ ਦੇਣੀ ਸੀ ਬਾਈ ਗੋਡ
ਉੱਤੋਂ ਆਈਲੈਟਸ ਪੜ੍ਹਾਉਣ ਦਾ ਪੰਗਾ ਲੈ ਲਿਆ। ਕਾਸ਼ ਕਿਤੇ ਮੇਰਾ ਵੀ ਬਾਹਰ ਦਾ ਵੀਜ਼ਾ ਵੂਜ਼ਾ ਲੱਗ ਜੇ। ਬਾਹਰੋਂ ਇੰਗਲਿਸ਼ ਸਪੀਕਿੰਗ ਕੋਰਸ ਕਰਾਂ ਵਾ ਮੈਂ, ਫੇਰ ਨਹੀਂ ਮੰਨਦਾ ਕਿਸੇ ਨੂੰ ਲੱਖਾ। ਆ ਗਿਆ ਮੇਰਾ ਪੁੱਤ। ਆ ਗਿਆ ਬੇਬੇ, ਪੈਰੀ ਪੈਣਾ। ਪਾਣੀ ਲਿਆਵਾਂ? ਨਹੀਂ ਬੇਬੇ, ਤੂੰ ਕਰੀ ਚੱਲ ਕੰਮ ਆਪਣਾ, ਮੈਨੂੰ ਧਿਆਨ ਨਹੀਂ ਲੱਗੀ। ਅੱਛਾ ਬੇਬੇ, ਮੈਂ ਇੱਕ ਗੱਲ ਕਰਨੀ। ਕਰ ਪੁੱਤ, ਜਮ ਜਮ ਕਰ। ਬੇਬੇ, ਸ਼ਹਿਰ ਨਾਲ ਮੈਨੂੰ ਇੱਕ ਬੰਦਾ ਮਿਲਿਆ ਸੀ। ਉਹ ਮੈਨੂੰ ਕਹਿੰਦਾ ਸੀ ਤੈਨੂੰ ਅਮਰੀਕਾ ਪਹੁੰਚਾ ਦਾਂਗੇ 2 ਨੰਬਰ 'ਚ। ਉਹ ਕਹਿੰਦਾ ਸੀ ਰਾਹ 'ਚ ਬੰਦੇ ਵੀ ਉਹਨਾਂ ਦੇ ਆਪਣੇ ਨੇ, ਕੋਈ ਮੁਸ਼ਕਲ ਨਹੀਂ ਆਉਣ ਦਿੰਦੇ। ਬਸ ਜੇ ਇੱਕ ਵਾਰ ਮੈਕਸੀਕੋ ਦੀ ਕੰਧ ਟੱਪ ਗਿਆ ਨਾ, ਫਿਰ ਕੋਈ ਪਰਵਾਹ ਨਹੀਂ। ਤੇਰੀ ਕੀ ਸਲਾਹ ਬੇਬੇ? ਨਾਨਾ ਪੁੱਤ, ਅੱਜ ਤਾਂ ਇਹ ਗੱਲ ਕਹਿਤੀ ਨਾ, ਗਾਂਹ ਤੋਂ ਨਾ ਕਮੀ। ਸਾਨੂੰ ਇੰਨਾ ਵੀ ਨਹੀਂ ਪੈਸਿਆਂ ਦਾ ਲਾਲਚ ਵੀ ਆਪਣੇ ਇਕੱਲੇ ਕਾਰੇ ਪੁੱਤ ਨੂੰ ਸਮੁੰਦਰ 'ਚ ਰੋੜ ਦੀਏ। ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਖਾ ਲਏ ਇਸ ਅਮਰੀਕਾ ਕਨੇਡਾ ਦੇ ਸਮੁੰਦਰ ਨੂੰ। ਤੂੰ ਨਾ ਜੀ ਲਾ ਕੇ ਪੜ੍ਹਾਈ ਕਰ ਮੇਰੇ ਪੁੱਤ, ਜੇ ਨੰਬਰ ਆ ਗਏ ਤਾਂ ਫਿਰ ਬਾਹਰ ਚਲੇ ਹੀ ਜਾਣਾ, ਜੇ ਨਾ ਆਏ ਤਾਂ ਕੋਈ ਗੱਲ ਨਹੀਂ, ਇੱਥੇ ਕੋਈ ਕੰਮ ਧੰਦਾ ਖੋਲ੍ਹ ਦਾਂਗੇ। ਚੱਲ ਜਿਵੇਂ ਮੇਰੀ ਬੇਬੇ ਕਵੇ। ਜਿੰਦਾ ਵਸਦਾ ਰਹੇ ਬੇਬੇ। ਆ ਨੰਬਰ ਦੇ ਬਾਹਰ ਦਾ ਲੱਗਦਾ। ਚੁੱਕ ਚੁੱਕ, ਕਿਰਤਾ ਮਹਾਰਾਜ ਨੇ ਕੋਈ ਮਿਹਰ ਕਰਤੀ ਹੋਵੇ। ਹੈਲੋ, ਕੌਣ? ਜੱਸੀ? ਹਾਂਜੀ ਭਾਈ, ਜੱਸੀ ਬੋਲਦਾ, ਸਤਿ ਸ਼੍ਰੀ ਅਕਾਲ ਜੀ। ਉਹ ਮੈਂ ਹੈਰੀ ਬੋਲਦਾ। ਉਹ ਯਾਰ, ਪਲੱਸ ਟੂ ਇਕੱਠਿਆਂ ਨੇ ਤਾਂ ਕੀਤੀ ਸੀ ਆਪਾਂ ਨੇ। ਹੈਰੀ ਪਲੱਸ ਟੂ ਵਾਲਾ? ਉਹ ਬੱਲੇ ਬੱਲੇ ਬੱਲੇ, ਉਹ ਤੂੰ ਕਿਵੇਂ ਯਾਦ ਕਰ ਲਿਆ ਅੱਜ? ਉਹ ਬਸ ਬਾਈ ਯਾਰ, ਕੰਮਾਂ ਕਾਰਾਂ ਵਿੱਚ ਬਿਜ਼ੀ ਹੋ ਗਏ ਸੀ। ਯਾਰ, ਆ ਨੰਬਰ ਤੇਰਾ ਬਾਹਰ ਦਾ ਲੱਗਦਾ। ਉਹ ਹਾਂ, ਉਹ ਬਾਈ ਤੇਰਾ ਕੈਨੇਡਾ 'ਚ ਬੈਠਾ ਇਸ ਟਾਈਮ। ਕੈਨੇਡਾ? ਤੂੰ? ਉਹ ਯਾਰ, ਤੂੰ ਤਾਂ ਮੇਰੇ ਤੋਂ ਵੀ ਨਲਾਇਕ ਸੀ, ਮੈਨੂੰ ਲੱਗਦਾ 2 ਨੰਬਰ 'ਚ ਗਿਆ। ਉਹ ਬਸ ਬਾਈ ਯਾਰ, ਉਹ ਆਪਣਾ ਤਾਂ ਕੰਮ ਜਿਹਾ ਹੀ ਲੋਟ ਆ ਗਿਆ ਸੀ। ਉਹ ਕਿਵੇਂ? ਉਹ ਬਸ, ਪਲੱਸ ਟੂ ਤੋਂ ਬਾਅਦ ਮੇਰਾ ਰਿਸ਼ਤੇਦਾਰੀ ਵਿੱਚ ਰਿਸ਼ਤਾ ਪੱਕਾ ਹੋ ਗਿਆ ਤੇ ਕੁੜੀ ਬਾਹਰ ਕੈਨੇਡਾ ਵਿੱਚ ਪੱਕੀ ਸੀ ਤੇ ਝੱਟ ਮੰਗਣੀ ਪੱਟ ਵਿਆਹ ਹੋ ਗਿਆ ਤੇ ਤੇਰੇ ਬਾਈ ਨੂੰ ਵੀ ਉਹਨੇ ਜਲਦੀ ਸੱਦ ਲਿਆ ਕੈਨੇਡਾ 'ਚ। ਹੁਣ ਦੋਨੇ ਮੀਆਂ ਬੀਵੀ ਕੰਮ ਤੇ ਜਾਂਦੇ ਆ ਤੇ ਮੋਟੇ ਡਾਲਰ ਕਮਾਉਂਦੇ ਆ। ਉਹ ਭਰਾਵਾ, ਤੇਰੇ ਬਾਰੇ ਨਹੀਂ ਆ ਰਹੀ ਐਵੇਂ ਹਿਸਾਬ ਲਾਇਆ, ਭਰਜਾਈ ਦੇ ਪੈਰ ਧੋ ਧੋ ਪਿਆ ਕਰ। ਉਹ ਹਾਂ ਹਾਂ ਯਾਰ, ਉਹ ਨਾਲੇ ਆਪਣਾ ਲੱਕੀ ਵੀ ਆ ਗਿਆ ਕੈਨੇਡਾ 'ਚ। ਲੱਕੀ? ਯਾਰ, ਉਹ ਤਾਂ ਆਪਣੇ ਤੋਂ ਵੀ ਨਲਾਇਕ ਸੀ, ਉਹ ਕਿਵੇਂ ਪਹੁੰਚਿਆ ਕੈਨੇਡਾ? ਉਹ ਨਲਾਇਕ ਤਾਂ ਹੁੰਦਾ ਸੀ, ਪਹਿਲਾਂ ਉਹਨੇ ਆਪਣੀ ਘਰ ਵਾਲੀ ਨੂੰ ਭੇਜਤਾ ਬਾਹਰ ਸਟੱਡੀ ਬੇਸ ਤੇ ਤੇ ਮਗਰ ਹੀ ਪੱਟੂ ਆਪ ਆ ਗਿਆ। ਹੁਣ ਦੋਨੋਂ ਮੀਆਂ ਵੀ ਕੰਮ ਤੇ ਜਾਂਦੇ ਆ ਤੇ ਇੰਡੀਆ ਦਾ 2 ਲੱਖ ਰੁਪਇਆ ਕਮਾਉਂਦੇ ਆ ਮਹੀਨੇ ਦਾ, 2 ਲੱਖ। ਹਾਂ ਗੱਲਾਂ 'ਚ ਪੜ੍ਹਨੀ ਜਾਣਾ? ਨਹੀਂ। ਕਿਉਂ? ਉਹ ਮੈਂ ਨਹੀਂ ਕਰਨੀ ਆਈਲੈਟਸ। ਮਤਲਬ? ਉਹ ਮੈਂ 6.5 ਬੈਂਡ ਵਾਲੀ ਕੁੜੀ ਲੱਭ ਕੇ ਸਪਾਊਸ ਵੀਜ਼ਾ ਲਾ ਕੇ ਕੈਨੇਡਾ ਨੂੰ ਵੜ ਜਾਣਾ। ਤੈਨੂੰ ਕਿਹੜਾ ਦੇ ਦੂੰ, ਪੜ੍ਹੀ ਲਿਖੀ ਕੁੜੀ, ਤੈਨੂੰ ਅਨਪੜ੍ਹ ਦੂੰ? ਗੱਲ ਤਾਂ ਸੁਣ ਲਓ ਮੇਰੀ। ਉਹ ਤੂੰ ਜਾਣਦੇ ਮੇਰੇ ਤੋਂ ਹੱਥ ਵਾਲਾ ਨਾ ਕਰਾ ਲਈ ਜੱਸੀ, ਬੰਦੇ ਦਾ ਪੁੱਤ ਬਣ ਕੇ ਆਪਦਾ ਪੇਪਰ ਤੇ ਜਿੱਥੇ ਮਰਜ਼ੀ ਜਾ। ਮੇਰੀ ਗੱਲ ਤਾਂ ਸੁਣ ਲਓ। ਓ ਯਾਰ ਜੱਸੀ, ਨਾ ਮੇਰੇ ਤੋਂ ਹੱਥ ਵਾਲਾ ਨਾ ਕਰਾ ਲਈ ਤੂੰ, ਬੰਦੇ ਦਾ ਪੁੱਤ ਬਣ ਕੇ ਜੋ ਮੈਂ ਕਹਿੰਦਾ ਉਹ ਸਮਝ ਲਾ। ਯਾਰ ਗੱਲ ਮੇਰੀ ਸੁਣਦੇ ਨਹੀਂ ਤੁਸੀਂ, ਮੈਨੂੰ ਟੁੱਟ ਕੇ ਪੈ ਜਾਂਦੇ ਹੋ। ਅੱਜ ਸੋਲ ਬੈਂਡ ਵਾਲਾ ਹੈਰੀ 6.5 ਬੈਂਡ ਵਾਲੀ ਕੁੜੀ ਨਾਲ ਵਿਆਹ ਕਰਾ ਕੇ ਬਾਹਰ ਪਹੁੰਚ ਗਿਆ ਅਗਲਾ, ਉੱਥੇ ਮੋਟੇ ਡਾਲਰ ਕੁੱਟਦਾ। ਕੱਲ ਰਾਤ ਮੈਨੂੰ ਕੈਨੇਡਾ ਤੋਂ ਫੋਨ ਆਇਆ ਸੀ ਉਹਦਾ, ਕੈਨੇਡਾ ਤੋਂ। ਇੱਕ ਤੇ ਅੱਗ ਲੱਗਣਾ ਐਟਲ ਦਾ ਪੇਪਰ ਹੀ ਅੰਗਰੇਜ਼ੀ 'ਚ ਆ, ਜੇ ਕਿਤੇ ਪੰਜਾਬੀ 'ਚ ਹੋਵੇ ਜੱਸੀ ਤੇ ਕੱਢ ਦੇ ਵੱਟ। ਨਾਲੇ ਮੁੰਡੇ ਦੀ ਗੱਲ ਤੇ ਸੁਣ ਲਓ ਧਿਆਨ ਨਾਲ, ਕੀਤਾ ਠੀਕ ਹੀ ਕਹਿੰਦਾ ਹੋਵੇ। ਮੈਨੂੰ ਮੁੰਡੇ ਨਾਲੋਂ ਤੂੰ ਕਾਲੀ ਲੱਗਦੀ ਹੈ, ਤੈਨੂੰ ਨਾ ਮੈਂ ਗੋਰਾ ਲੱਭ ਕੇ ਪਹਿਲਾਂ ਭੇਜਦਾ, ਨਾਲੇ ਆਪ ਤਾਂ ਟੱਬਰ ਢੋਲੇਗੀ। ਓਏ ਅਕਲ ਦੀ ਇਹ ਆਨੀ ਹੈ, ਕਿਹੜਾ ਦੇ ਦੇ ਉਹਨੂੰ ਪੜ੍ਹੀ ਲਿਖੀ ਕੁੜੀ, ਸਕੂਲ ਦੇ ਮਗਰ ਕਦੇ ਕੱਟਾ ਲੈ ਕੇ ਤਾਂ ਨਿਕਲਿਆ ਨਹੀਂ। ਇਹਨੂੰ ਦੇ ਦੂ ਪੜ੍ਹੀ ਲਿਖੀ ਕੁੜੀ, ਤੇਰੇ ਸਰੀਰ ਤੇ ਹੀ ਚਰਬੀ ਨਹੀਂ ਚੜੀ, ਤੇਰੇ ਦਿਮਾਗ 'ਚ ਵੀ ਚਰਬੀ ਚੜ ਗਈ, ਤੈਨੂੰ ਨਹੀਂ ਸਮਝ ਆਉਣੀ ਇਹ। ਵਿਆਹੀ ਆਈ ਤੇ ਸ਼ੁਰਲ ਮਤਾਬੀ ਸਾਂ, ਜਦੋਂ ਦੀ ਤੇਰੇ ਘਰ ਵਿਆਹੀ ਆਈ ਆ ਮੇਰਾ ਇਹ ਹਾਲ ਹੋ ਗਿਆ ਕੰਮ ਕਰ ਕਰਕੇ। ਓਏ ਅਕਲ ਦੀ ਅੰਨੀ ਐ, ਇਹਨੂੰ ਸਮਝਾਵੇ ਆਪਦੀ ਮਾਂ ਨੂੰ ਵੀ ਜਨਾਨੀ ਕੰਮ ਕਰਕੇ ਪਤਲੀ ਹੁੰਦੀ ਐ, 12 ਮਣ ਦੀ ਧੋਬਣ ਨਹੀਂ ਹੋ ਜਾਂਦੀ। ਗੱਲ ਸੁਣ ਲਓ ਜੱਸੀ, ਇੱਕ ਨਾ ਮੈਂ ਬਗਾਨੀ ਧੀ ਤੇ ਤੁੱਕੀ ਲਾਵਾਂ, ਨਾ ਮੇਰੇ ਕੋਲੇ ਲਾਉਣ ਨੂੰ ਹੈ। 5-7 ਲੱਖ ਰੁਪਈਆ ਤੂੰ ਖਰਾਬ ਕਰਨਾ ਸੀ ਮੇਰਾ, ਉਹ ਪੱਟੀ ਬੈਠਾ ਹੈ। ਪੇਪਰ ਦੇ ਨਾ ਦੇ, ਪਾਸ ਹੋ ਫੇਲ ਹੋ, ਬਾਹਰ ਜਾ ਨਾ ਜਾ, ਪਰ ਇੱਕ ਦੁੱਕੀ ਨਹੀਂ ਹੋਰ ਮੇਰੇ ਕੋਲ ਹੈਗੀ। ਇਹ ਪੌੜਿਆਂ ਦਾ ਟੱਬਰ ਕਿੱਥੇ ਪੇਸ਼ ਪਿਆ? ਰੋਟੀ ਤੇ ਦਫਾ ਕਰ ਰੋਟੀ ਨੂੰ। ਬੇਬੇ ਤੂੰ ਸੱਚੀ ਸ਼ੁਰਲ ਮਤਾਬਣ ਹੁੰਦੀ? ਚੱਲ ਵੇ, ਪਿਓ ਨੂੰ ਅੱਗੇ ਗੁੱਸਾ ਚੜਾਤਾ ਪਰੇ ਹੋ।
ਤੁਹਾਡੇ ਦੋਵਾਂ ਪਿਓ ਪੁੱਤ 'ਚ ਫਸ ਗਈ ਮੈਂ। ਬੇਬੇ ਮੈਨੂੰ ਨਹੀਂ ਪਤਾ, ਮੈਂ ਕੈਨੇਡਾ ਜਾਣਾ ਹੀ ਜਾਣਾ ਬਸ। ਉਹ ਵੀ ਆਪਣੀ ਥਾਂ 'ਤੇ ਸਹੀ ਆ, ਕਿਹੜਾ ਮਾਂ ਪਿਓ ਬਗਾਨੇ ਧੀਆਂ ਪੁੱਤਾਂ ਦੇ ਉੱਤੇ ਲੱਖਾਂ ਰੁਪਈਏ ਲਾਉਂਦਾ। ਤੂੰ ਮਿਹਨਤ ਨਾਲ ਪੜ੍ਹਾਈ ਕਰ, ਆਪੇ ਨਤੀਜਾ ਆ ਜਾਣਾ ਵਧੀਆ, ਵੇਖੀ ਬਾਬਾ ਮਿਹਰ ਕਰੂਗਾ। ਤੂੰ ਵੀ ਬੇਬੇ ਚੱਲ, ਮੈਨੂੰ ਬੁਲਾਈ ਨਾ ਹੁਣ। ਮੇਰੀ ਗੱਲ ਤਾਂ ਸੁਣ ਜੱਸੀ। ਓਏ ਓ ਜੱਸੀ, ਓ ਤੂੰ ਯਾਰ ਉੱਥੇ ਬੈਠਾ, ਮੈਂ ਤੈਨੂੰ ਕੈਨੇਡਾ ਲੱਭੀ ਜਾਂਦਾ ਸੀ। ਹਾਂ ਤੂੰ ਇੰਡੀਆ ਕਦੋਂ ਆਇਆ? ਹੈਂ ਥੱਕ ਗਿਆ ਹੋਣਾ ਨਾ, ਭੁੱਖ ਲੱਗੀ, ਲੈ ਰੋਟੀ ਖਾ ਲੈ, ਖਾ ਲੈ। ਉਸੇ ਮੈਂ ਤੁਰ ਜਾ ਯਾਰ, ਗੁੱਸੇ ਕੋ ਨਾ ਯਾਰ ਤੂੰ। ਮੈਨੂੰ ਪਤਾ ਤੂੰ ਕੀ ਸੋਚਦਾ, ਤੂੰ ਤੂੰ ਕੈਨੇਡਾ ਜਾਣ ਬਾਰੇ ਸੋਚਦਾ ਨਾ, ਪਰ ਤੇਰੇ ਕੋਲ ਜਾਇਆ ਨਹੀਂ ਜਾਣਾ। ਆ ਜਿਹੜੇ ਗੋਰੇ ਹੈਗੇ ਨਾ ਗੋਰੇ, ਆਪਣੇ ਚਲਾ ਗਏ ਹੋਈ, ਇਹਨਾਂ ਤੈਨੂੰ ਨਾ ਵਾਪਸ ਭੇਜਣਾ ਹੀ। ਖਲੋ ਜਾ, ਮੈਂ ਤੇਰੀ ਗੱਲ ਕਰਾਉਣਾ। ਇਹ ਖਲੋ ਜਾ, ਇਹ ਆਵੇ ਮੇਰੇ ਕੋਲ ਨਾ ਫੋਨ ਹੈਗਾ ਹੀ, ਫੋਨ ਮੇਰੀ ਬੀਬੀ ਨੇ ਭੇਜਿਆ ਹੀ ਐਪਲ ਦਾ। ਹੈਲੋ, ਗੱਲ ਉਹ ਟਾਵਰ ਨਹੀਂ ਮਿਲਦਾ ਪਿਆ, ਖਲੋ ਜਾ, ਉਹ ਮਿਲ ਗਿਆ, ਮਿਲ ਗਿਆ ਹੀ। ਹੈਲੋ ਉਹ ਯਾਰ ਕਲਿੰਟਨ, ਆ ਮੇਰੀ ਪੁੱਛ ਤੋਂ ਬਾਤ ਕਰਾਓ ਯਾਰ। ਓਕੇ ਓਕੇ। ਉਹ ਯਾਰ ਉਹ ਯਾਰ ਤੁਮ ਕਿਆ ਗਲਤ ਕਰਤਾ ਕੰਮ, ਤੁਮ ਮੇਰੇ ਯਾਰ ਜੱਸੀ ਕੋ ਵਾਪਸ ਭੇਜਤਾ। ਹੈਂ ਓਕੇ, ਆਈ ਸੈਂਡ ਟੂ ਜੱਸੀ, ਯੂ ਰਿਸੀਵ ਇਟ, ਆ ਗੱਲ ਕਰੋ। ਆ ਜੱਸੀ ਜੱਸੀ ਗੱਲ ਕਰ, ਬਕਵਾਸ ਕਰਨੀ ਬੰਦ ਕਰ ਸੇਮੇ। ਲੱਗ ਗਿਆ ਸੇਮੇ, ਬੈਠ ਸੇਮੇ, ਲੱਗ ਗਿਆ ਯਾਰ। ਮੇਰੀ ਗੱਲ ਸੁਣ, ਤੂੰ ਇਹੋ ਜਿਹੀ ਹਰਕਤਾਂ ਕਰਨੀਆਂ ਬੰਦ ਕਰ ਦੇ ਯਾਰ ਸੇਮੇ। ਤੂੰ ਮੇਰੇ ਨਾਲ ਪੜਿਆ, ਆ ਗਲੀਆਂ 'ਚ ਆਪਾਂ ਇਕੱਠੇ ਖੇਡੇ, ਜਦੋਂ ਸਾਰੇ ਪਿੰਡ ਵਾਲੇ ਤੈਨੂੰ ਮੈਂਟਲ ਮੈਂਟਲ ਕਹਿੰਦੇ ਨਾ, ਪਾਗਲ ਪਾਗਲ ਆ ਕੇ ਬੁਲਾਉਂਦੇ ਨਾ, ਮੈਨੂੰ ਆਪ ਬਹੁਤ ਬੁਰਾ ਲੱਗਦਾ ਯਾਰ। ਪਾਗਲ ਪਾਗਲ ਕੌਣ ਹੈ ਤੈਨੂੰ ਪਤਾ ਪਾਗਲ ਕਿਹਨੂੰ ਕਹਿੰਦੇ ਆ? ਜਿਹੜਾ ਕਿਸੇ ਗੱਲ ਨੂੰ ਪਾਲਵੇ ਉਹਨੂੰ ਕਹਿੰਦੇ ਪਾਗਲ, ਤੇ ਜਿਹਨੂੰ ਕੋਈ ਵੀ ਗੱਲ ਪੱਲੇ ਨਹੀਂ ਨਾ ਪੈਂਦੀ ਉਹਨੂੰ ਕਹਿੰਦੇ ਸ਼ਿਦਾਈ। ਆ ਦੁਨੀਆ ਵਾਲਾ ਸ਼ਿਦਾਈ ਹੈਗਾ ਹੀ, ਇਹਨਾਂ ਨੂੰ ਗੋਲੀ ਮਾਰ ਰਹੀ ਹੂੰ ਬੰਦੂਕ ਨਾ, ਟੜ 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 ਟੜ। ਤੇਰੇ ਵੱਲ ਦੇਖ ਕੇ ਨਾ ਮੈਨੂੰ ਸੱਚੀ ਬਹੁਤ ਡਰ ਲੱਗਦਾ ਯਾਰ ਸੇਮਿਆ। ਜੱਸੀ ਆਪਾਂ ਡਰਨਾ ਨਹੀਂ ਆ, ਆਪਾਂ ਨਾ ਗੋਰਿਆਂ ਨੂੰ ਜਵਾਬ ਦੇਣਾ ਹੀ, ਆਪਾਂ ਤੇਰੇ ਪਾਸਪੋਰਟ 'ਤੇ ਵੀਜ਼ਾ ਲੈਣਾ ਹੀ, ਵੀਜ਼ਾ ਲੈਣਾ ਹੀ, ਵੀਜ਼ਾ ਲੈਣਾ ਹੀ ਨਾ, ਲਾਉਣਾ ਨਾ ਵੀਜ਼ਾ, ਹੈ ਲਾਉਣਾ, ਹਾਂ ਪਰ ਇੱਕ ਸ਼ਰਤ ਹੈ। ਕਿਹੜੀ ਕਿਹੜੀ ਕਿਹੜੀ? ਦੱਸ ਦੱਸ। ਤੂੰ ਅੱਜ ਤੋਂ ਬਾਅਦ ਬੀਬਾ ਬਣ ਕੇ ਦਿਖਾਏਗਾ ਸਭ, ਤੂੰ ਸੇਮਾ ਨਹੀਂ ਮੇਰੇ ਬਚਪਨ ਦਾ ਯਾਰ ਤਰਸੇਮ ਬਣੇਗਾ। ਆ ਸਾਰੇ ਪਿੰਡ ਵਾਲਿਆਂ ਨੂੰ ਤਰਸੇਮ ਸਿੰਘ ਬਣ ਕੇ ਦਿਖਾਏਗਾ, ਤਰਸੇਮ ਸਿੰਘ, ਮਨਜ਼ੂਰ ਹੈ? ਤਰਸੇਮ? ਹਾਂ ਮੇਰਾ ਤਰਸੇਮ ਯਾਰ, ਤਰਸੇਮ ਯਾਰ। ਆ ਪਿੰਡ ਵਾਲੇ ਮੈਨੂੰ ਮੈਨੂੰ ਕਦੀ ਆ ਨਾ ਨਾ ਬੁਲਾਉਂਦੇ ਨੀ ਯਾਰ। ਮੇਰੀ ਮੇਰੀ ਬੀਬੀ ਬੁਲਾਉਂਦੀ ਹੁੰਦੀ ਸੀ ਮੈਨੂੰ, ਕਹਿੰਦੀ ਹੁੰਦੀ ਸੀ ਤਰਸੇਮ ਜੇ ਤੂੰ ਬਾਹਰ ਚੱਲ ਗਿਆ ਕਿਤੇ ਨਾ ਹੋਵੇ, ਤੈਨੂੰ ਡੀਕਦੇ ਡੀਕਦੇ ਅਸੀਂ ਚੰਗੋ ਬਾਹਰ ਹੋ ਜਾਈਏ। ਬੀਬੀ ਨਹੀਂ ਰਹੀ, ਚੱਲ ਗਈ ਉਹ ਵੀ, ਪਾਪਾ ਵੀ ਚੱਲ ਗਏ, ਮੇਰਾ ਕੋਈ ਨਹੀਂ ਹੈਗਾ ਯਾਰ। ਤੂੰ ਰੋ ਨਾ ਯਾਰ ਸੇਮਿਆ, ਤੂੰ ਰੋ ਨਾ ਯਾਰ, ਤੂੰ ਮੈਨੂੰ ਵੀ ਰਵਾਤਾ ਯਾਰ, ਤੂੰ ਫਿਕਰ ਨਾ ਕਰ ਤਰਸੇਮ, ਤੇਰਾ ਯਾਰ ਜੱਸੀ ਜਿਉਂਦਾ ਹਜੇ ਹੈਗਾ, ਹੈਗਾ ਮੈਂ, ਫਿਕਰ ਨਾ ਕਰ। ਤਰਸੇਮ ਦਾ ਯਾਰ ਜੱਸੀ? ਹਾਂ ਜੱਸੀ ਦਾ ਯਾਰ ਤਰਸੇਮ? ਹਾਂ ਤਰਸੇਮ ਦਾ ਯਾਰ ਜੱਸੀ, ਆਪਾਂ ਦੋਵੇਂ ਮਿਲ ਕੇ ਗੋਰਿਆਂ ਦੀ ਕਰ ਦਿਆਂਗੇ ਲੱਸੀ। ਜਾ ਜਾ ਗਈ ਉਹ ਗੋਰਿਓ, ਟਾਟਾ ਜੱਸੀ, ਜੱਸੀ ਮਿਲ ਗਿਆ ਮੇਰਾ ਬਚਪਨ ਦਾ ਯਾਰ, ਆਪਣੇ ਹੋਣਾ ਗੋ ਬੈਕ। ਤੂੰ ਇੱਥੇ ਬਈ, ਮੈਂ ਭਜਾ ਕੇ ਆਉਣਾ, ਹਾਂ ਪਤਾ ਕਰੋ, ਚਲੋ ਤੁਰਕੀ ਜਾ ਤੁਰਕੀ।
जस्सी 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 बेबे इन्ना क्यों कमजोर पै गया तू एहो जी केड़ी गल सी मानू नहीं दस सकता कनेडा जाना मैं आ पिंड नहीं मेरा जी लगता हुण कनेडा तेनू मां नालों वध प्यारी होगी ना गल ओ नहीं बेबे तू एक और बापू नूं जिवें तुम्हें मर्जी मना ला जिंदगी च मैं तेरे तो होर कुछ नहीं मंगदा बस मैं कनेडा जाना बेबी ठीक है मैं कर दी है तेरे प्यो नाल गल की करी जानी है इत्थे आ गए तुसी मैं तुहानू डिकी जांदी सां जस्सी दा किवें करना है जस्सी दा की करना है ओ जे उस कुड़ी दी गल करनी है मैं नहीं करनी इत्थे चुप कर जा तू ही ते अपनी गल कह के तुर पेंदे हो तानू तो होर कोई काम नहीं जा खेत तुर पे जा वांडे चल गए तानू पता पिछो घर च की कुछ हुंदा अज जस्सी सल्फास पी लैन लगा सी ओ ते मैं टाइम ना आ गई ते बचा हो गया ड्रामे बाज आ तेरा लाडला कोई सल्फास नहीं पींदा ओ ता शुक्र कर तू घरे रहंदा है ओ ता रामलीला वालिया नाल होना चाहिदा सी जे उन्हों कुछ हो गया ना तो बचती मैं भी नहीं मेरी एक गल ध्यान ना सुन लो जवान जान मुंडा गर्म खून है कला कला पुत है अपना किते ना किते तो दा व्याह करना ही है ना जे साढ़े छे नंबर वाली कुड़ी लभ जे तो आपां नूं की तराज है कुड़ी लभू कित्थों आपे लभ लूगा जां फिर मेरी भैन हैगी उन्हों कह दिंदे आ इन्ने लोकां दे रिश्ते कराउंदी आ इहने तां कित्थों लभणी है आ उन्हों कह के देख ला तूं जे लब जांदी है तुसी देख आयो पक ठक वेले मैं तुरपूंगा फे जे तू कवे ते मैं जस्सी नूं तरवासा दे दा दे दे ठीक जो पानी पिला दी मैनू जस्सी आ बेबे जस्सी तेरा बापू मन गया साढ़े छे नंबर वाली कुड़ी ना रिश्ते ले सच्ची ओ मेरी बेबे झूठा नहीं ना चल बस 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 मैं कर दिया तेरी मासी नु फोन लभ दिया रिश्ता कोई हेलो हेलो कौन ओ जस्सी बोलदा सालिया तू यार अपने दा नंबर ही नहीं सेव कीता ओके ओके भाई की हाल है तेरा अज तू क्लास च भी नहीं आया खैर सुखता है ओ मैं वधिया अज आपा शाम नु मोटर ते महफिल लाउणी है अज यार तेरा खुश बहुत है बस तू घर तेनु कह के आई भी अज मैं मोटर ते ही रहना भाई पार्टी ए ता यार कमाल ही हो गया ओ किस खुशी च है पार्टी ना 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 खुशखबरी दसू तेनु मोटर ते हैगा किथे तू ओ भाई मैं ना अजे आइलेट्स सेंटर च ही बैठा आइलेट्स सेंटर च इस वेले ओ क्लास दा कदों दी खत्म हो गई है नहीं भाई ओ ना एक्चुअली मैं थोड़ी जी
ਫੀਸ ਜਮਾ ਕਰਵਾਣੀ ਸੀ ਯਾਰ, ਇਸ ਕਰਕੇ ਥੋੜਾ ਲੇਟ ਹੋ ਗਿਆ। ਓਕੇ ਓਕੇ ਚੱਲ ਕੋਈ ਨੀ, ਤੂੰ ਕੰਮ ਕਰ ਆਪਣਾ ਤੇ ਧਾਕੜ ਨੂੰ ਫੋਨ ਕਰਦੀ, ਸ਼ਾਮ ਨੂੰ ਦੋਵੇਂ ਇਕੱਠੇ ਹੀ ਆ ਜਾਇਓ। ਅੱਜ ਖੋਲਦੇ ਆ ਫਿਰ ਬੋਤਲਾਂ ਦੇ ਡੱਟ। ਉਹ ਮੈਂ ਕਿਹਾ ਬਾਈ ਫਿਕਰ ਨਾ ਕਰ, ਧਾਕੜ ਤਾਂ ਮੇਰੇ ਨਾਲ ਹੀ ਹੈ, ਬਸ ਤੂੰ ਤਿਆਰੀ ਕਰ ਤੇ ਮੈਂ ਪਹੁੰਚਿਆ। ਓਏ ਜੱਸੀ ਦੀ ਪਾਰਟੀ ਅੱਜ ਮੋਟਰ ਤੇ ਜਾਣਾ ਹੈ। ਓ ਕਿਆ ਬੰਬ ਲੱਗ ਰਹੀ ਹੈ ਮੈਡਮ। ਹਾਂ ਬੰਬ ਨਾ ਕਹੀਆ, ਭਾਬੀ ਹੈ ਤੇਰੀ, ਨਜ਼ਰਾਂ ਨੀਚੇ। ਅੱਛਾ ਕੁੜੀ ਪਿੱਛੇ ਹੁਣ ਯਾਰ ਮਾਰ ਕਰੇਗਾ। ਅਰੇ ਜਬ ਇਸ ਮੁਸ ਕੀ ਬਾਤ ਆਵੇ ਤੋ ਧਾਕੜ ਮਾਣਸ ਨਾ ਸਮਝੇ। ਆਗੇ ਆਗੇ ਆਗੇ। Excuse me. ਜੀ। You guys are still hanging around? ਮਤਲਬ ਤੁਸੀਂ ਗਏ ਨਹੀਂ ਹਾਲੇ ਤੱਕ? ਤੁਹਾਡੀ ਕਲਾਸ ਤਾਂ ਕਦੋਂ ਦੀ ਓਵਰ ਹੋ ਗਈ? ਮੈਡਮ ਜੀ, ਤੁਸੀਂ ਅੱਜ ਬਹੁਤ ਸੋਹਣੇ ਲੱਗ ਰਹੇ ਹੋ, ਇਹ ਕਹਿ ਰਹੇ ਸੀ ਧਾਕੜ ਜੀ। Thank you. ਪਰ ਤੁਸੀਂ ਗਏ ਨਹੀਂ ਹਾਲੇ ਤੱਕ? ਬਸ ਮੈਡਮ, ਆਪਕੇ ਦਰਸ਼ਨੋਂ ਕੇ ਅਭਿਲਾਸੀ ਥੇ, ਇਬ ਆਪਕੇ ਦਰਸ਼ਨ ਹੋ ਗਏ, ਚੈਨ ਸਾ ਮਿਲ ਜਾਏਗਾ ਧਾਕੜ ਮੈਂ। Are you kind of trying to flirt with me? ਹਾਂ ਜੀ। ਮੇਰੇ ਕਹਿਣ ਦਾ ਮਤਲਬ ਹੈ ਕਿ ਤੁਸੀਂ ਮੇਰੇ ਨਾਲ ਫਲਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਨਾ ਜੀ ਨਾ, ਫਲਰਟ ਨਾ ਕਰ ਰਹੇ, ਹਮ ਤੋ ਬਸ ਆਪਣੀ ਫੀਲਿੰਗ ਸ਼ੇਅਰ ਕਰ ਰਹੇ ਥੇ। ਮੈਡਮ ਜੀ, ਲੱਖਾ ਸਰ ਦੇ ਦਫ਼ਤਰ ਚ ਤੁਸੀਂ ਬੜੀ ਦੇਰ ਲਾਏ, ਕੋਈ ਬੜਾ ਵੱਡਾ ਕੰਮ ਸੀ? ਸਰ ਆਪਣੀਆਂ ਕੁਝ ਪੁਰਾਣੀਆਂ ਗੱਲਾਂ ਡਿਸਕਸ ਕਰਨ ਲੱਗ ਪਏ, ਦੈਟਸ ਵਾਈ ਇਟ ਟੁਕ ਅ ਲੌਂਗ ਟਾਈਮ। ਯਾਰ ਇਹ ਬੁੱਢਾ ਬੜਾ ਠਰਕੀ ਸਾ ਦਿਖਿਆ। ਕੁਝ ਕਿਹਾ ਤੁਸੀਂ? ਨਹੀਂ ਨਹੀਂ ਜੀ, ਮੈਂ ਕਿਹਾ ਇਹ ਆਪ ਬਹੁਤ ਸਮਾਰਟ ਲੱਗ ਰਹੇ ਹੋ, ਇਹ ਕਹਿ ਰਿਹਾ ਥਾ। ਕਿਉਂ ਮੇਰੇ ਵਿੱਚ ਇਹੋ ਜਿਹਾ ਕੀ ਖਾਸ ਹੈ? ਇਹ ਬਾਤ ਨਾ ਬੋਲਿਆ ਕਰੋ ਮੈਡਮ, ਦਿਲ ਮੇ ਟਰੈਕਟਰ ਸਾ ਚੱਲ ਹੈ, ਆਪ ਮੈਂ ਐਡੀ ਸੇ ਲੈ ਕੇ ਛੋਟੀ ਤੱਕ ਖਾਸ ਹੀ ਖਾਸ ਹੈ। ਬਹੁਤ ਸਮਾਰਟ ਲੱਗ ਰਹੀ ਹੋ ਆਪ, ਇਸ ਲਈ ਤਾਂ ਮੈਂ ਮੇਰੇ ਕੱਚੇ ਆਪਣੇ ਕੱਪੜੇ ਨਾ ਧੋਏ, ਆਪਕੇ ਦਰਸ਼ਨ ਕਰਨੇ ਆ ਗਏ, ਆਪਕੇ ਲਈ ਇੱਕ ਚੀਜ਼ ਲੈ ਆਇਆ ਹੂੰ, ਆਪ ਬੁਰਾ ਤਾਂ ਨਹੀਂ ਮੰਨੋਗੇ? Oh wow, chocolate. Thank you. Thank you so much. Thank you ki baat na hai madam, bas aap yun hi happy happy raha karo. Okay, theek hai, main jaawa hun. Actually meri second batch di class ka time ho gaya. Bye. Nice talking to you. My pleasure. Okay. Bye. Bye. See you. Take care. My pleasure. ਸਾਲਿਆ, ਕੱਚੇ ਨਵੇਂ ਖਰੀਦਣ ਨੂੰ ਤੇਰੇ ਕੋਲ ਪੈਸੇ ਹੈ ਨਹੀਂ, ਮੈਡਮ ਲਈ ਮਹਿੰਗੀਆਂ ਮਹਿੰਗੀਆਂ ਚੋਕਲੇਟਾਂ, ਤੇਰੇ ਇਰਾਦੇ ਕੁਛ ਠੀਕ ਨਹੀਂ ਲੱਗਦੇ ਪਤੰਦਰਾ। ਅਰੇ ਬਾਈ ਜਬ ਇਸ ਮੁਸਕ ਕੀ ਬਾਤ ਹੋ ਤੋ ਧਾਕੜ ਮਾਣਸ ਨਾ ਸਮਝੇ। ਓਏ ਛੱਡ, ਇਲੂ ਇਲੂ ਸਾ ਹੋ ਗਿਆ ਮੈਡਮ ਤੇ। ਓ ਬਾਈ, ਹੁਣ ਤਾਂ ਦੂਜੀ ਬੋਤਲ ਦਾ ਵੀ ਡੱਟ ਖੁੱਲ ਗਿਆ। ਉਹ ਪਤਾ ਹੈ ਨਹੀਂ ਆਪਾਂ ਕਿਸ ਖੁਸ਼ੀ 'ਚ ਪੀ ਰਹੇ ਹਾਂ, ਘੱਟੋ ਘੱਟ ਦੱਸ ਤਾ ਦੇ ਖੁਸ਼ੀ ਕਾਹਦੀ ਹੈ। ਆ ਇੱਕ ਇੱਕ ਪੈਗ ਲਾਓ ਹੋਰ, ਫਿਰ ਤੁਹਾਨੂੰ ਦੱਸਦਾ ਖੁਸ਼ਖਬਰੀ ਹੈ ਕਿ ਦੂਜੀ ਬੋਤਲ ਸ਼ੁਰੂ ਹੋ ਗਈ। ਫਿਰ ਬਾਈ ਦਿਮਾਗ ਮੈਂ ਚੜ ਜਾਏਗੀ, ਕੌਣ ਕਿਸ ਨੇ ਕੇ ਬੋਲਿਆ ਕਿ ਮੇਰਾ ਬੱਟ ਹੈਗਾ, ਇਹ ਬਾਈ ਬਤਾਓ। ਯਾਰ ਤੁਹਾਡਾ ਚੱਲਿਆ ਕਨੇਡਾ। ਕਿਹੜੀ ਕਿਹੜੀ ਬੱਸ ਤੇ? ਓਏ ਬੱਸ ਨਹੀਂ ਜਾਂਦੀ, ਇਹ ਸਭ ਕਿਵੇਂ ਹੋ ਗਿਆ? ਹੈਂ ਕਮਾਲ ਹੈ ਸਾਲਿਆ, ਤੂੰ ਐ ਹੈਰਾਨ ਹੋਈ ਇਹਨਾਂ ਜਿਵੇਂ ਮੈਂ ਚੰਦ ਚੱਲਿਆ। ਓਏ ਚੰਦ ਤੇ ਜਾਂਦਾ ਤਾਂ ਠੀਕ ਸੀ, ਪਰ ਕਨੇਡਾ ਐ ਹੀ ਹੈ ਫਿਰ। ਇਹ ਸਬੱਬ ਕਿਵੇਂ ਬਣਿਆ? ਸਬੱਬ ਨਹੀਂ ਸੱਤਿਆ, ਕੀ ਮਲਾਈ ਹੈ ਜੱਟ ਨੇ ਬਾਈ, ਆਪਣੇ ਤਾਂ ਪੁਰਾਣੇ ਆੜੀ ਹੋ ਗਏ, ਲਗਾ ਨਾ ਸਕੀਮ ਆਪਣੀ ਕਨੇਡਾ। ਓਏ ਤੇਰੀ ਕਿਹੜੀ ਸਕੀਮ ਹੈ? ਤੱਲਾ ਧਾਕੜ ਫਰੋਮ ਹਰਿਆਣਾ, ਦੂਧ ਦਹੀਂ ਕਾ ਖਾਣਾ, ਜੱਸੀ ਕੀ ਤਰ੍ਹਾਂ ਸਕੀਮ ਕਾ ਲਗਾਣਾ, ਫਿਰ ਕਨੇਡਾ ਜਾਣਾ। ਬੋਲੋ ਕਨੇਡਾ ਧਾਮ ਕੀ ਜੈ ਜੈ ਜੈ। ਓਏ ਯਾਰ ਕਨੇਡਾ ਜਾ ਕੇ ਵੀ ਤਾਂ ਤੂੰ ਦੁੱਧ ਦਹੀਂ ਖਾਣਾ, ਉਹ ਇੱਥੇ ਹੀ ਖਾਈ ਜਾ। ਓ ਇੱਕ ਵਾਰੀ ਕਨੇਡਾ ਜਾਣ ਦੇ ਤੰਨਾ ਧਾਕੜ ਕੋ, ਫਿਰ ਦੇਖਣਾ ਧਾਕੜ ਕਾ ਜੁਗਾੜ। ਮੇਰਾ ਪਾਸਪੋਰਟ ਖਾਤਾ, ਮੇਰਾ ਵੀਜ਼ਾ ਖਾਤਾ।
ਪਾਸਪੋਰਟ ਤਾਂ ਮੇਰਾ। ਅਰੇ ਭਾਈ ਦੋ ਕੱਚੇ ਐ ਮੇਰੇ ਪੈ, ਇੱਕ ਤੂੰ ਲੈ ਜਾ, ਇੱਕ ਮੇਰੇ ਦੁਰੇ ਛੋੜ ਜਾ। ਰਸੇਮ ਆਪਾਂ ਕੋਈ ਜ਼ਰੂਰੀ ਗੱਲ ਕਰਦੇ, ਚੱਲ ਜਾ। ਜ਼ਰੂਰੀ ਜ਼ਰੂਰੀ ਕੰਮ ਨਹੀਂ, ਕੰਦੇ ਕੰਮ ਕਰਦੇ ਗਰੇਜ, ਲੋਕਾਂ ਦੇ ਵੀਜ਼ਾ ਖਾਂਦਾ, ਪਾਸਪੋਰਟ ਖਾਂਦਾ, ਭੁੱਖਾ ਮੇਰਾ ਵੀਜ਼ਾ ਦਾ, ਮੇਰਾ ਪਾਸਪੋਰਟ ਦਾ। ਮੇਰਾ ਰਸੇਮ, ਤੇਰਾ ਪਾਸਪੋਰਟ ਮੈਂ ਦਵਾਉਂਗਾ, ਸਿਆਣਾ ਬਣੀ ਦਾ, ਚੱਲ ਜਾ ਇੱਥੋਂ, ਮੈਂ ਦਵਾਉਂਗਾ। ਦਵਾਏਗਾ ਨਾ? ਦਵਾਉਂਗਾ। ਇਹ ਦੇਖੋ ਗਈ, ਇਹਨੇ ਖਾਇਆ। ਚੱਲ ਚੱਲ ਰਸੇਮ, ਰਸੇਮ ਜਾਏ ਨਾ ਤਰੋਂ। ਰਸੇਮ ਆਇਆ ਬੇਟਾ, ਵੀਜ਼ਾ ਖਾਂਦਾ, ਆ ਮੇਰਾ ਜਾਜ ਗਿਆ। ਮੇਰਾ ਮੀਰ ਸਿਆਣਾ ਬਣ। ਓ ਭਾਈ ਇਹ ਕੀ ਸ਼ਹਿ ਬੁਲਾਏ ਹੁਣ? ਸਭ ਮੈਂ ਕਵਾਂਗਾ ਕਰਮਚਾਰੀ ਸਰ। ਕੁਝ ਨਹੀਂ ਯਾਰ, ਕਰੋੜਾਪਤੀ ਬੰਦਾ ਸੀ, ਅੱਜ ਕੱਖਾਂ 'ਚ ਰੁਲ ਗਿਆ ਵਿਚਾਰਾ। ਬਾਹਰ ਜਾਣ ਦੇ ਚੱਕਰਾਂ 'ਚ ਗਲਤ ਏਜੰਟਾਂ ਹੱਥ ਲੱਗ ਗਿਆ, ਉਹਨਾਂ ਕੈਨੇਡੇ ਦੀ ਜਗ੍ਹਾ ਐਵੇਂ ਕਿਸੇ ਜੰਗਲ ਜੁੰਗਲ 'ਚ ਲਾ ਤਾ, ਅਤੇ ਉਹਨਾਂ ਬਿਜਲੀ ਦੇ ਕਰੰਟ ਲਾ ਲਾ, ਵਿਚਾਰੇ ਨੂੰ ਅੱਧਾ ਪਾਗਲ ਕਰਤਾ। ਪਿੱਛੋਂ ਪਿੰਡ ਮਾਂ ਪਿਓ ਪੂਰੇ ਹੋ ਗਏ, ਅਤੇ ਜਦੋਂ ਇਹ 4-5 ਸਾਲ ਬਾਅਦ ਪਰਤਿਆ, ਆਪਣਾ ਸਭ ਕੁਛ ਉਜੜਿਆ ਵੇਖ, ਵਿਚਾਰਾ ਪੂਰਾ ਹੀ ਪਾਗਲ ਹੋ ਗਿਆ ਯਾਰ। ਉਹ ਤੂੰ ਕਿਸੇ ਸਕੀਮ ਬਾਰੇ ਗੱਲ ਕਰ ਰਿਹਾ ਸੀ, ਉਹ ਸਕੀਮ ਕੀ ਹੈ? ਸੁਣ ਫਿਰ ਸਕੀਮ, ਭਰਾ ਤੁਹਾਡੇ ਨੇ ਕੁੜੀ ਲੱਭੀ ਹੈ, 6.5 ਪਿੰਡ ਵਾਲੀ। ਅੱਛਾ, ਕੁੜੀ ਲੱਭੀ ਹੈ ਕਿ ਰੇਡੀਓ ਲੱਭਿਆ? ਭਰਜਾਈ ਹੈ ਤੁਹਾਡੀ, ਕੋਈ ਆਈਲੈਟਸ ਨਹੀਂ, ਕੋਈ ਲੱਫੜ ਨਹੀਂ, ਸਿੱਧਾ ਹੀ ਕੈਨੇਡਾ। ਜੱਟ ਸਾਹਿਬ ਸਿੱਧਾ ਜਾਣਗੇ ਕਿੱਥੇ? ਕੈਨੇਡਾ। ਕਿਆ ਬਾਤ, ਕਿਆ ਬਾਤ ਹੈ ਮੇਰਾ ਵੀਰ, ਲਵ ਯੂ ਲਵ ਯੂ। ਕਿੱਥੇ ਸੀ ਤੂੰ ਬਸ਼ਰਮਾ, ਸਾਰੀ ਰਾਤ ਘਰ ਨਹੀਂ ਆਇਆ, ਫੋਨ ਵੀ ਬੰਦ ਕੀਤਾ ਉੱਤੋਂ? ਰਾਤ ਮੈਂ ਮੋਟਰ 'ਤੇ ਗਿਆ ਸੀ, ਉੱਥੇ ਨੀਂਦ ਆ ਗਈ, ਉੱਥੇ ਹੀ ਪੈ ਗਿਆ ਫਿਰ ਮੈਂ। ਮਾਸੀ ਤੇਰੇ ਨੇ ਰਿਸ਼ਤੇ ਦੀ ਦੱਸ ਪਾਈ ਹੈ, ਜਾਣਾ ਵਾ ਕੁੜੀ ਵੇਖਣ, ਛੇਤੀ ਕਰ, ਮਸਾਂ ਤੇਰੇ ਪਿਓ ਨੂੰ ਮਨਾਇਆ ਮੁੱਕਰ ਨਾ ਜਾਵੇ ਕਿਤੇ, ਤਿਆਰ ਹੋ ਜਾ ਕੇ। ਆਇਆ ਮੈਂ ਤਿਆਰ ਹੋ ਕੇ। ਛੇਤੀ ਕਰ ਛੇਤੀ, ਇੱਕ ਤੇ ਤਾਂ ਮੋਬਾਈਲ ਫੜ ਕੇ ਮੈਂ ਚੁੱਲ੍ਹੇ 'ਚ ਡਾਹ ਦੇਣਾ, ਆ ਲੈਂਦੇ ਦੀਵਾਲੀ ਐਤ ਕੇ। ਇੱਕ ਵਾਰੀ ਫੇਰ ਦੇਖ ਲਾ, ਸੋਚ ਲਾ, ਆਏ ਕਿਸੇ ਦੀ ਧੀ ਭੈਣ ਨੂੰ ਦੇਖ ਕੇ ਹਾਂ ਕੀਤੇ ਬਿਨਾਂ ਉੱਠਣਾ ਔਖਾ ਲੱਗਦਾ। ਮੇਰੀ ਭੈਣ ਨੇ ਕਰਾਇਆ ਰਿਸ਼ਤਾ, ਤੁਹਾਡੀ ਵੀ ਤੇ ਕੁਝ ਲੱਗਦੀ ਆ। ਸੌਰੀ। ਬਸ ਉਹਨੇ ਕੁੜੀ ਵਿਖਾਉਣੀ ਆ, ਤੁਸੀਂ ਝੱਟ ਦੇਣੀ ਠਾਹ ਠੂ ਕਰ ਦੇਣਾ। ਜੱਸੀ ਜੱਸੀ ਭਾਈ ਸਾਹਿਬ, ਕੁੜੀ ਪੜ੍ਹੀ ਲਿਖੀ ਏ, ਬੀਏ ਕੀਤੀ ਹੋਈ ਹੈ ਇਹਨੇ। ਸੁਖਨਾ ਸਾਰਾ ਘਰ ਦਾ ਕੰਮ ਕਾਰ ਕਰ ਲੈਂਦੀ ਹੈ ਜੀ। ਆਈਲੈਟਸ ਕੀਤੀ ਹੈ? ਨਹੀਂ ਜੀ। ਤੇ ਅੰਗਰੇਜ਼ੀ ਦਾ ਪੇਪਰ ਦਿੱਤਾ ਤੂੰ? ਹਾਂਜੀ। ਕਿੰਨੇ ਬੈਂਡ ਨੇ ਜੀ? 5.5। ਆਈਲੈਟਸ ਕੀਤੀ ਜੀ ਤੁਸੀਂ? ਹਾਂਜੀ। ਕਿੰਨੇ ਨੰਬਰ ਆਏ ਨੇ ਜੀ? ਨੰਬਰ ਨਹੀਂ, ਬੈਂਡ ਆਏ ਨੇ, ਪੂਰੇ 6.5 ਬੈਂਡ। ਸਤਿ ਸ਼੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਬੇਟਾ, ਸਤਿ ਸ਼੍ਰੀ ਅਕਾਲ। ਰੋਟੀ ਦੇ ਟਾਈਮ ਤਾਂ ਕਮ ਸੇ ਕਮ ਟਾਈਮ ਨਾਲ ਘਰੇ ਆ ਜਾਇਆ ਕਰੋ। ਉਹ ਅੱਛਾ ਆ ਗਿਆ ਬਾਬਾ, ਖਾਓ ਖਾਣਾ। ਮੈਂ ਤੁਹਾਨੂੰ ਇੱਕ ਖੁਸ਼ਖਬਰੀ ਦੱਸਦਾ। ਨਾ, ਖੁਸ਼ਖਬਰੀ ਨੂੰ ਕਿਹੜਾ, ਤੁਸੀਂ ਮਖਾਣੇ ਲੈ ਕੇ ਆ ਗਏ ਹੋ। ਯਾਰ ਤੂੰ ਹਰ ਵਕਤ ਵੱਖੀ 'ਚੋਂ ਕਿਉਂ ਬੋਲਦੀ ਹੈ? ਰੂਪ ਤੂੰ ਦੱਸ ਵੀ ਤੈਨੂੰ ਕਿਸ ਚੀਜ਼ ਦੀ ਕਮੀ ਹੈ? ਮੈਨੂੰ ਆਕਸੀਜਨ ਦੀ ਕਮੀ ਹੈ ਜੀ, ਸਾਹ ਨਹੀਂ ਆਉਂਦਾ ਇਸ ਘਰ 'ਚ। ਜਿਸ ਘਰ ਵਿੱਚ ਮੇਰੀ ਧੀ ਕਿਰਨ ਵਰਗੀਆਂ ਧੀਆਂ ਹੋਣ ਨਾ, ਉਹ ਘਰ ਤਾਂ ਵੈਸੇ ਹੀ ਮਹਿਕਦਾ ਰਹਿੰਦਾ ਹੈ। ਉਹ ਰੂਪ ਤੂੰ ਹਰ ਵਕਤ ਐਵੇਂ ਨਾ ਬੋਲਿਆ ਕਰ। ਕਿਰਨ ਪੁੱਤ, ਤੂੰ ਦੱਸ ਤੇਰੀ ਆਈਲੈਟਸ ਦੀ ਤਿਆਰੀ ਕਿਵੇਂ ਚੱਲ ਰਹੀ ਹੈ? ਡੈਡੀ ਜੀ, ਆਈਲੈਟਸ ਤਾਂ ਬਹੁਤ ਵਧੀਆ ਚੱਲ ਰਹੀ ਆ, ਤੁਸੀਂ ਦੱਸੋ ਕਿਹੜੀ ਖੁਸ਼ਖਬਰੀ ਦੇਣੀ ਸੀ? ਹਾਂ ਬੇਟਾ, ਉਹ ਆਪਣੇ ਗਵਾਂਢ ਦਾ ਮੁੰਡਾ ਹੈ ਨਾ ਜੱਸੀ, ਉਹਦਾ ਰਿਸ਼ਤਾ ਹੋ ਗਿਆ ਪੱਕਾ। ਪਰ ਇੱਕ ਗੱਲ ਮੇਰੀ ਸਮਝ 'ਚ ਨਹੀਂ ਆਈ, ਬਈ ਇੰਨੀ ਰਿਸ਼ਤੇ ਦੀ ਕਾਹਲੀ ਕੀ ਪਈ ਸੀ ਉਹਨਾਂ ਨੂੰ? ਪਤਾ ਲੱਗਾ ਕੁੜੀ ਵਾਲਿਆਂ ਦਾ ਘਰ ਵੀ ਠੀਕ ਠਾਕ ਨਹੀਂ ਹੈ, ਅਤੇ ਕੁੜੀ ਵੀ ਕਿਸੇ ਹੋਰ ਜਾਤ ਦੀ ਹੈ। ਚਲੋ ਅੱਛਾ, ਮੁੰਡੇ ਦਾ ਘਰ ਵੱਸਦਾ ਹੋ ਜੂ। ਪਰ ਇੱਕ ਗੱਲ ਮੇਰੀ ਸਮਝ 'ਚ ਨਹੀਂ ਆਈ, ਬਈ ਅੱਜ ਕੱਲ੍ਹ ਦੀ ਮੰਡੀਰ ਨੂੰ ਬਾਹਰ ਕੈਨੇਡਾ ਅਮਰੀਕਾ ਜਾਣ ਦਾ ਕੀ ਭੂਤ ਸਵਾਰ ਹੋਇਆ ਪਿਆ? ਨਾ, ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਅਸੀਂ ਕੀ ਲੈਣਾ?
कोई होवे किदे ना मर्जी व्याह करावे टठे खूच जावे। नाले अजकल थानू पता है जवाक तां खूच डिगण नू तैयार ने बारले मुल्क जान पिछे। ओ रूप तू एक दिन मेरे नाल शहर चल ते घैंट जिहा सूट सवा व्याह ते चलना आपां। त्या सूट दी जनाब ने अगे तां कदे फरमाइश नहीं कीती। चल अच्छा चुप करके खाना खा। ओ बेटा रोटी तां खा लै। तुसी खा लो प्यो दी। यार तू तां हर वक्त कलेश खड़ा करी रखदी है। तफा होए इन्हां दा तां इही हाल रहना है। इन्हां पिछे कड़ा भुखा मरे। जाओ जाए। अंबरां दे तारे टुट गए ने, जिन्ने सीगे मेरे सारे रुस गए ने। लगदा ए अंबरां दे तारे टुट गए ने, जिन्ने सीगे मेरे सारे रुस गए ने। आपे करदी हां गल्लां, आपे भरदी हुंगारे मैं, आपे करदी हां गल्लां, आपे भरदी हुंगारे मैं। वे जिंद मुक चली सोहणिया सजणा वे, तेरे मुक दे क्यों नी लारे। वे जिंद मुक चली सोहणिया सजणा वे, तेरे मुक दे क्यों नी दे क्यों नी लारे। रब ऐसा खेड रचावे जो तेरे मनु भावे, ओ तेनू छड़ के जावे तेनू फेर पुछांगे। तू भी तां लड़के सोवे के रोवे, जग भार गमांदा ढोवे तेनू फेर पुछांगे। जद तेरे खाब टुटणगे तू पीणे हंजू खारे। वे जिंद मुक चली सोहणिया सजणा वे, तेरे मुक दे क्यों नी लारे। वे जिंद मुक चली वे, तेरे मुक दे क्यों नी लारे, तेरे मुक दे क्यों नी लारे। Oh,
ਬੜਾ ਸੋਹਣਾ ਉਹ ਕੈਨੇਡਾ ਦਾ ਵੀਜ਼ਾ। ਹਾਂਜੀ ਮਤਲਬ ਕਿੰਨੇ ਸੋਹਣੇ ਲੱਗ ਰਹੇ ਹੋ ਜੀ। ਹੁਣ ਨਾ ਜੀ ਅਸੀਂ ਨਾ ਜੀ ਤੁਹਾਨੂੰ ਕੈਨੇਡਾ ਨੂੰ ਤੋਰ ਦੇਣਾ ਜੀ, ਤੁਸੀਂ ਪੈਸੇ ਦੀ ਕੋਈ ਪਰਵਾਹ ਨਾ ਕਰਿਓ ਜੀ। 3 ਕੁ ਮਹੀਨੇ ਦਾ ਖਰਚਾ ਤਾਂ ਤੁਹਾਨੂੰ ਦੇ ਕੇ ਤੋਰਾਂਗੇ ਜੀ, ਬਾਅਦ 'ਚ ਫਿਰ ਤੁਹਾਨੂੰ ਪਤਾ ਪਿੱਛੋਂ ਘਰਦਿਆਂ ਦਾ ਵੀ ਔਖਾ ਹੋ ਜਾਂਦਾ ਜੀ, ਉੱਤੋਂ ਬਾਪੂ ਵੀ ਝਟਕਦਾ ਰਹਿੰਦਾ ਜੀ ਮੇਰਾ। ਉਹ ਨਾਲੇ ਨਾ ਮੈਂ ਪਤਾ ਕਰਾਇਆ ਸੀਗਾ ਜੀ ਵੀ ਵਾਈਫ ਨਾ ਜੀ 3 ਕੁ ਮਹੀਨੇ ਬਾਅਦ ਆਪਣੇ ਹਸਬੈਂਡ ਨੂੰ ਬਾਹਰ ਬੁਲਾ ਸਕਦੀ ਹੈ ਜੀ, ਤੁਸੀਂ 3 ਕੁ ਮਹੀਨੇ ਬਾਅਦ ਉੱਧਰ ਮੈਨੂੰ ਸੱਦ ਲਿਓ ਜੀ। ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਜੀ ਘਰ ਬਾਰ ਆ ਪਿੰਡ ਛੱਡ ਕੇ ਜਾਣ ਨੂੰ ਕਿਹਦਾ ਜੀ ਕਰਦਾ ਜੀ, ਪਰ ਉੱਥੇ ਮੇਰੇ ਪੁੱਤ ਦੀ ਕੇਅਰ ਕੌਣ ਕਰੂਗਾ ਜੀ, ਹੈ ਨਾ ਜੀ। ਫਿਰ ਤੁਸੀਂ ਮੈਨੂੰ ਉੱਥੇ ਸੱਦ ਲਿਓ ਜੀ, ਮੈਂ ਤੁਹਾਡੇ ਕੋਲ ਕੈਨੇਡਾ ਆ ਜੂੰਗਾ। ਤੁਸੀਂ ਮਨ ਲਾ ਕੇ ਪੜ੍ਹਾਈ ਕਰੀ ਚੱਲਿਓ ਜੀ, ਤੁਸੀਂ ਫਿਕਰ ਕਿਸੇ ਗੱਲ ਦੀ ਨਹੀਂ ਕਰਨੀ, ਮੈਂ ਤੁਹਾਡੀ ਫੀਸ ਕੰਮ ਕਰਕੇ ਕੱਢ ਲੈਣੀ ਜੀ ਸਾਰੀ, ਠੀਕ ਹੈ ਜੀ। ਨਾਲਾ ਨਾ ਜੀ ਉੱਧਰ ਖਰਚਾ ਨਾ ਜੀ ਡਾਲਰਾਂ 'ਚ ਹੁੰਦਾ ਜੀ, ਤੁਸੀਂ ਕੋਸ਼ਿਸ਼ ਕਰਿਓ ਖਰਚਾ ਘੱਟ ਹੀ ਕਰਿਓ ਜੀ, ਕਿਉਂਕਿ ਜਿੰਨੇ ਪੈਸੇ ਆਪਾਂ ਜੋੜਾਂਗੇ ਉਹ ਕੰਮ ਤਾਂ ਸਾਡੇ ਹੀ ਆਉਣੇ ਨੇ ਨਾ ਜੀ, ਹੈ ਨਾ ਜੀ। ਉਹ ਮੇਰਾ ਮਿੱਤਰ ਹੈ ਜੀ, ਇੱਕ ਲੱਖਾ ਏਜੰਟ ਹੈ ਜੀ, ਉਹ ਨਾ ਆਪਣਾ ਕੰਮ ਸਸਤੇ 'ਚ ਕਰਾ ਦਿਉ ਸਾਰਾ ਹੀ। ਤੁਸੀਂ ਨਾ ਜੀ ਮੈਨੂੰ ਆਪਣੇ ਕਾਗਜ਼ ਸਵੇਰੇ ਹੀ ਦੇ ਦਿਓ, ਆਪਾਂ ਇਕੱਠੇ ਜਾ ਕੇ ਉੱਥੇ ਨਾਲ ਹੀ ਅਪਲਾਈ ਕਰਾ ਦਾਂਗੇ ਜੀ, ਠੀਕ ਹੈ ਜੀ, ਠੀਕ ਹੈ। ਮੈਨੂੰ ਲੱਗਦਾ ਤੁਹਾਨੂੰ ਨੀਂਦ ਆਈ ਜਾਂਦੀ ਹੈ ਜੀ, ਚਲੋ ਆਪਾਂ ਕੱਲ੍ਹ ਨੂੰ ਚੱਲ ਜਾਵਾਂਗੇ ਜੀ ਲੱਖੇ ਕੋਲ ਫਿਰ, ਠੀਕ ਹੈ ਜੀ। ਆਪਾਂ ਸੋਨੇ ਹਾਂ ਜੀ ਨਾਲੇ, ਹੁਣ ਤੁਹਾਨੂੰ ਵੀ ਨੀਂਦ ਆਈ ਜਾਂਦੀ ਹੈ ਜੀ, ਪੈ ਜਾਂਦੇ ਹਾਂ ਜੀ, ਠੀਕ ਹੈ ਜੀ। ਹੈਲੋ, ਉਹ ਮੈਂ ਕੈਨੇਡਾ ਜਾਣਾ ਹਜੇ, ਹੈਲੋ। ਸਾਹ ਤਾਂ ਆਉਂਦੇ ਨੇ, ਲੱਗਦਾ ਸੌਂ ਗਏ। ਬਾਬਾ ਸਾਹ ਨਾ ਬੰਦ ਕਰ ਦੀ, ਨਹੀਂ ਨਵੀਂ ਪਸੂੜੀ ਪੈ ਜੂ। ਸੋਈਏ ਸੋਈਏ ਯਾਰ, ਸਵਾਗਤ ਕਈ ਢੱਠੇ ਖੂਹ 'ਚ। ਦੱਸਿਆ ਸਕੀਮ ਤਾਂ ਲਾ ਗਿਆ ਤੂੰ, ਵੈਸੇ ਆਪਾਂ ਪਹੁੰਚ ਜਾਣਾ ਕੈਨੇਡਾ, ਕਿੱਥੇ ਦੱਬਦੇ ਹਾਂ। ਚਾਹ ਬਣਾ ਕੇ ਪਿਆ ਹੁਣ ਮੈਨੂੰ ਵਧੀਆ ਜੀ, ਥੱਕ ਗਈ ਮੈਂ ਹੁਣ, ਵਿਆਹ ਦਾ ਖਲਾਰਾ ਸਾਂਭਦੀ, ਅਜੇ ਵੀ ਸਾਰੇ ਬਿਸਤਰੇ ਰਹਿ ਗਏ ਸਾਂਭਣ ਵਾਲੇ। ਕੋਈ ਗੱਲ ਨਹੀਂ ਭੈਣੇ, ਆ ਵਿਆਹ ਵਾਲੇ ਘਰ 'ਚ ਤਾਂ ਆਈ ਖਲਾਰਾ ਪੈਂਦਾ ਹੁੰਦਾ। ਤੂੰ ਮੁੰਡੇ ਦਾ ਵਿਆਹ ਕੀਤਾ, ਕੋਈ ਮਾੜੀ ਮੋਟੀ ਗੱਲ ਹੈ? ਆਪੇ ਨੂੰ ਰਾਣੀ ਆ ਕੇ ਸਾਫ਼ ਕਰ ਲੂਗੀ। ਲੈ ਉਹਨੂੰ ਆਉਂਦਿਆਂ ਕੰਮ 'ਤੇ ਲਾ ਦੇਣਾ, ਰਹਿਣ ਦੇ ਤੂੰ, ਆਪੇ ਕਰ ਲੂੰਗੀ ਮੈਂ। ਉਹਨੇ ਤਾਂ ਕੈਨੇਡਾ ਜਾਣਾ, ਕੈਨੇਡਾ ਜਾਊਗੀ ਤੇ ਤੈਨੂੰ ਤਾਂ ਮੈਨੂੰ ਖੜੂਗੀ। ਪੈੜੀ ਪੈਣਾ ਮਾਸੀ, ਜਿਉਂਦਾ ਰਹਿ ਪੁੱਤ। ਕੀ ਗੱਲ, ਤੂੰ ਹਮੇਸ਼ਾ ਕਾਲੀ ਚੀਰਨ, ਸਾਡੇ ਕੋਲ ਵੀ ਬਹਿ ਜਿਆ ਕਰ। ਬਸ ਕੰਮਾਂ ਕਾਰਾਂ 'ਚ। ਚੰਗਾ ਬੇਬੇ ਦੇ ਆਸ਼ੀਰਵਾਦ। ਹਾਂ, ਅੱਜ ਤੇਰੀ ਨੂੰਹ ਰਾਣੀ ਦੀ ਫੈਲ ਜਮਾ ਕਰਾਉਣ ਚੱਲਿਆ। ਜਿਉਂਦਾ ਵਸਦਾ ਰਹਿ ਮੇਰਾ ਪੁੱਤ, ਮਹਾਰਾਜ ਭਲੇ ਕਰੇ। ਜਾ ਦੇ ਆਸ਼ੀਰਵਾਦ ਫਿਰ। ਚੰਗਾ ਮਾਸੀ, ਕਰੋ ਗੱਲਾਂ ਬਾਤਾਂ। ਬਣਾ ਦੇ ਚਾਹ ਹੁਣ। ਸਤਿ ਸ਼੍ਰੀ ਅਕਾਲ ਜੀ ਭਾਅ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਕਾਕਾ ਜੀ? ਵਧੀਆ ਜੀ, ਵਧੀਆ। ਕੀ ਗੱਲ ਹੋ ਗਈ, ਤੁਸੀਂ ਆਈਲੈਟਸ ਵਿੱਚ ਛੱਡ ਗਏ? ਕੀ ਗੱਲ, ਸਾਡੀ ਟੀਚਰ ਪਸੰਦ ਨਹੀਂ ਆਈ? ਨਹੀਂ ਨਹੀਂ ਭਾਅ ਜੀ, ਇੱਦਾਂ ਦੀ ਕੋਈ ਗੱਲ ਨਹੀਂ, ਐਕਚੁਲੀ ਥੋੜ੍ਹਾ ਜਿਹਾ ਨਾ ਉਹ ਪਲਾਨ ਚੇਂਜ ਕਰ ਲਿਆ ਸੀ ਮੈਂ, ਅਤੇ ਫਿਰ ਉਹ ਆਈਲੈਟਸ ਕਰਨ ਦੀ ਲੋੜ ਹੀ ਨਹੀਂ ਰਹੀ ਜੀ। ਕਿਉਂ, ਕੀ ਗੱਲ ਹੋ ਗਈ? ਪਿੰਡ ਨਾਲ ਬਹੁਤਾ ਪਿਆਰ ਹੋ ਗਿਆ ਜਾਂ ਵੈਸੇ ਕਿਸੇ ਨਾਲ ਪਿਆਰ ਹੋ ਗਿਆ ਇੱਥੇ? ਉਹ ਨਹੀਂ ਨਹੀਂ ਭਾਅ ਜੀ, ਜਾਣਾ ਤਾਂ ਕੈਨੇਡਾ ਹੀ ਹੈ ਜੀ, ਬਸ ਥੋੜ੍ਹਾ ਜਿਹਾ ਜੱਟਾਂ ਵਾਲਾ ਦਿਮਾਗ ਜਿਹਾ ਲਾ ਲਿਆ ਜੀ, ਅਤੇ ਆਈਲੈਟਸ ਵਾਲੀ ਕੁੜੀ ਨਾਲ ਵਿਆਹ ਕਰਾ ਲਿਆ ਜੀ ਆਪਾਂ। ਇਹਦਾ ਮਤਲਬ ਫਿਰ ਗੋਰਿਆਂ ਨਾਲ ਹੁਸ਼ਿਆਰੀ ਮਾਰਨ ਦਾ ਮਨ ਬਣਾ ਲਿਆ ਜਨਾਬ ਨੇ? ਉਹ ਨਹੀਂ ਨਹੀਂ ਭਾਅ ਜੀ, ਹੁਸ਼ਿਆਰੀ ਕਾਹਦੀ ਜੀ, ਬਸ ਤੁਸੀਂ ਹੈਲਪ ਕਰ ਦਿਓ ਜੀ ਥੋੜ੍ਹੀ ਜੀ, ਐਕਚੁਲੀ ਵਾਈਫ ਦੀ ਨਾ ਫਾਈਲ ਲਾਉਣੀ ਜੀ ਕੈਨੇਡਾ ਦੀ। ਲੋ ਲੋ ਲੋ, ਫਿਰ ਤਾਂ ਸਹੀ ਜਗ੍ਹਾ ਆ ਗਏ ਤੁਸੀਂ, ਇਹ ਪਿਛਲੇ ਜਨਮ 'ਚ ਪੱਕਾ ਤੁਸੀਂ ਕੋਈ ਮੋਤੀ ਦਾਨ ਕੀਤੇ ਹੋਏ ਆ, ਜਿਹੜਾ ਤੁਹਾਡਾ ਲਖਵਿੰਦਰ ਸਿੰਘ ਲੱਖਾ ਨਾਲ ਵਾਹ ਪੈ ਗਿਆ। ਤੁਸੀਂ ਆਪਣੀ ਵਾਈਫ ਦੀ ਫਾਈਲ ਦਿਖਾ ਸਕਦੇ ਹੋ? ਹਾਂਜੀ, ਆ ਲਓ ਜੀ, ਲਿਆਓ ਲਿਆਓ। ਵੈਰੀ ਨਾਈਸ, ਵਾਹ, ਸੁਪਰ। ਬਣੂਗਾ ਜੀ ਗੱਲ। ਵਾਹ, ਉਹ ਯਾਰ ਤੇਰੀ ਵਾਈਫ ਦੇ ਤੇ ਨੰਬਰ ਹੀ ਬਹੁਤ ਸੋਹਣੇ ਆਏ ਹੋਏ ਆ। ਹੈਂ, ਬਣ ਜੂ ਜੀ ਗੱਲ? ਇਹਦਾ ਵੀਜ਼ਾ ਤਾਂ ਵੱਟ 'ਤੇ ਪਿਆ, ਬਸ ਵੱਟ ਤੋਂ ਚੱਕਣਾ ਹੀ ਆ ਜਾ ਕੇ। ਬਸ ਚੱਕੋ ਭਾਅ ਜੀ, ਪਾਲੀ ਤੋੜ ਲੱਗੀ ਹੈ ਜੀ ਕੈਨੇਡਾ ਜਾਣ 'ਤੇ।
ਮਗਰ ਚੱਕ ਦਿਆਂਗੇ ਨੇਰੀ ਲਿਆ ਦਿਆਂਗੇ ਗੱਲ ਹੀ ਕੋਈ ਨਹੀਂ ਬਸ ਇੱਕ ਵਾਰੀ ਮਜ਼ਰ ਅੰਬੈਸੀ ਤੋਂ ਕਨਫਰਮ ਕਰ ਲਵਾਂ ਹੈ ਨਾ ਅੱਛਾ ਜੀ ਡਬਲ ਸ਼ੋਰ ਕਰ ਲੈਣਾ ਚਾਹੀਦਾ ਕਿ ਨਹੀਂ ਇੱਦਾਂ ਕਰ ਤੂੰ ਆ ਪੇਪਰ ਲੈ ਜਾ ਬਾਹਰੋਂ ਸਕੈਨ ਕਰਾ ਕੇ ਲਿਆ ਮੈਂ ਹੁਣੇ 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 ਆਇਆ ਭਾਜੀ ਹਾਂ ਮੈਮ ਆ ਸਕੈਨ ਕਰਿਓ ਜੀ ਹਾਂਜੀ ਸਰ ਜਸਟ ਵੇਟ ਸਾਡੀ ਤਾਂ ਭਰਾਵਾ ਰੰਧਾਵਾ ਸਾਹਿਬ ਹੀ ਅੰਬੈਸੀ ਹੈ ਉੱਦਾਂ ਤਾਂ ਅੰਬੈਸੀ ਦਾ ਨੰਬਰ ਹੀ ਹੈ ਨਹੀਂ ਸਾਡੇ ਕੋਲ ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਉਹ ਬੱਲੇ ਸਤਿ ਸ਼੍ਰੀ ਅਕਾਲ ਲਖਵਿੰਦਰ ਸਿੰਘ ਕੀ ਹਾਲ ਆ ਅੱਛਾ ਭਾਈ ਜਾਨ ਥੋੜ੍ਹੀ ਮਦਦ ਚਾਹੀਦੀ ਸੀ ਤੁਹਾਡੀ ਕੋਈ ਗੱਲ ਹੀ ਨਹੀਂ ਹੁਕਮ ਕਰੋ ਇੱਕ ਫਾਈਲ ਆ ਰਹੀ ਮੇਰੇ ਕੋਲ ਲੜਕੀ ਦੀ ਕੁੜੀ ਬੀ ਏ ਪਾਸ ਹੈ ਜੀ 70% ਮਾਰਕਸ ਨੇ ਉਹਦੇ ਅਤੇ ਆਈਲੈਟਸ ਵਿੱਚੋਂ 6.5 ਬੈਂਡ ਆਏ ਨੇ ਉਹਦੇ ਗੈਪ ਕੋਈ ਨਹੀਂ ਉੱਤੋਂ ਕੁੜੀ ਮੈਰਿਡ ਹੈ ਫਾਈਲ ਰੱਖ ਲਵਾਂ ਉਹਦੀ ਲੱਗ ਜੂ ਵੀਜ਼ਾ ਹੈ ਚਾਂਸ ਜੀ ਕਿਆ ਬਾਤ ਹੈ ਯਾਰ ਬਹੁਤ ਵਧੀਆ ਫਾਈਲ ਤੁਹਾਡੀ ਇੰਨੇ ਸੋਹਣੇ ਮਾਰਕਸ ਔਰ ਇੰਨੇ ਵਧੀਆ ਬੈਂਡ 100% ਗੱਲ ਬਣੂਗੀ 100% ਇੱਥੇ ਰੱਖ ਠੀਕ ਹੈ ਜੀ ਮੈਂ ਫਾਈਲ ਰੱਖ ਲੈਣਾ ਫਿਰ ਅਤੇ ਤੁਸੀਂ ਕਰਵਾ ਦਿਓ ਕੰਮ ਗਰੀਬ ਦਾ ਅਤੇ ਫਿਰ ਜੋ ਤੁਹਾਡਾ ਬਣਦਾ ਹੋਏਗਾ ਦੇ ਦਿਆਂਗੇ ਜੀ ਬਾਕੀ ਮੇਰੇ ਵੀ 4 ਪੈਸੇ ਬਣ ਜਾਣਗੇ ਜੀ ਤੁਹਾਡੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ ਸਾਡੇ ਘਰ ਪਰਸੋਂ ਦਾ ਆਟਾ ਨਹੀਂ ਹੈ ਫਾਈਲ ਫੜ ਲਓ ਔਰ ਪ੍ਰੋਫਿਟ ਦੀ ਗੱਲ 50% ਪ੍ਰੋਫਿਟ 'ਚੋਂ ਤੁਹਾਡਾ ਔਰ 50% ਸਾਡਾ ਚਲੋ ਉਹ ਤਾਂ ਕਰ ਲਾਂਗੇ ਜੀ ਫਿਰ ਆਪਾਂ ਹੈ ਜੀ ਮਿਹਰਬਾਨੀ ਜੀ ਸ਼ੁਕਰੀਆ ਜੀ ਹੈਲੋ ਸਰ ਹੋ ਗਏ ਤੁਹਾਡੇ ਥੈਂਕ ਯੂ ਮੈਮ ਥੈਂਕ ਯੂ ਯਾਰ ਲਿਮਿਟਡ ਜਿਹਾ ਹੀ ਖਾਈਦਾ ਫਿਰ ਪ੍ਰੈਸ਼ਰ ਪਤਾ ਨਹੀਂ ਕਿਉਂ ਬਣਦਾ ਤਿੰਨ ਤਿੰਨ ਵਾਰੀ ਜਾਣਾ ਪੈਂਦਾ ਯਾਰ ਆ ਕਰਾ ਲਏ ਜੀ ਆਓ ਜੀ ਆਓ ਆ ਗਿਆ ਕਾਕਾ ਕਰਾ ਲਿਆ ਸਕੈਨ ਜੀ ਸੁਪਰ ਆ ਮੈਨੂੰ ਦੇ ਦੇ ਤੇਰੇ ਕਿਹੜੇ ਕੰਮ ਹੈ ਵੈਰੀ ਨਾਈਸ ਬਹਿ ਜਾ ਜੀ ਇਹ ਮੈਂ ਕੋਲ ਰੱਖ ਲੈਣਾ ਉੱਧਰ ਮੇਰੀ ਅੰਬੈਸੀ 'ਚ ਵੀ ਗੱਲ ਹੋ ਗਈ ਉਹ ਕਹਿੰਦੇ ਕਿ ਬਸ ਤੁਸੀਂ ਫਾਈਲ ਲਾਓ ਅਤੇ ਆਪਣਾ ਬੈਗ ਤਿਆਰ ਰੱਖੋ ਥੋੜ੍ਹੇ ਜਿਹੇ ਕੱਪੜੇ ਪਾ ਲਓ ਬੈਗ 'ਚ ਥੋੜ੍ਹੇ ਪਤਾ ਕਿਉਂ ਕਹਿੰਦੇ ਬਾਕੀ ਸ਼ੋਪਿੰਗ ਉੱਥੇ ਜਾ ਕੇ ਕਰ ਲਿਓ ਕਨੇਡਾ ਥੈਂਕ ਯੂ ਸੋ ਮਚ ਸਰ ਫਿਰ 3 ਮਹੀਨੇ ਬਾਅਦ ਲੱਗੇਗਾ ਨਾ ਜੀ ਮੇਰਾ ਵੀਜ਼ਾ ਹਾਂ ਹਾਂ ਬਸ ਜਿੱਦਾਂ ਹੀ ਤੇਰੀ ਵਾਈਫ ਉੱਥੇ ਪਹੁੰਚ ਗਈ ਉਹਨੇ ਜਾ ਕੇ ਸਾਰੀ ਕਾਗਜ਼ੀ ਕਾਰਵਾਈ ਕਰ ਲਈ ਜਿੱਦਾਂ ਹੀ ਉਹਨੇ ਤੈਨੂੰ ਇੱਧਰੋਂ ਇਨਵਾਈਟ ਕਰ ਲਿਆ ਤੂੰ ਮੈਨੂੰ ਦੱਸ ਦਈਂ ਇੱਧਰੋਂ ਮੈਂ ਤੇਰੀ ਕਾਰਵਾਈ ਸ਼ੁਰੂ ਕਰ ਦੇਣੀ ਆ ਕਿਆ ਬਾਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਅਤੇ ਭਾਅ ਜੀ ਉਹ ਖਰਚਾ ਜ਼ਰੂਰ ਦੱਸ ਦਿੰਦੇ ਜੀ ਐਵੇਂ ਬਾਅਦ 'ਚ ਫਿਰ ਪੈਸੇ ਦਾ ਰੌਲਾ ਪੈਂਦਾ ਜੀ ਰੌਲਾ ਹੀ ਸਾਰਾ ਪੈਸੇ ਦਾ ਪੈਂਦਾ ਹੋਰ ਕੋਈ ਰੌਲਾ ਹੀ ਨਹੀਂ ਹੁੰਦਾ ਜਦ ਤੱਕ ਵੀਜ਼ਾ ਲੱਗ ਨਹੀਂ ਨਾ ਜਾਂਦਾ ਭਾਈ ਸਾਹਿਬ ਉਦੋਂ ਤੱਕ ਤਾਂ ਬੰਦਾ ਆਪਣਾ ਘਰ ਵੇਚਣ ਤੱਕ ਜਾਂਦਾ ਜਦੋਂ ਇੱਕ ਵਾਰ ਵੀਜ਼ਾ ਲੱਗ ਜਾਂਦਾ ਡਾਕੀਏ ਨੂੰ 100 ਰੁਪਈਆ ਦੇਣਾ ਵੀ ਚੁੱਭਦਾ ਉਦੋਂ 15 ਲੱਖ ਰੁਪਏ ਦਾ ਜੁਗਾੜ ਕਰਕੇ ਰੱਖੋ ਬਸ ਠੀਕ ਹੈ ਭਾਅ ਜੀ ਤੁਸੀਂ ਫਾਈਲ ਲਾਓ ਜੀ ਮੈਂ ਪੈਸੇ ਭਿਜਵਾਉਣਾ ਹਾਂ ਠੀਕ ਹੈ ਅਤੇ ਭਾਅ ਜੀ ਜਦੋਂ ਮੈਂ 3 ਮਹੀਨੇ ਬਾਅਦ ਜਾਊਂਗਾ ਜੀ ਉਦੋਂ ਤਾਂ ਨਹੀਂ ਹੋਣਾ ਮੇਰਾ ਕੋਈ ਖਰਚਾ ਜੀ ਲੱਗਣਗੇ ਉਦੋਂ ਜਹਾਜ਼ ਦੇ ਵਿੱਚ ਗੋਰੀਆਂ ਮੇਮਾਂ ਦੇਖਣ ਦੇ ਪੈਸੇ ਲੱਗਣਗੇ ਮੇਰਾ ਮਤਲਬ ਸਿਰਫ ਟਿਕਟ ਦੇ ਪੈਸੇ ਲੱਗਣੇ ਆ ਤੁਹਾਡੇ ਅੱਛਾ ਜੀ ਅੱਛਾ ਹੋਰ ਕੋਈ ਖਰਚਾ ਨਹੀਂ ਥੈਂਕ ਯੂ ਸੋ ਮਚ ਜੀ ਥੈਂਕ ਯੂ ਲੈ ਥੈਂਕ ਯੂ ਕਰ ਤੁਹਾਡਾ ਆਪਣਾ ਦਫ਼ਤਰ ਹੈ ਜਦੋਂ ਮਰਜ਼ੀ ਆਓ ਠੀਕ ਹੈ ਜੀ ਬਸ ਤੁਸੀਂ ਟਿਕਟ ਵਾਲਾ ਕੰਮ ਵੀ ਤਿਆਰੀ ਰੱਖੋ ਜੀ ਹੋਰ ਵੀ ਜਿਹਨੇ ਜਾਣਾ ਬਾਹਰ ਲੈ ਕੇ ਆਓ ਉਹਨੂੰ ਨਾਲ ਸਰ ਠੀਕ ਹੈ ਜੀ ਚੰਗਾ ਜਵਾਨ ਥੈਂਕ ਯੂ ਸੋ ਮਚ ਸਰ ਓਕੇ ਵੈਸੇ ਆਈਲੈਟਸ ਦੀਆਂ ਥੋੜ੍ਹੀਆਂ ਕਲਾਸਾਂ ਲਾਉਣ ਦਾ ਫਾਇਦਾ ਹੋ ਗਿਆ ਤੈਨੂੰ ਭਾਅ ਜੀ ਤੂੰ ਸਰ ਕਹਿਣਾ ਸ਼ੁਰੂ ਕਰਤਾ ਤੂੰ ਚੰਗਾ ਜੀ ਲਿਆ ਵੀ ਕਿੱਥੇ ਖੇਲ ਰਹੇ ਸੀ ਆਪਾਂ 3 ਪੱਤੀ ਆਇਆ ਨੀ ਤੁਹਾਡਾ ਪੁੱਤ ਆਜੂ ਮੁੱਕੀਆਂ ਨੀ ਖਬਰਾਂ ਅਜੇ ਅਖਬਾਰ ਦੀਆਂ ਤੇਰੀ ਪੈਣਾ ਜੀ ਲਓ ਆ ਗਿਆ ਕੀ ਬਣਿਆ ਤੇਰੀ ਫੈਲ ਦਾ ਲੈ ਫੈਲ ਦਾ ਕੀ ਬਣਨਾ ਉਹ ਜਿੱਥੇ ਜੱਟ ਸਾਹਿਬ ਜਾ ਵੱਜਣ ਉਹ ਕੰਮ ਕਦੇ ਖੜੇ ਆ ਤੁਸੀਂ ਆਪਣੀ ਨੂੰਹ ਦਾ ਬੈਕ ਕਰੋ ਪੈਕ ਤੇ ਬਾਪੂ ਜੀ ਨਾਲੇ ਏਜੰਟ ਨੂੰ ਮਿਲ ਕੇ ਆਇਆ ਉਹ ਕਹਿੰਦਾ ਵੀ ਹੋਰ 15 ਕੁ ਲੱਖ ਰੁਪਇਆ ਦੇਣਾ ਪੈਣਾ 7.5 ਲੱਖ ਰੁਪਇਆ ਆਪਾਂ ਨੂੰ ਪਹਿਲਾਂ ਜਮ੍ਹਾਂ ਕਰਾਉਣਾ ਪੈਣਾ ਬਾਕੀ ਉਹ ਕਹਿੰਦਾ 7.5 ਲੱਖ ਰੁਪਇਆ ਤੁਸੀਂ ਕਿਸ਼ਤਾਂ 'ਚ ਦੇਈ ਚੱਲਿਓ ਇੰਨਾ ਸੌਖਾ ਕਰ ਲਾ ਕੋਈ ਜੱਟ ਸਾਹਿਬ ਵਾਲੀ ਭਾਅ ਜੀ ਤੁਸੀਂ ਆਪਣੇ ਮੁੰਡੇ ਨੂੰ ਬਾਹਰ ਭੇਜਣਾ ਕਿ ਨਹੀਂ ਭਰ ਲਓ ਕੌੜਾ ਘੁੱਟ ਅੱਧੇ ਆਪਦੀ ਮਾਸੀ ਤੋਂ ਲੈਣੀ ਭਾਅ ਜੀ ਸਾਡੇ ਕੋਲ ਕਿੱਥੇ ਨੇ ਪੈਸੇ ਸਾਡੇ ਤਾਂ ਆਪਣੇ ਜਵਾਕ ਘਰੇ ਬੈਠੇ ਨੇ ਆ ਉਹਦਾ ਨਾਮ ਲਖਵਿੰਦਰ ਸਿੰਘ ਇਹ ਅਕਾਊਂਟ 'ਚ ਪਾਉਣੇ ਪੈਸੇ ਪਾਉਣੇ ਅਕਾਊਂਟ 'ਚ ਮਾਂ ਨੂੰ ਫੜਾ ਦੇ ਆਪਦੀ ਨੂੰ ਬੇਬੇ ਤੂੰ ਹੀ ਕਰ ਕੁਝ ₹15 ਲੱਖ ਕਿਹੜਾ ਥੋੜ੍ਹਾ ਵਾ ਬੋਲਣ ਲੱਗਿਆ ਜਮਾਨ ਵਲ ਪੈਂਦਾ ਉੱਧਰ ਕਰਕੇ ਵੇਖਦੀ ਆ ਗੱਲ ਮੈਂ
इंतजाम हो गया कि नहीं मैं कीती हुई है जी बापू जी ने गल अज शाम तक पेमेंट क्लीयर कराना जी करा दियो क्लीयर इधरों सारा कुछ क्लीयर हाँ जी तू तो पता नहीं घरे भी पहुंचना कि नहीं मगर ही नहीं मेरा फोन आ जाना काका जी वीजा हो गया क्या बात है जी क्या बात है जी ते निकला जी फिर मैं हाँ हाँ मौजा करो ठीक है जी ठीक है करो बस जाके तुसी हो थैंक यू सर थैंक यू जी थैंक यू कोई नहीं डॉक्यूमेंट अपने कोल ही है किथे जाना नेक्स्ट कौन है बे ओ किरणप्रीत कौर ओ किदा तू किथे बस थोड़ा जा काम सी तू व्याह करा लिया दस्या भी नहीं क्यों कार्ड नहीं गया तोडे घरे यार मैं चाचे नु आप कार्ड फड़ा के आया कार्ड काफी सी मेरे लिए नेक्स्ट चल छड़ मैं चलती हूं टेंशन क्यों ले रहे बापू का प्लाट है 10x10 का बेच देंगे इनफील्ड मोटरसाइकिल कसम सपना चौधरी की कत्ती मजा ही आ जाएगा और रहन दे तू क्यों साला कर देना भुखा मारना आखे बुलट लेके आना किक मारन दी ताकत है नी स्टार्ट कौन करू मेरा भरा अठा मेरी गल सुनो सत्ता सीरियस होके गल सुनो कुड़ी दे चक्कर जावे मैडम ते अख ना रखियो नहीं लखे ने थोड़े पासपोर्ट बैन कर देने ने सुनया आ स्कूले जो मैं पढ़दा ही 12वीं च मुंडा पढ़दा ही मेरे ना एक निकम्मा सिरे दा साले ने मैडम ही फसाली कोई बंदे दा दीन धर्म ही है नी यार इहदे च की है तां औरत जात विचों ही मैडम ही तो है उदियां केड़ा फीलिंग्स मर गई ने एक्चुअली उन्हों भी तो कोई चाहिए जेड़ा उदा कोई ख्याल रखे पंजा मिनटा बाद उन्हों फोन करे क्यों जद साला बनावटी शेक ओ यार तू नहीं समझेगा जदों तेनू प्यार होया ना अकल फेर आओ तेनू सत्या जट नू प्यार नहीं हुंदा नाले जड़ी खेड जट ने खेडनी ही ना ओ खेड ली आ लखे नू मिल के आया मैं कहिंदा प्रीति दा वीजा आ रहा है ते तिना महीनिया नू जट साहब कनेडा फिर तो पार्टी वीरे पार्टी दे ही जाना यार ये तो घर के निकाली हुई है भाई वो अंग्रेजी दुकान पे जो मिलती है बीन वाली फोटो लगी होती है वो वाली करो आपा कह के उन्हें अभी खेतों नूं पानी देना है इत्थे आपा शरीर नूं पानी देई जाने शहर वाली भी कर दूं थोड़ी नीत तां भरनी होनी हेलो हां जी सत श्री अकाल जी की हाल है सत श्री अकाल जी भाजी किदां जी मैं थोनू कहिंदा हुंदा सी ना भई काका जम्मण लगा 9 महीने ला दिंदा साडा अप्लाई कीता वीजा नहीं टाइम लाउंदा हुंदा मुबारक हो गई है तुहाडी वाइफ का वीजा आ गया है सच्ची भाजी हाँ जी हम तो बस तुसी अपनी वाइफ नू भेजो तो मगरे अपनी भी जान की तैयारी करो तुहाडी भी फाइल लाइए क्या बात है भाजी टिकट भी नाल ही करा दियो टिकट तो करा देंगे टिकट केड़ा कोई बहुता वड्डा इशू है हैं ये तो बस तुसी तरीक दसनी है कदों जाना है तुहाडी वाइफ ने नाले ओ एक थोड़ी जी पेमेंट रहिंदी सी तुहाडे वल ओ तुसी पेमेंट दी जमा फिकर ना करो तुसी टिकट छेती तो छेती कराओ भाजी टाइम बजू अपना पेमेंट मैं शाम नू अज दवाउना चलो ठीक है कराउना मैं ओके भाजी ओके आ किवें आ कनेडा वालिया चाचा वधिया वीजा आ गया हां तेरा ओ मेरा नहीं पहला तेरी नूह रानी दा आया मगर ही मेरा आना तू एवें टपूसियां मारी जांदा जाने बगानी है मगनचे काका बगानी शाह ते मुछा नहीं बनाई दियां जदों तेरा आऊं फेर वेखांगे चाचे अपनी नूह रानी नूं जान दे मगर 3 महीने बाद मैं उठिया ऐसे काणिया घोड़ी चढ़े तां जाणिया चाचा तैनूं घोड़ी नहीं जहाज चढ़ के दिखाऊं जहाज ओ भती जिदन जहाज चढ़ेगा ना उदन चिट्ठियां ने लड्डू वंडूंगा बंडेगा इक दिन बंडेगा चल ठीक है बड़ा खुश लगन डिया गया मनजीत कौर मैं शहर ताई चलिया कुछ मंगाउणा तां नहीं इधर आओ पहलो बैठो मंगा लेने फिर बैठो बैठो सही
ਡੱਬਾ ਲੈ ਕੇ ਆਇਓ ਮਠਿਆਈ ਦਾ। ਕਾਦਾ ਕਾਦਾ ਖੁਸ਼ਖਬਰੀ ਸੁਣਾਉਣੀ ਇੱਕ। ਖੁਸ਼ਖਬਰੀ? ਤੂੰ ਓ ਤੂੰ ਤਾਂ ਜਦੋਂ ਮੂੰਹ ਖੋਲਦਾ ਮੈਨੂੰ ਐ ਲੱਗਦਾ ਅੱਜ ਕੋਈ ਬੰਬ ਡਿਗੂ। ਬੰਬ ਨਹੀਂ ਆ, ਐਟਮ ਬੰਬ ਅੱਜ। ਬਾਪੂ ਜੀ ਆ ਗੁੱਸਾ ਕਦੇ ਥੁੱਕ ਵੀ ਦਿਆ ਕਰੋ, ਪ੍ਰੀਤੀ ਦਾ ਵੀਜ਼ਾ ਆ ਗਿਆ। ਤੈਨੂੰ ਅੱਜ ਬੜਾ ਰੋਮਾਂਸ ਆਇਆ ਚੁਰਲ ਮਤਾਬੀ ਨੂੰ। ਹੈਲੋ। ਹਾਂਜੀ ਲਖਵਿੰਦਰ ਬੋਲਦਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲਖਵਿੰਦਰ ਜੀ, ਸਤਿ ਸ਼੍ਰੀ ਅਕਾਲ। ਅੱਛਾ ਆਪਾਂ ਜਿਹੜਾ ਉਹ ਕੈਨੇਡਾ ਵਾਲਾ ਵੀਜ਼ਾ ਲਵਾਇਆ ਨਾ ਜੀ, ਉਹਦੀ ਇੱਕ ਟਿਕਟ ਵੀ ਬੁੱਕ ਕਰਵਾ ਦਿਓ ਜੀ ਲੱਗਦੇ ਹੱਥੀਂ। ਉਹ ਗੱਲ ਸੁਣੋ ਲਖਵਿੰਦਰ ਜੀ, ਇਹ ਕਿੱਡਾ ਕੁ ਕੰਮ ਆ, ਆਪਣੇ ਕੰਪਿਊਟਰ 'ਚੋਂ ਬੁੱਕ ਕਰਾਓ, ਕਸਟਮਰ ਕੋਲੋਂ ਪੈਸੇ ਲੈ ਕੇ ਟਿਕਟ ਦੇ ਦਿਓ। ਮੈਂ ਕਿੱਥੇ ਮੱਥਾ ਮਾਰਦਾ ਫਿਰਾਂਗਾ, ਅੱਗੇ ਛੋਟਾ ਜਿਹਾ ਤਾਂ ਮੱਥਾ ਹੈ ਮੇਰਾ। ਨਾਲੇ ਗੱਲ ਪਤਾ ਕੀ ਹੈ ਜੀ, ਟਿਕਟ ਆਪਾਂ ਕਰਾਉਣੀ ਆ ਕੈਨੇਡਾ ਦੀ, ਮੇਰੇ ਵਰਗੇ ਬੰਦੇ ਨੂੰ ਕੰਪਿਊਟਰ ਦਾ ਥੋੜ੍ਹਾ ਘੱਟ ਗਿਆਨ ਹੈ, ਮੈਂ ਕੈਨੇਡਾ ਦੀ ਥਾਂ 'ਤੇ ਕਿਤੇ ਕੰਬੋਡੀਆ ਦੀ ਨਾ ਕਰਾ ਦੇਵਾਂ। ਓਕੇ ਓਕੇ, ਨੋ ਇਸ਼ੂ, ਮੈਂ ਬੁੱਕ ਕਰਾ ਕੇ ਤੁਹਾਨੂੰ ਭੇਜ ਦਿੰਦਾ, ਨੋ ਪ੍ਰੋਬਲਮ। ਓਕੇ ਥੈਂਕ ਯੂ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਓਕੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਓਕੇ ਬਾਏ। ਰੋਟੀ ਲੈ ਲਾ। ਨਹੀਂ ਬਸ ਖਾਲਾ, ਸਵਾਦ ਲੱਗਦੀਆਂ ਮਕਈ ਦੀਆਂ ਸਾਗ ਨਾਲ। ਉਹ ਏਜੰਟ ਦਾ ਫੋਨ ਆਏ ਨਾਲੇ, ਕਹਿੰਦਾ ਟਿਕਟ ਹੋ ਗਈ ਬੁੱਕ। ਚੱਲ ਸ਼ੁਕਰ ਆ ਮਿਹਰ ਹੋ ਗਈ ਬਾਬੇ ਦੀ, ਹੁਣ ਤੇਰਾ ਵੀ ਵੀਜ਼ਾ ਆ ਜਾਏ ਨਾ, ਤੇਰੀ ਮਿਹਨਤ ਸਫਲ ਹੋਵੇ, ਸਾਡਾ ਵੀ ਫਿਕਰ ਮੁੱਕੇ। ਉਹ ਬੇਬੇ ਤੂੰ ਫਿਕਰ ਨਾ ਕਰਿਆ ਕਰ, ਨੂੰ ਦਾ ਬੈਗ ਪੈਕ ਕਰ, ਮਗਰੇ ਮੇਰਾ ਨੰਬਰ ਆ ਜਾਣਾ ਤੇ ਤਰੀਕ 15 ਹੈ ਟਿਕਟ ਦੀ। ਚੱਲ 15 ਵੀ ਆਈ ਖਲੋਤੀ, 15 ਕਿਹੜੀ ਦੂਰ ਹੈ। ਹਾਂ ਲੈਣਾ ਹੋਰ ਕੁਛ ਤੂੰ? ਓਕੇ ਕੰਮ। ਚੱਲ ਮੈਂ ਭਾਂਡੇ ਮਾਂਜਲਾ ਫਿਰ, ਨਹੀਂ ਤੇ ਤੇਰੇ ਪਿਓ ਨੇ ਤਾਂ ਮੈਨੂੰ ਮਾਂਜ ਸੁੱਟਣਾ, ਜੂਠੇ ਭਾਂਡੇ ਤੇ ਜ਼ਹਿਰ ਲੱਗਦੇ ਆ ਉਹਨੂੰ। ਓਏ ਆ ਜਾਓ ਵੀ ਹੁਣ। ਆ ਗਈ ਆ, ਵੇਖੋ ਆ ਲੈ ਧੀਏ ਪਿੰਨੀਆਂ ਲੈ ਜਾ, ਰਾਹ 'ਚ ਭੁੱਖ ਹੀ ਲੱਗ ਜਾਂਦੀ ਹੈ ਕਿਸੇ ਵੇਲੇ। ਉਹ ਭਲੀਏ ਲੋਕੇ, GT ਰੋਡ ਤੇ ਥਾਂ ਥਾਂ ਢਾਬੇ ਨੇ, ਸਾਨੂੰ ਕੋਈ ਕਮੀ ਹੈ? ਜੇ ਤੂੰ ਸੋਚਦੀ ਆ ਤੇਰੀਆਂ ਪਿੰਨੀਆਂ ਜਹਾਜ਼ 'ਚ ਨਾਲ ਲੈ ਜੂ, ਉਹਦੇ ਕੋਲੇ ਪੂਰਾ ਪੂਰਾ ਤਾਂ ਭਾਰ ਹੈ, ਕੋਈ ਚੀਜ਼ ਕੱਢਣੀ ਪਊ। ਇਹਨਾਂ ਦਾ ਕਿਤੇ ਕਿੰਨਾ ਕੁ ਭਾਰ ਆ ਜੀ, ਡੂੜ ਪਾਣੀ ਹੋਣੀਆਂ, ਉੱਥੇ ਕਿਤੇ ਮਾਂ ਦੇ ਹੱਥਾਂ ਦੀਆਂ ਬਣਾਈਆਂ ਪਿੰਨੀਆਂ ਥੋੜਾ ਲੱਭਣੀਆਂ। ਹਾਂਜੀ ਤਿਆਰੀ ਆ ਜੀ, ਫਿਰ ਪਾ ਲਿਆ ਸਾਰਾ ਕੁਛ? ਹਾਂਜੀ ਵੀ ਜੀ ਪਾ ਲਿਆ ਸਾਰਾ। ਹੋ ਗਿਆ ਹੋ ਗਿਆ, ਬਾ ਖਿੱਚੋ ਫਿਰ ਲੇਟ ਹੋ ਜਾਂਦੇ। ਧੀਏ ਉੱਥੇ ਜਾ ਕੇ ਆਪਣੀ ਪੜ੍ਹਾਈ ਦਾ ਚੰਗੀ ਤਰ੍ਹਾਂ ਖਿਆਲ ਰੱਖੀ, ਮੈਂ ਬੜੇ ਵੱਡੇ ਘਰੇ ਤੇਰਾ ਰਿਸ਼ਤਾ ਕਰਾਇਆ ਹੈ, ਤੇ ਹਾਂ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਮੇਰੇ ਕਿਰਾਏ ਰਿਸ਼ਤੇ ਦੀ ਲਾਜ ਰੱਖ ਲਈ। ਅੱਛਾ ਬਾਬੂ ਜੀ, ਜਿਉਂਦੀ ਰਹਿ ਜਿਉਂਦੀ ਰਹਿ ਪੁੱਤ, ਕੁੜੀਆਂ ਪੈਰੀ ਹੱਥ ਨਹੀਂ ਲਾਉਂਦੀਆਂ, ਜਿਉਂਦੇ ਰਹੋ। ਅੱਛਾ ਵੀ ਜੀ, ਆਓ ਫਿਰ ਗਾਂ ਚੱਲੀਏ, ਹੁਣ ਧਿਆਨ ਨਾ ਚੜਾ ਕੇ ਆਵੀਂ ਮੇਰੀ ਧੀ ਨੂੰ। ਉਹ ਤੁਸੀਂ ਫਿਕਰ ਨਾ ਕਰੋ, ਜੇ ਉਹਨਾਂ ਨੇ ਮੈਨੂੰ ਅੱਗੇ ਤੱਕ ਜਾਣ ਦਿੱਤਾ ਨਾ, ਮੈਂ ਇਹਨੂੰ ਸੀਟ ਤੇ ਬਿਠਾ ਕੇ ਇਹਦੀ ਫੋਟੋ ਖਿੱਚ ਕੇ ਲੈ ਆਉਂਦਾ। ਅੱਗੇ ਤੱਕ ਕਿਉਂ ਨਹੀਂ ਜਾਣ ਦੇਣਗੇ? ਤੂੰ ਉਹਨਾਂ ਨੂੰ ਕਹੀਂ ਮੈਂ ਇਹਦਾ ਘਰ ਵਾਲਾ ਵਾਂ। ਚੱਲ ਠੀਕ ਹੈ। ਪੁੱਤ ਕਣੀਆਂ ਪੈਣ ਲੱਗ ਗਿਆ, ਬੱਦਲਵਾਈ ਹੋਈ ਹੋਈ ਆ, ਥੋੜਾ ਧਿਆਨ ਨਾਲ ਜਾਇਓ। ਠੀਕ ਹੈ ਬੇਬੇ, ਚੰਗਾ ਜੀ। ਅੱਛਾ ਸਤਿ ਸ਼੍ਰੀ ਅਕਾਲ। ਆ ਫੜ। ਚੰਗਾ ਬਾਪੂ ਜੀ। ਚੰਗਾ ਸਤਿ ਸ਼੍ਰੀ ਅਕਾਲ ਜੀ, ਆਓ ਆਓ ਚੱਲੀਏ, ਲੇਟ ਹੋ ਜਾਂਦਾ। ਧਿਆਨ ਨਾ। ਚੰਗਾ ਜੀ ਬਾਏ। ਚੰਗਾ ਚੰਗਾ। ਜੱਸੀ। ਹਾਂਜੀ ਬੇਬੇ। ਕਿੰਨੇ ਦਿਨ ਹੋ ਗਏ ਭਲਾ ਪ੍ਰੀਤੀ ਨੂੰ ਗਈ ਨੂੰ ਕੈਨੇਡਾ? ਬੇਬੇ 3 ਮਹੀਨੇ ਤੇ 4 ਕੁ ਦਿਨ ਹੋ ਗਏ ਅੱਜ। ਵਾਹਵਾ ਹੀ ਦਿਨ ਹੋ ਗਏ ਫੋਨ ਨਹੀਂ ਕੀਤਾ ਉਹਨੇ, ਤੂੰ ਆਪ ਹੀ ਕਰ ਲੈਣਾ ਸੀ। ਉਹ ਬੇਬੇ ਲਾਇਆ ਸੀ ਮੈਂ ਫੋਨ 'ਤੇ ਉਹਦਾ ਮਿਲਿਆ ਨਹੀਂ, ਅਤੇ ਉਹਦਾ ਉਹ ਵਟਸਐਪ ਜਿਹਾ ਵੀ ਬੰਦ ਆਉਂਦਾ। ਪੈਰ ਚੁੱਕ ਤਾਂ, ਉਹ ਮੇਰੇ ਕਾਗਜ਼ਾਂ ਦੇ ਚੱਕਰ 'ਚ ਥੋੜ੍ਹੀ ਬਿਜ਼ੀ ਹੋਊਗੀ। ਆਹੋ ਕਾਗਜ਼ ਵੀ ਕਿਹੜੇ ਥੋੜ੍ਹੇ ਹੁੰਦੇ ਤਿਆਰ ਕਰਨ ਵਾਲੇ ਵੀਜ਼ਿਆਂ ਦੇ। ਲੈ ਬੇਬੇ। ਹਾਂ ਜੀ, ਅੱਜ ਤੂੰ ਰੱਬ ਤੋਂ ਕੁਝ ਹੋਰ ਵੀ ਮੰਗ ਲੈਂਦੀ ਨਾ, ਰੱਬ ਨੇ ਤੈਨੂੰ ਉਹ ਵੀ ਦੇ ਦੇਣਾ ਸੀ। ਕਿਉਂ? ਆ ਤੇਰੀ ਨੂੰਹ ਰਾਣੀ ਦਾ ਫੋਨ ਆ ਗਿਆ। ਹੈਂ ਸੱਚੀ? ਹੈਲੋ। ਹਾਂ ਪ੍ਰੀਤੀ। ਹੈਲੋ 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 ਹੈਲੋ, ਗੁੱਡ ਈਵਨਿੰਗ ਜਸੀ। ਉਹ ਕਿਵੇਂ ਆ ਪ੍ਰੀਤੀ? ਯਾਰ ਇੰਨੇ ਦਿਨ ਹੋ ਗਏ ਫੋਨ ਹੀ ਨਹੀਂ ਕੀਤਾ। ਉਹ ਨਾਲੇ ਈਵਨਿੰਗ ਨਹੀਂ, ਸਾਡੇ ਤਾਂ ਦਿਨ ਚੜ੍ਹਿਆ ਇੱਥੇ। ਉਹ ਮੇਰੇ ਕਾਗਜ਼ਾਂ ਦਾ ਕੀ ਬਣਿਆ ਫਿਰ? ਹਾਂਜੀ ਹਾਂਜੀ,
ਬਹੁਤ ਵੱਡੀ ਗੱਲ ਬਣ ਗਈ ਇੱਥੇ ਤਾਂ। ਅੱਛਾ ਉਹ ਕਦੋਂ ਦੀ ਕਰਾਵਾਂ ਟਿਕਟ? ਓਹੋ ਇੰਨੀ ਖੁਸ਼ੀ, ਮੇਰੀ ਪੂਰੀ ਗੱਲ ਤਾਂ ਸੁਣ ਲਓ। ਨਾਲੇ ਮੈਂ ਤੁਹਾਨੂੰ ਟਿਕਟ ਦੀ ਤਿਆਰੀ ਦੀ ਗੱਲ ਨਹੀਂ ਕਰ ਰਹੀ, ਦੁਬਾਰਾ ਆਇਲਸ ਕਰਨ ਦੀ ਗੱਲ ਕਰ ਰਹੀ, ਕਿਉਂਕਿ ਤੁਹਾਡਾ ਹੁਣ ਮੇਰੇ ਜ਼ਰੀਏ ਕੈਨੇਡਾ ਆਉਣ ਦਾ ਸੁਪਨਾ ਕਦੇ ਵੀ ਸਾਕਾਰ ਨਹੀਂ ਹੋਣਾ। ਉਹ ਇਸ ਕਰਕੇ ਮਾਈ ਡੀਅਰ ਜਸੀ ਡਾਰਲਿੰਗ, ਕਿਉਂਕਿ ਮੈਂ ਇੱਥੇ ਮੈਰਿਜ ਕਰਵਾ ਰਹੀ ਹਾਂ। ਮੈਰਿਜ ਕਰਾ ਲਈਏ? ਉਹ ਕੀ ਬਕਵਾਸ ਕਰੀ ਜਾਂਦੀ ਹੈ ਤੂੰ? ਉਹ ਤੇਰਾ ਦਿਮਾਗ ਸੈੱਟ ਹੈ? ਆਪਣਾ ਵਿਆਹ ਹੋਇਆ, ਕੋਈ ਮਜ਼ਾਕ ਨਹੀਂ। ਨਾਲੇ ਬਾਪੂ ਨੇ 15 ਲੱਖ ਰੁਪਈਆ ਲਾਇਆ ਵਿਆਹ ਤੇ, 15 ਲੱਖ। ਆਵਾਜ਼ ਥੱਲੇ। ਨਾਲੇ ਜਿਹੜੇ ਤੁਸੀਂ ਉਹ 15 ਲੱਖ ਕਹਿ ਰਹੇ ਹੋ ਨਾ ਕਿ ਮੇਰੇ ਤੇ ਖਰਚ ਕੀਤੇ ਸੀ, ਉਹ ਤੁਸੀਂ ਮੇਰੇ ਤੇ ਖਰਚ ਨਹੀਂ ਕੀਤੇ, ਉਹ ਤੁਸੀਂ ਆਪਣਾ ਕੈਨੇਡਾ ਆਉਣ ਦਾ ਸੁਪਨਾ ਪੂਰਾ ਕਰਨ ਲਈ ਕੀਤੇ ਸੀ। ਤੁਹਾਡੇ ਵਰਗੇ ਬੁਜੜਾਂ ਦੇ ਘਰ ਵਿਆਹ ਨਾਲੋਂ ਚੰਗਾ ਸੀ ਕਿ ਮੈਂ ਜ਼ਹਿਰ ਖਾ ਕੇ ਮਰ ਜਾਂਦਾ। ਨਾਲੇ ਤੁਹਾਨੂੰ ਤਾਂ ਆਪਣੀ ਸੁਹਾਗਰਾਤ ਵਾਲੇ ਦਿਨ ਵੀ ਸਿਰਫ ਕੈਨੇਡਾ ਦਾ ਹੀ ਭੂਤ ਸਵਾਰ ਸੀ। ਸਾਰਾ ਦਿਨ ਕਦੀ ਇਹ ਕੰਮ ਕਰੋ, ਕਦੀ ਮਾਸੀ ਦੀਆਂ ਲੱਤਾਂ ਕੁੱਟੋ, ਕਦੀ ਰਸੋਈ ਦਾ ਕੰਮ ਕਰੋ। ਤੁਹਾਨੂੰ ਤਾਂ ਨੌਕਰਾਨੀ ਚਾਹੀਦੀ ਸੀ, ਕੋਈ ਨੂੰਹ ਨਹੀਂ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਬਾਏ ਜਸੀ। ਪ੍ਰੀਤੀ ਮੇਰੀ ਗੱਲ ਸੁਣ। ਹੈਲੋ ਹੈਲੋ ਪ੍ਰੀਤੀ, ਨਹੀਂ ਹੱਟੇ ਨਾ, ਨਾ ਤੂੰ ਨਾ ਤੇਰੀ ਮਾਂ ਦੋਨਾਂ ਰਲ ਕੇ ਬਰਬਾਦ ਕਰਤਾ ਮੈਂ। ਬੇਬੇ ਜੀ ਬਾਪੂ ਡਾਕਟਰ ਨੂੰ ਫੜ ਗਿਆ, ਡਾਕਟਰ ਨੂੰ ਫੜ ਗਿਆ। ਹੈਲੋ ਫੜ ਗਿਆ। ਯੈਸ ਲੰਮਾ ਸਾਲ ਹੋਰ। ਵਾਹਿਗੁਰੂ ਵਾਹਿਗੁਰੂ ਗੁੱਡ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਵਾਰੀ ਹੋਰ ਸਾਲ ਆਓ। ਮੈਂ ਚੈੱਕ ਕਰ ਲਿਆ ਜੀ, ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਇਹਨਾਂ ਨੂੰ ਕੰਪਲੀਟ ਰੈਸਟ ਦੀ ਜ਼ਰੂਰਤ ਹੈ। ਮੈਂ ਕਲੀਨਿਕ ਜਾ ਕੇ ਕੁਛ ਮੈਡੀਸਨਸ ਭੇਜਦਾ, ਉਹ ਤੁਸੀਂ ਸਟਾਰਟ ਕਰ ਦਿਓ। ਠੀਕ ਹੈ ਜੀ। ਇਹ ਕੁਛ ਦਵਾਈਆਂ ਲਿਖ ਦਿੱਤੀਆਂ, ਇਹ ਬਾਜ਼ਾਰ ਤੋਂ ਲਿਆਉਣੀਆਂ। ਠੀਕ ਹੈ ਡਾਕਟਰ ਸਾਹਿਬ। ਠੀਕ ਹੈ ਜੀ, ਇਹ ਦਵਾਈਆਂ ਮੰਗਵਾ ਲਓ ਔਰ ਤੁਸੀਂ ਮੇਰੇ ਨਾਲ ਆ ਜਾਓ। ਠੀਕ ਹੈ ਜੀ। ਆ ਜਾ ਆ ਜਾ ਚੰਨਣ ਸਿਆ, ਸਾਰੀ ਦਿਹਾੜੀ ਚਿੱਠੀਆਂ ਹੀ ਮੜਦਾ ਰਹਿੰਦਾ, ਸਾਡੇ ਕੋਲ ਵੀ ਬਹਿ ਜਾ ਦੋ ਘੜੀ। ਆਉਣਾ ਬਈ ਆਉਣਾ, ਮੈਂ ਜਰਾ ਸਾਈਕਲ ਤੇ ਖੜਾ ਕਰ ਲਵਾਂ। ਆ ਜਾ ਫਿਰ ਸਾਡੇ ਕੋਲ ਵੀ ਬਹਿ। ਆ ਗਿਆ ਬਈ ਆ ਗਿਆ ਬਈ ਆ ਰੱਖ ਮੇਰੀ ਦੁੱਕੀ। ਆ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਬੈਠ ਦੋ ਘੜੀ ਸਾਡੇ ਕੋਲ ਵੀ। ਮੁੰਡੇ ਦੀ ਸੁਣਾ ਕਿੱਦਾਂ? ਆ ਠੀਕ ਆ, ਪਰ ਯਾਰ ਆ ਨਾ ਭਜਨ ਸੋਨਾ ਧੋਖਾ ਹੋ ਗਿਆ। ਵਿਚਾਰੇ ਨੇ ਜ਼ਮੀਨ ਵੇਚ ਕੇ 9 ਬਾਰ ਭੇਜੀ ਸੀ ਬਈ ਮੁੰਡੇ ਨੂੰ ਲੈ ਜੂ, ਉਧਰ ਜਾ ਕੇ ਉਹ ਹੀ ਬਦਲ ਗਈ। ਉਹ ਆਪਣੀ ਚਾਲ ਤੇ ਸਨ, ਉਹ ਆਪਣੀ ਚਾਲ ਖੇਡ ਗਈ। ਉਹ ਨਹੀਂ ਨਹੀਂ, ਭਜਨ ਸੋ ਕਿਸੇ ਚਾਲ ਤੇ ਨਹੀਂ ਸੀ ਹੈਗਾ, ਉਹਨੇ ਵਿਚਾਰੇ ਨਾ ਫਸੇ ਨੇ ਸੱਟ ਖਾਧੀ ਆ। ਆ ਮੁੰਡਾ ਨਹੀਂ ਸੀ ਵਾਪਿਸ ਜਾਣ ਦਿੰਦਾ, ਅਖੇ ਮੈਂ ਕਨੇਡਾ ਜਾਣਾ, ਮੈਂ ਕਨੇਡਾ ਹੀ ਜਾਣਾ। ਸੁਣਿਆ ਪਿੱਛੇ ਜੇ ਤਾਂ ਉਹਨੇ ਸਲਫਾਜ਼ ਬੀਲੀ ਸੀ। ਪਤਾ ਨਹੀਂ ਮੁੰਡੇ ਦੀ ਅਕਲ ਨੂੰ ਕੀ ਹੋ ਗਿਆ, ਸਾਰੇ ਬਾਹਰ ਜਾਣ ਨੂੰ ਭੱਜੇ ਫਿਰਦੇ ਆ, ਪਰ ਬਾਹਰ ਜਾਣ ਦੀ ਆਕਿਸ਼ ਤਾਂ ਪੰਜਾਬ ਦਾ ਬੇੜਾ ਗਰਕ ਹੋ ਗਿਆ। ਕਈ ਮਾਵਾਂ ਦੇ ਪੁੱਤ ਅੱਜ ਤੱਕ ਘਰ ਨਹੀਂ ਪਰਤੇ। ਅਜੇ ਵੀ ਨਾ ਡੁੱਲੇ ਬੇਰਾਂ ਦਾ ਕੁਝ ਨਹੀਂ ਮਿਲਿਆ, ਹੁਣ ਵੀ ਅਕਲ ਕਰੇ ਘਰ ਬਹਿ ਜੇ, ਪਿਓ ਨਾਲ ਬਾਈ 'ਚ ਹੱਥ ਵਟਾਵੇ, ਪਿਓ 4 ਸਾਲ ਕੱਢ ਜੂਗਾ। ਇਹਨਾਂ ਨੂੰ ਚਾਹੀਦਾ ਕੁੜੀ ਦੇ ਪੇਕਿਆਂ ਦੇ ਗਲੇ 'ਚ ਗੂਠਾ ਦੇਣ, ਬਾਈ ਸਾਡਾ ਲੱਗਿਆ ਸਾਡਾ ਮੋੜ। ਉਹਨਾਂ ਕੀ ਮੋੜਨਾ, ਉਹਨਾਂ ਦੇ ਘਰ ਤੇ ਆ ਭੰਗ ਪੁੱਜਦੀ ਹੈ। ਉਹ ਆਪੇ ਉਹ ਗਲਾਊਗੀ ਕਨੇਡਿਓਂ, ਆ ਜਿਹੜੀ ਦੋ ਦੇਸ਼ਾਂ 'ਚ ਸੁਹਾਗ ਰਾਤ ਮਨਾਉਂਦੀ ਆ। ਭੈਣ ਜੀ ਤੁਸੀਂ? ਸਤਿ ਸ਼੍ਰੀ ਅਕਾਲ ਭੈਣ ਜੀ।
बल्ले ओए सरदारा, तू चंगी कीती साडे नाल है। तेनू मैं इन्ने वड्डे घर दा रिश्ता कराया ते तू आ भाजी मोड़िए सानू। फिर होया की है भैन जी, तो दसो होया की है। जिवें कुछ पता ही ना होवे, तेरी धी ने बाहर दूजा व्याह करा लिया। भैन जी सानू तो कुछ भी नहीं पता। सानू नहीं पता, मैं तो सुन भी तुहाडे मुंह हो रहे हैं। पर बच्ची मेरी है, जे उस तो कोई गलती हो भी गई होवे तो उन बच्ची समझ के माफ कर दियो। ऐवें किवें माफ कर दिए, जेड़ा ब्याह ते इन्ना खर्चा होया ते ओहो 15 लाख रखो तली ते 15 लाख रुपया हुणे माफ कर दियां। भैन जी साडे गरीबां कोल इन्ना पैसा किथे। असी तां तुहानूं तां चंगा भला पता है, जद जम्मी सी प्यो चल बसिया सी, 9 सालां दी हुई तां मां अकाल चलाना कर गई। उस तो बाद असी ओह तां पाले आ, पर मेरी बच्ची च दोष कोई नहीं सी। वो बड़ी अच्छी कुड़ी सी, पढ़ाई लिखाई च हर साल क्लास विच फर्स्ट आउंदी सी, आप पढ़दी नाले पढ़ाउंदी। ताइयो तो उसने पता नहीं आईलेट्स वगैरह कीती। बाले ड्रामे करन दी कोई लोड़ नहीं हैगी। सोचिया होणा कुड़ी बाहर कनेडा भेजती ते असी भी मगरों ओहदे पिछे चले जावांगे, डालरां च खेडांगे। सब मिली भगत है थोड़ी। देखो भैन जी, असी तां चंगी भली कुड़ी तोरी सी तुहाडे नाल, सानू की पता सी बाहर जाके ऐ बदल जोगी। बंद करो ये ड्रामा, पहले ही अपने वग नू चंगी मत दिती हुंदी ता गल एथों तक पहुंचदी होई ना। सब गंदी सोच दा नतीजा है। मासी जी अपनी जीव ते ना लगाम रखो, जे प्रीति ने सिर सवा पाई है एदा मतलब है नी के सारियां कुड़ियां गलत हुंदियां ने। लाले ते साडा की कसूर है, बाहर तुसी भेजिया, पैसे तुसी लाए, सानू तुसी पुछ के भेजिया सी, नाले सानू की पता सी के बाहर जाके वो बदल जूगी। चुप करती है, बड़े दे सामने बोलन दी तमीज रखी दी हुंदी है। भैन जी सानू सच्ची सच्ची कुछ नहीं पता, फिर भी असी तुहाडे कोलों माफी मंगदे हां। बापू जी असी इन्हां तो क्यों माफी मंगी है, जे कोई थोड़े नाल धक्का होया ना तां तुसी पुलिस विच जाके रिपोर्ट करो। चंगा फिर हुण पुलिस नजिठू आके तुसी पुलिस नु छड के ना मिलिट्री मंगा लियो। बापू जी जे चुप आ ना एदा मतलब ए नी कि सानू कुछ पता ही नहीं। थोड़े अर्गे एहो जे लोकां नाल एवी होना चाहिदा। हुण तुसी लभ्यो 6.5 वंडा वाली कुड़ी। जबान तो देखो कुड़ी दी किवें कैंची वांगू चलदी है। एक थोनू गल मैं होर दस दिनी मासी जी, दोने हत्थी लड्डू नी वट्टी दे, किते ए ना होवे पिछला कुत्ता ले जा मूरला हाथ ना आवे। उल्टा चोर कोतवाल को डांटे। उल्टा चोर नाले चुतरानिया। ये की हुए बाव ऊपर बैठा तमाशा देख रहे, तेरी कुड़ी पाल ली पोसी साडे सिर च सुआ पाउन ली। हे वाहे गुरु। तुसी क्यों रो रहे हो, इच थोड़ा की कसूर है बापू। नाते तोड़ी गई है सारे हुण कोई ना जवाब, मेरा सच्चा सी ख्वाब नी तू कीती नाले हाँ। नाते तोड़ी गई है सारे हुण कोई ना जवाब, मेरा सच्चा सी ख्वाब नी तू कीती नाले हाँ। मैं पाया सी तेनू हाए, पाया सी तेनू हथ जोड़ जोड़ के नी दस मिलिया की तेनू, मिलिया की तेनू मेरा यकीन तोड़ के नी दस मिलिया की तेनू, वो मिलिया की तेनू मेरा यकीन तोड़ के नी
ਹੋ ਦੇ ਬਾਲੀ ਸੀਨੇ ਅੱਗ ਮੇਰੇ ਲਾ ਗਈ ਜਿਉਂਦੇ ਜੀ ਹੀ ਸਾਰੀ ਮੇਰੀ ਜਿੰਦੜੀ ਤੂੰ ਖਾ ਗਈ ਵਿਰਹਾ ਦੇ ਬਾਲੀ ਸੀਨੇ ਅੱਗ ਮੇਰੇ ਲਾ ਗਈ ਜਿਉਂਦੇ ਜੀ ਹੀ ਸਾਰੀ ਮੇਰੀ ਜਿੰਦੜੀ ਤੂੰ ਖਾ ਗਈ ਪੂਜਾ ਮਾਰ ਮਿਲਿਆ ਕੀ ਤੈਨੂੰ ਹਏ ਮਿਲਿਆ ਕੀ ਤੈਨੂੰ ਮੇਰਾ ਯਕੀਨ ਤੋੜ ਕੇ ਨੀ ਦੱਸ ਮਿਲਿਆ ਕੀ ਤੈਨੂੰ ਹੋ ਮਿਲਿਆ ਕੀ ਤੈਨੂੰ ਮੇਰਾ ਯਕੀਨ ਤੋੜ ਕੇ ਨੀ ਦੱਸ ਮਿਲਿਆ ਗਏ ਨੇ ਸਾਰੇ ਜਿਵੇਂ ਟੁੱਟਦੇ ਨੇ ਮਣਕੇ ਤੇਰੀ ਲਾਈ ਸੀਨੇ ਸੱਟ ਨੈਣਾ ਵਿੱਚ ਰੜੀਕ ਤੇਰੀ ਲਾਈ ਸੀਨੇ ਸੱਟ ਨੈਣਾ ਵਿੱਚ ਰੜਕੇ ਹੁਣ ਹੋਰ ਨਹੀਂ ਉਹ ਰੋਣਾ ਹੋਰ ਨਹੀਂ ਉਹ ਰੋਣਾ ਕਿੰਨੇ ਹੰਝੂ ਰੋੜਦੇ ਨੀ ਮਿਲਿਆ ਕੀ ਤੈਨੂੰ ਹਏ ਮਿਲਿਆ ਕੀ ਤੈਨੂੰ ਮੇਰਾ ਯਕੀਨ ਤੋੜ ਕੇ ਨੀ ਦੱਸ ਮਿਲਿਆ ਕੀ ਤੈਨੂੰ ਹੋ ਮਿਲਿਆ ਕੀ ਤੈਨੂੰ ਮੇਰਾ ਯਕੀਨ ਤੋੜ ਕੇ ਨੀ ਦੱਸ ਮਿਲਿਆ ਕਾਕਾ ਕਿੱਥੇ ਆ? ਸਤਿ ਸ਼੍ਰੀ ਅਕਾਲ ਭਾਜੀ, ਆ ਗੁਰੂ ਘਰ ਆਇਆ ਸੀਗਾ ਜੀ। ਆ ਬੱਲੇ ਬੱਲੇ ਬੱਲੇ, ਮੱਥਾ ਟੇਕ ਲਿਆ ਕਿ ਟੇਕਣਾ ਜੇ? ਟੇਕ ਲਿਆ ਭਾਜੀ। ਅੱਛਾ ਚੱਲ ਫਿਰ ਦੁਬਾਰਾ ਟੇਕ ਕੇ ਆ, ਸ਼ੁਕਰਾਨਾ ਕਰਕੇ ਆ ਵਾਹਿਗੁਰੂ ਸੱਚੇ ਪਾਤਸ਼ਾਹ ਦਾ। ਉਹ ਕਾਕਾ ਤੇਰੀ ਸਪੋਂਸਰਸ਼ਿਪ ਆ ਗਈ ਕੈਨੇਡਾ ਤੋਂ। ਉਹ ਭਾਜੀ ਕਿਉਂ ਮਜ਼ਾਕ ਕਰੀ ਜਾਂਦੇ ਹੋ? ਹੋਰ ਸੁਣਾਓ ਜੀ, ਸਿਹਤਾਂ ਕਿੱਦਾਂ ਜੀ? ਲੈ ਦੱਸ, ਉਹ ਮਜ਼ਾਕ ਕਰਨ ਨੂੰ ਕਾਕਾ ਮੈਂ ਚੁਟਕਲੇ ਸੁਣਾਉਣ ਨੂੰ ਦਫ਼ਤਰ ਖੋਲ੍ਹਿਆ ਥੇ ਏਡਾ ਵੱਡਾ? ਹੈਂ, ਮੈਂ ਮਜ਼ਾਕ ਨਹੀਂ ਕਰ ਰਿਹਾ ਕਾਕਾ ਜੀ, ਤੁਹਾਡੀ ਸਪੋਂਸਰਸ਼ਿਪ ਆ ਗਈ ਹੈ। ਉਹ ਭਰਾਵਾ ਮੇਰੀ ਤਾਂ ਜ਼ਿੰਦਗੀ ਪਹਿਲੇ ਮਜ਼ਾਕ ਬਣੀ ਪਈ ਹੈ ਯਾਰ, ਹੋਰ ਮਜ਼ਾਕ ਨਾ ਕਰ ਯਾਰ। ਹੈਲੋ ਹੈਲੋ, ਹੈ ਹੈ ਕਮਲਾ? ਉਹ ਯਾਰ ਭਾਜੀ, ਤੁਸੀਂ ਵਾਰ ਵਾਰ ਕਿਉਂ ਫੋਨ ਕਰਕੇ ਤੰਗ ਕਰੀ ਜਾਂਦੇ ਹੋ ਯਾਰ? ਮੇਰੀ ਜ਼ਿੰਦਗੀ ਮਜ਼ਾਕ ਬਣੀ ਪਈ ਹੈ, ਪਲੀਜ਼ ਯਾਰ ਇਟਸ ਅ ਰਿਕੁਐਸਟ, ਮੈਨੂੰ ਫੋਨ ਨਾ ਕਰੋ ਯਾਰ। ਉਹ ਕਾਕਾ ਮੇਰੀ ਗੱਲ ਸੁਣੋ ਧਿਆਨ ਨਾਲ। ਬੋਲੋ। ਤੇਰੀ ਸਪੋਂਸਰਸ਼ਿਪ ਮੇਰੇ ਕੋਲ ਆ ਗਈ ਹੈ ਕੈਨੇਡਾ ਦੀ, ਔਰ ਇਹ ਸਪੋਂਸਰਸ਼ਿਪ ਭੇਜੀ ਹੈ ਕਿਸੇ ਗੋਰੇ ਨੇ, ਔਰ ਇਹ ਭਿਜਵਾਈ ਹੈ ਤੇਰੀ ਪੁਰਾਣੀ ਦੋਸਤ ਕਿਰਨਪ੍ਰੀਤ ਕੌਰ ਨੇ। ਜਿਹੜੀ ਮੇਰੇ ਥਰੂ ਸਟੂਡੈਂਟ ਵੀਜ਼ੇ 'ਤੇ ਗਈ ਸੀ ਕੈਨੇਡਾ। ਮੇਰੀ ਗੱਲ ਨੂੰ ਸੀਰੀਅਸਲੀ ਲੈ ਅਤੇ ਕੈਨੇਡਾ ਜਾਣ ਦੀ ਤਿਆਰੀ ਕਰ ਪੁੱਤਰ। ਹੈਲੋ, ਕੀ ਹਾਲ ਨੇ ਜੱਟ ਸਾਹਿਬ ਦੇ? ਉਹ ਕਿਰਨ, ਤੂੰ? ਹਾਂ ਬਈ, ਤੂੰ ਤਾਂ ਸਾਨੂੰ ਭੁਲਾ ਹੀ ਦਿੱਤਾ ਸੀ, ਪਰ ਅਸੀਂ ਆਪਣੀ ਬਚਪਨ ਦੀ ਦੋਸਤੀ ਨੂੰ ਥੋੜੀ ਨਾ ਭੁੱਲ ਸਕਦੇ ਸੀ। ਉਹ ਜਿਹੜੀ ਲੱਖੇ ਨੇ ਗੱਲ ਕਹੀ ਸੱਚ ਹੈ ਉਹ? ਜੀ ਹਾਂ, 100% ਸੱਚ ਆ।
ਹੁਣ ਜੱਟ ਸਭ ਕੈਨੇਡਾ ਆਉਣ ਦੀ ਤਿਆਰੀ ਖਿੱਚ ਲਓ ਜਲਦੀ। ਵਾਹਿਗੁਰੂ ਸ਼ੁਕਰੀਆ ਤੇਰਾ। ਪਰ ਤੈਨੂੰ ਪਤਾ ਕਿਵੇਂ ਲੱਗਿਆ ਪ੍ਰੀਤੀ ਮੇਰੇ ਨਾਲ ਧੋਖਾ ਕਰਕੇ ਗਈ ਹੈ? ਹਾਂ ਪਤਾ ਕੀ, ਜਦ ਮੈਂ ਦੂਸਰੀ ਵਾਰ ਆਇਲਸ ਕੀਤੀ ਸੀ ਨਾ ਤਾਂ ਮੇਰੇ 6.5 ਬੈਂਡ ਆਏ। ਲੱਖਾ ਹੈਗਾ ਨਾ ਜਿਹੜਾ, ਉਹਦੇ ਕੋਲ ਮੈਨੂੰ ਲੱਗਦਾ ਕੈਨੇਡਾ 'ਚ ਇੱਕੋ ਹੀ ਕਾਲਜ ਆ। ਉਹ ਸਾਰੇ ਦੇ ਸਾਰੇ ਬੱਚਿਆਂ ਨੂੰ ਕੈਨੇਡਾ 'ਚ ਇਸੇ ਕਾਲਜ ਭੇਜੀ ਜਾ ਰਿਹਾ, ਅਤੇ ਤੇਰੀ ਵੋਟੀ ਪ੍ਰੀਤੀ ਵੀ ਇਸੇ ਕਾਲਜ 'ਚ ਸੀ। ਇੱਕ ਵਾਰ ਮੈਂ ਉਹਨੂੰ ਕਿਸੇ ਹੋਰ ਮੁੰਡੇ ਨਾਲ ਦੇਖਿਆ, ਤਦ ਮੈਨੂੰ ਥੋੜ੍ਹਾ ਸ਼ੱਕ ਹੋਇਆ। ਜਦ ਮੈਂ ਪਤਾ ਕੀਤਾ ਤਾਂ ਪਤਾ ਲੱਗਿਆ ਮੈਡਮ ਨੇ ਇੱਥੇ ਦੂਜਾ ਵਿਆਹ ਕਰ ਲਿਆ। ਬੜੀ ਚਲਾਕ ਨਿਕਲੀ ਤੇਰੀ ਸਾਬਕਾ ਵੋਟੀ, ਉਹਨੇ ਸਾਰੇ ਦੇ ਸਾਰੇ ਝੂਠੇ ਕਾਗਜ਼ ਸ਼ੋਅ ਕਰਤੇ ਇੱਥੇ ਤਲਾਕ ਦੇ ਕਿ ਉਹਦਾ ਤਲਾਕ ਹੋਇਆ ਹੋਇਆ। ਵੈਸੇ ਬੜਾ ਦਿਮਾਗ ਆ ਤੇਰੀ ਸਾਬਕਾ ਵੋਟੀ ਦਾ। ਹੋਰ ਯਾਰ ਚੱਲ ਛੱਡ ਉਹਨੂੰ, ਪਰ ਤੇਰਾ ਤਾਂ ਮੇਰੇ ਨਾਲ ਵਿਆਹ ਵੀ ਨਹੀਂ ਹੋਇਆ, ਆ ਤੂੰ ਕਿਵੇਂ ਸੱਦ ਲਿਆ ਮੈਨੂੰ? ਬਸ ਜੋ ਤਕਦੀਰਾਂ 'ਚ ਹੁੰਦਾ ਉਹੀ ਹੋ ਕੇ ਰਹਿੰਦਾ। ਹਾਂ ਮੈਂ ਤੈਨੂੰ ਬਿਨਾਂ ਵਿਆਹ ਕਰਾਏ ਨਹੀਂ ਬੁਲਾ ਸਕਦੀ ਸੀ, ਪਰ ਮੇਰਾ ਨਾ ਇੱਥੇ ਕਾਲਜ 'ਚ ਗੋਰੇ ਦਾ ਮੁੰਡਾ ਬੈਸਟ ਫਰੈਂਡ ਆ, ਮੈਂ ਉਹਨੂੰ ਸਾਰੀ ਗੱਲ ਦੱਸੀ। ਜਦ ਮੈਂ ਉਹਨੂੰ ਦੱਸਿਆ ਸਾਰੀ ਗੱਲਬਾਤ ਦਾ, ਅਤੇ ਬਸ ਉਹਦੇ ਡੈਡੀ 'ਚ ਨੇ ਤੈਨੂੰ ਸਪੋਂਸਰ ਕੀਤਾ, ਅਤੇ ਤੇਰੀ ਟਿਕਟ ਦੇ ਪੈਸੇ ਵੀ ਬਸ ਮੈਂ ਇੱਧਰੋਂ ਉੱਧਰੋਂ ਅਰੇਂਜ ਕਰ ਲਏ। ਹੁਣ ਤੂੰ ਛੇਤੀ ਛੇਤੀ ਆ ਜਾ, ਮੇਰਾ ਦਿਲ ਨਹੀਂ ਲੱਗਦਾ। ਥੈਂਕ ਯੂ ਸੋ ਮੱਚ ਕਿਰਨ, ਥੈਂਕ ਯੂ ਯਾਰ। ਓਏ ਓਏ ਸੁਣ, ਹੁਣ ਪਿੰਡ 'ਚ ਰੌਲਾ ਨਾ ਪਾ ਦੀ ਐਵੇਂ, ਨਹੀਂ ਤਾਂ ਲੋਕਾਂ ਨੇ ਕਹਿਣਾ ਪਤਾ ਨਹੀਂ ਇਹਨਾਂ ਦਾ ਕੀ ਚੱਕਰ ਚੱਲੀ ਜਾਂਦਾ ਸੀ, ਜਾਂਦੇ ਤੈਨੂੰ ਸੱਦ ਲਿਆ। ਸੁਣਿਆ ਜੱਟ ਸਾਹਿਬ ਆਏ ਲੈ, ਮੈਂ ਬੇਬੇ ਨੂੰ ਖੁਸ਼ਖਬਰੀ ਦੇਣਾ ਜਾ ਕੇ। ਚੱਲ ਠੀਕ ਆ, ਓਕੇ ਬਾਏ। ਚੱਲ ਚੰਗਾ ਕਮਲੀ ਜੀ, ਵਾਹ ਵਰਪਾ। ਬੇਬੇ ਬੇਬੇ ਭਾਰੀ ਭਾਰੀ ਪਰੇ ਹੋ, ਉਹ ਕੈਨੇਡਾ ਤੋਂ ਸਪਾਂਸਰਸ਼ਿਪ ਲੈਟਰ ਆ ਰਹੀ ਹੈ। ਵੀ ਉਹ ਕੀ ਹੁੰਦੀ ਅੱਗ ਲੱਗਣੀ? ਉਹ ਕਾਗਜ਼ 'ਚ ਹੁੰਦੇ ਵੀਜ਼ੇ ਵਾਲੇ, ਨਾਲੇ ਗੋਰੇ ਨੇ ਕੱਲੇ ਗੋਰੇ ਨੇ। ਕਿਵੇਂ ਵਰਗੀ, ਤੂੰ ਗੋਰੇ ਨੂੰ ਕਿੱਦਾਂ ਜਾਣਦਾ? ਗੋਰੇ ਤੋਂ ਤਾਂ ਭਜਵਾਏ ਐ। ਕਿੰਨੇ ਭੇਜੇ? ਤਾਂ ਆਪਣੀ ਕਿਰਨ ਨੇ ਐ, ਕਿਰਨ ਨੇ। ਸੱਚੀ? ਪਰ ਉਹਨੇ ਕਾਹ ਤੋਂ ਭੇਜ ਤੇ? ਟੁੱਲ ਗਈ ਹੋਣੀ ਜੱਟ ਸਾਹਿਬ ਤੇ। ਮੈਂ ਸਦਕੇ ਜਾਵਾਂ ਜੱਟ ਸਾਹਿਬ ਤੇ। ਕੀ ਗੱਲ ਆ, ਤੇ ਜੱਟ ਸਾਹਿਬ ਨੇ ਬੜੀਆਂ ਵਾਛਾਂ ਖੜਾਈਆਂ ਨੇ। ਉਹ ਕੈਨੇਡਾ ਤੋਂ ਸਪਾਂਸਰਸ਼ਿਪ ਲੈਟਰ ਆ ਰਹੀ ਐ, ਨਾਲੇ ਕੱਲੀ ਪਤਾ ਕਿਨੇ ਐ? ਗੋਰੇ ਨੇ, ਗੋਰੇ ਨੇ। ਤੂੰ ਧਰਤੀ ਤੇ ਹੀ ਐ। ਉਹ ਯਕੀਨ ਤਾਂ ਬਾਪੂ ਜੀ, ਪਹਿਲਾਂ ਮੈਨੂੰ ਵੀ ਨਹੀਂ ਹੋ ਰਿਹਾ ਸੀ, ਫਿਰ ਉਹ ਏਜੰਟ ਦਾ ਫੋਨ ਆਇਆ ਲੱਖੇ ਦਾ, ਮੈਂ ਸੋਚਿਆ ਪਤਾ ਨਹੀਂ ਕੀ ਝੂਠ ਸੱਚ ਸੁਣਾਈ ਜਾਂਦਾ ਹੈ। ਫਿਰ ਫੋਨ ਆਇਆ ਕਿਰਨ ਦਾ, ਕਹਿੰਦੀ ਆ ਜਾਓ, ਕਹਿੰਦੀ ਕੈਨੇਡਾ। ਮੈਂ ਕਿਹਾ ਆ ਜਾਂਦੇ ਹਾਂ ਜੀ। ਕੀ ਗੱਲ ਭਤੀਜ, ਬੜਾ ਖੋਈਆ, ਆ ਤੇਰੀ ਚਿੱਠੀ ਆਈ ਆ। ਮੈਨੂੰ ਲੱਗਦਾ ਵੀਜ਼ਾ ਆ ਗਿਆ, ਵੀਜ਼ੇ ਦੇ ਕਾਗਜ਼ 'ਚ ਵੀਜ਼ਾ ਆ ਗਿਆ। ਖੜ ਜਾਓ, ਖੜ ਜਾਓ, ਖੜ ਜਾਓ। ਕੋਰੀਆ ਨੇ ਘੱਲੀ ਨਾ, ਬੜੇ ਬੰਦ ਬੰਦ ਕਰਕੇ ਕਰ। ਪੜ੍ਹ ਕੇ ਸੁਣਾ ਭਲਾ। ਹੈ ਤਾਂ ਅੰਗਰੇਜ਼ੀ 'ਚ, ਮੈਂ ਤੈਨੂੰ ਪੰਜਾਬੀ 'ਚ ਪੜ੍ਹ ਕੇ ਸੁਣਾਉਣਾ। ਹਾਂ ਕੈਨੇਡਾ ਸਰਕਾਰ ਵਾਲੇ ਕਹਿੰਦੇ ਨੇ ਵੀ ਸਾਡੇ ਪਿਆਰੇ ਜਸਵਿੰਦਰ ਸਿੰਘ ਉਰਫ ਜੱਸੀ ਜੀ, ਅਸੀਂ ਕੈਨੇਡਾ ਦੀ ਸਰਕਾਰ ਦੇ ਬੰਦੇ ਬੋਲਦੇ ਹਾਂ, ਅਸੀਂ ਤੁਹਾਨੂੰ ਆਪਣੇ ਦੇਸ਼ ਆਉਣ ਦਾ ਸੱਦਾ ਪੱਤਰ ਭੇਜ ਰਹੇ ਹਾਂ, ਤੁਹਾਡਾ ਰਹਿਣ ਸਹਿਣ ਆਉਣ ਜਾਣ ਦਾ ਸਾਰਾ ਖਰਚਾ ਕੈਨੇਡਾ ਸਰਕਾਰ ਚੱਕੇਗੀ, ਤੁਸੀਂ ਇੱਕ ਵਾਰ ਇੱਥੇ ਆ ਕੇ ਸਾਨੂੰ ਮਾਣ ਬਖਸ਼ੋ। ਆਹ ਮਾਣ ਬਖਸ਼ਾਂਗੇ। ਮੈਂ ਫਿਰ ਚੱਲਦਾ। ਖੜ ਜਾ ਚਾਚਾ, ਤੇਰਾ ਨਾ ਚਿੱਠੀ ਸੁਣ ਕੇ ਬੀਪੀ ਬੜਾ ਅਪਡਾਊਨ ਹੋਣਾ, ਧਿਆਨ ਨਾਲ ਜਾਇਓ ਚਾਚਾ ਜੀ। ਅੰਗਰੇਜ਼ੀ ਦੀ ਚਿੱਠੀ ਆ ਕਿ ਅੰਗਰੇਜ਼ੀ ਵਾਲੇ ਤੋਂ ਬਣਾ ਲੈ, ਤੇਰੇ ਵਰਗਿਆਂ ਨੂੰ ਵਾਰੰਟ ਵੀ ਵੀਜ਼ਾ ਲੱਗਦਾ ਹੁੰਦਾ। ਲੜਦਾਰਾ, ਵੈਸੇ ਮੈਨੂੰ ਵੀ ਅੱਜ ਤੱਕ ਐਂ ਲੱਗਦਾ ਰਿਹਾ ਵੀ ਇਹ ਯਬੜੀਆਂ ਮਾਰਦਾ, ਪਰ ਪਹਿਲੀ ਵਾਰੀ ਲੱਗਿਆ ਬਈ ਮੇਰੇ ਪੁੱਤ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ। ਭੰਗੜੇ ਕਰੋ ਦਿਲ ਰਾਜੀ, ਸਭ ਧਿਆਨ ਸੜਨ ਦਿਓ, ਪਾਓ ਭੰਗੜੇ ਕਰੋ ਦਿਲ ਰਾਜੀ। ਅੱਜ ਲੱਗੀ ਲੱਗਦੀ ਅੱਗ ਮੇਰੀ ਚਿਰਨ ਮਤਾਬੀ ਨੂੰ। ਪਰ ਇਹ ਨਹੀਂ ਵੇੜਾ ਵੀਜ਼ਾ ਆ ਗਿਆ ਵੀਜ਼ਾ। ਓ ਮੈਂ ਵੀ ਜੱਸੀ ਦੇ ਨਾਲ ਬਹਿ ਕੇ ਨਾ ਕੈਨੇਡਾ ਜਾਣਾ, ਕੈਨੇਡਾ ਜਹਾਜ਼ ਤੇ, ਜਹਾਜ਼ ਤੇ। ਓ ਜੱਸੀ ਦਾ ਵੀਜ਼ਾ ਆ ਗਿਆ। ਲੋ ਸੈਨਾ ਦਾ ਸਪੀਕਰ ਵੀ ਬੋਲ ਪਿਆ, ਵੀਜ਼ਾ ਲੱਗਿਆ ਜੱਸੀ ਦਾ। ਹੁਣ ਤੇ ਜੱਸੀ ਜਾ ਵੀਜ਼ਾ। ਇੰਗਲਿਸ਼ ਨਾਲ ਸਾਡੀ ਨਿਭਦੀ ਨਹੀਂ ਤਾਂ ਹੀ ਝੱਟ ਤੋਂ ਆਈਲੈਟਸ ਹੁੰਦੀ ਨਹੀਂ, ਮੁਲਕ ਬਾਹਰ ਲੈ ਯਾਰ ਵਸੈਂਦੇ ਘਰ ਘਰ ਮੋਹਣ ਬਣਾਉਂਦੇ ਬਈ। ਜ਼ਿੱਦ ਪਗਾਉਣੀ ਮੈਂ ਵੀ ਪੂਰੀ, ਜ਼ਿੱਦ ਪਗਾਉਣੀ ਮੈਂ ਵੀ ਪੂਰੀ, ਨਹੀਂ ਕਿਸੇ ਤੋਂ ਘੱਟ ਹੁਣ ਤਾਂ। ਬਸ ਹੁਣ ਤਾਂ ਆਈਲੈਟਸ ਵਰਸਸ ਜੱਟ।
ਕੈਨੇਡਾ ਵਿੱਚ ਸਾਥੋਂ ਕੰਮ ਨਹੀਂ ਹੁੰਦਾ ਕੈਨੇਡਾ ਉੱਡ ਪੁੱਡ ਜਾਣਾ ਬਈ ਖੁਦ ਨਾ ਜਿਹੜਾ ਕੀਤਾ ਵਾਦਾ ਕਰਕੇ ਉਹੀ ਵਿਖਾਉਣਾ ਬਈ ਓ ਇੰਡੀਆ ਵਿੱਚ ਸਾਥੋਂ ਕੰਮ ਨਹੀਂ ਹੁੰਦਾ ਕੈਨੇਡਾ ਉੱਡ ਪੁੱਡ ਜਾਣਾ ਬਈ ਖੁਦ ਨਾ ਜਿਹੜਾ ਕੀਤਾ ਵਾਦਾ ਕਰਕੇ ਉਹੀ ਵਿਖਾਉਣਾ ਬਈ ਵਿੱਚ ਵਿਦੇਸ਼ਾਂ ਸੱਟ ਹੋ ਜਾਣਾ ਵਿੱਚ ਵਿਦੇਸ਼ਾਂ ਸੱਟ ਹੋ ਜਾਣਾ ਫੇਰ ਕਰੋੜੇ ਅੱਤ ਬਈ ਹੁਣ ਤਾਂ ਛੱਤ ਵੀ ਫੜਤਾ